ਕorporate ਨੂੰ ਕਿਵੇਂ ਹੈਵੀਲੀ ਬੈਨੀਫਿਟ ਹੈ ਕਿਸਾਨ ਨੂੰ ਜਿਹੜਾ ਡਿਸਐਡਵਾਂਟੇਜ ਹੈ ਉਹਦੇ ਬਾਰੇ ਆਪਾਂ ਥੋੜੀ ਹੋਰ ਗੱਲ ਕਰ ਲਈ ਕਿਸਾਨ ਨੂੰ ਹੋਰ ਕੀ ਕੀ ਡਿਸਐਡਵਾਂਟੇਜ ਹੈ ਅਸੀਂ ਟ੍ਰਾਂਸਪੋਰਟ ਇਨਫਰਾਸਟ੍ਰਕਚਰ ਦੇ ਵਿੱਚ ਕਿੰਨਾ ਇਨਵੈਸਟਮੈਂਟ ਕੀਤਾ ਇਹ ਸਰਕਾਰ ਕਿਉਂ ਨਹੀਂ ਦੱਸਦੀ ਕਿੰਨੇ ਸ਼ਹਿਰਾਂ ਨੂੰ ਜਾਂ ਕਿੰਨੀਆਂ ਮੰਡੀਆਂ ਨੂੰ ਆਪਸ ਵਿੱਚ ਜੋੜਿਆ ਗਿਆ ਕਿੰਨੀਆਂ ਡੈਡੀਕੇਟ ਟ੍ਰੇਨਸ ਚਲਾਈਆਂ ਗਈਆਂ ਜਿਹੜੀ ਕਿਸਾਨ ਦੀ ਫਸਲ ਨੂੰ ਇੱਕ ਮੰਡੀ ਤੋਂ ਚਾਕੇ ਦੂਸਰੀ ਮੰਡੀ ਲੈ ਕੇ ਜਾਣੀ ਹੈ ਇਹ ਸਰਕਾਰ ਕਿਉਂ ਨਹੀਂ ਦੱਸਦੀ ਅਸੀਂ ਰਿਸਰਚ ਐਂਡ ਡਿਵੈਲਪਮੈਂਟ ਚ ਡਾਟਾ ਕਿੰਨੀ ਇਨਵੈਸਟਮੈਂਟ ਕੀਤੀ ਉਹ ਸਰਕਾਰ ਕਿਉਂ ਨਹੀਂ ਦੱਸਦੀ ਕਾਂਗਰਸ ਵਾਲੇ ਵੀ ਕਹਿੰਦੇ ਹੋ ਵੀ 2013 ਦੇ ਵਿੱਚ ਇਹ ਅਕਾਲੀ ਦਲ ਸਰਕਾਰ ਨੇ ਵੀ ਕੰਟਰੈਕਟ ਪਾਸ ਕਰ ਲਿਆ ਸੀ ਕੰਟਰੈਕਟ ਫਾਰਮਿੰਗ ਐਕਟ 2013 ਪਾਸ ਕੀਤਾ ਇਹ ਦੁਨ ਦੇਸ਼ ਦੀ ਪਹਿਲੀ ਸਰਕਾਰ ਸੀ ਜਿਨੇ ਕੰਟਰੈਕਟ ਫਾਰਮਿੰਗ ਐਕਟ EPMC ਚ ਐਮੈਂਡਮੈਂਟ ਕਰਕੇ ਨਹੀਂ ਲੰਦਾ ਇੱਕ ਸੈਪਰੇਟ ਐਕਟ ਬਣਾਇਆ ਗਿਆ 2013 ਤੁਸੀਂ ਕਹਿੰਦੇ ਹੋ ਕਿ ਵੱਖਰਾ ਕੰਟਰੈਕਟ ਵੱਖਰਾ ਕੰਟਰੈਕਟ ਐਕਟ ਪੂਰੇ ਦੇਸ਼ ਦੇ ਵਿੱਚ ਇੱਕ ਸੂਬਾ ਪੰਜਾਬ ਸੀ ਜਿਨੇ ਸੈਪਰੇਟ ਕੰਟਰੈਕਟ ਫਾਰਮਿੰਗ ਐਕਟ ਨੂੰ ਲੈ ਕੇ ਆਏ ਔਰ ਉਹਦੇ ਵਿੱਚ ਇੱਕ ਇਦਾਂ ਦਾ ਪ੍ਰੋਵੀਜ਼ਨ ਰੱਖਿਆ ਉਹਦੇ ਲਈ 1 ਮਹੀਨੇ ਦੀ ਸਜ਼ਾ ਦਾ ਪ੍ਰਾਵਧਾਨ 5000 ਤੋਂ ਲੈ ਕੇ 5 ਲੱਖ ਤੱਕ ਦਾ ਜੁਰਮਾਨਾ ਤੇ ਉਹ ਫਿਰ ਵੀ ਨਹੀਂ ਮੰਨਦਾ ਤੇ 100 ਰੁਪਏ ਪਰ ਡੇ ਦੇ ਹਿਸਾਬ ਨਾਲ ਐਕਸਟਰਾ ਉੱਚ ਜੁੜਿਆ ਜਾਉਗਾ ਕਿਸਾਨਾਂ ਨੂੰ ਕਿਸਾਨਾਂ ਲਈ ਸੀ ਸਜ਼ਾ ਸੀ 2017 ਚ ਕਾਂਗਰਸ ਸਰਕਾਰ ਨੇ ਕੀ ਕੀਤਾ ਸਰ 2017 ਵਾਲਾ ਜਿਹੜਾ ਐਕਟ ਹੈ ਤੇ ਵੀ 2017 ਦੇ ਵਿੱਚ 50 ਸਰਕਾਰ ਇੱਕ ਐਕਟ ਲੈ ਕੇ ਆਂਦੀ ਹੈ ਅੱਜ बार-बार ਕਿਹਾ ਜਾ ਰਿਹਾ ਤੁਸੀਂ ਵੀ ਤਾਂ ਉਹੀ ਚੀਜ਼ ਕੀਤੀ ਉਹ ਐਕਟ ਹੈ ਜਿਹੜਾ ਉਹ ਸਬਜੀ ਮੰਡੀਆਂ ਤੇ ਲਾਗੂ ਹੋ ਰਿਹਾ ਔਰ ਪੰਜਾਬ 'ਚ ਸਿਰਫ 37 ਮੰਡੀਆਂ ਤੇ ਲਾਗੂ ਹੈ 151 ਸਬਜੀ ਮੰਡੀਆਂ ਨੇ 37 ਸਬਜੀ ਮੰਡੀਆਂ ਤੇ ਉਹ ਲਾਗੂ ਹੈ ਜਿੱਚ ਫਲ ਫਰੂਟ ਲਾਈਸਟਾਕਸ ਲੱਕੜ ਫੁੱਲ ਇਦਾਂ ਦੇ ਫਸਲਾਂ ਦੇ ਉਹਨਾਂ ਤੇ ਤੇ ਪਹਿਲਾਂ ਹੀ ਐਮਐਸਪੀ ਹੈ ਨੀ ਕਹਿੰਦੇ ਕਿ ਤੁਸੀਂ ਕਾਨੂੰਨ ਤਾਂ ਪੂਰਾ ਬਣਾ ਲਿਆ ਨਾ ਨਹੀਂ ਕਾਨੂੰਨ ਬਣਾ ਲਿਆ ਤਾਂ ਪੂਰਾ ਬਣ ਗਿਆ ਨਾ ਇਹ ਤਾਂ ਸਰਕਾਰ ਨੇ ਕਰਨੀ ਹੈ ਨਾ ਨਹੀਂ ਸਰਕਾਰ ਨੇ ਸਿਰਫ ਸਬਜੀ ਮੰਡੀ ਹੁਣ ਇਹ ਚੀਜ਼ ਇਹ ਚੀਜ਼ ਅੱਜ ਕੇਂਦਰ ਕਹਿੰਦੇ ਵੀ ਅਸੀਂ ਕਾਨੂੰਨ ਤਾਂ ਬਣਾ ਲਿਆ ਲੇਕਿਨ ਇੰਪਲੀਮੈਂਟੇਸ਼ਨ ਤਾਂ ਅਸੀਂ ਕਰਨੀ ਹੈ ਨਾ ਕਾਨੂੰਨ ਬਣਾ ਲਿਆ ਐਮਐਸਪੀ ਤਾਂ ਅਸੀਂ ਦੇਣੀ ਹੈ ਸੀਸੀਏਸੀ ਵੀ ਤਾਂ ਅਸੀਂ ਬਟਾਣੀ ਹੈ ਹੁਣ ਇਹਦਾ ਲੌਜੀਕ ਹੈ ਨਾ ਲੇਕਿਨ ਜਦੋਂ ਤੁਸੀਂ ਉਹਨੂੰ ਵਿਧਾਨਿਕ ਵਿਧਾਨਿਕ ਜਾਮਾ ਪਰਾਤਾ ਜਿਹੜਾ ਬਣਿਆ ਉਹ ਸਿਰਫ ਸਬਜੀ ਮੰਡੀਆਂ ਤੇ ਲੱਗੂ ਇਹ ਇੱਕ ਹਰਦੀਪਪੁਰੀ ਆ ਕੇ ਚੰਡੀਗੜ੍ਹ ਚ ਬਿਆਨ ਦੇ ਕੇ ਜਾਂਦੇ ਨੇ ਵੀ ਅਸੀਂ ਨਾ ਤਾਂ ਕਿਸਾਨ ਦੀ ਜ਼ਮੀਨ ਨੂੰ ਗਿਰਵੀ ਗਹਿਣੇ ਧਰਾਂਗੇ ਨਾ ਗਿਰਵੀ ਮੋਰਗੇਜ ਸੈਲਿੰਗ ਇਹ ਸਾਰੀ ਚੀਜ਼ਾਂ ਕੁਝ ਨਹੀਂ ਕੀਤਾ ਜਾਏਗਾ essential commodity act ਦੇ ਵਿੱਚ ਐਮੈਂਡਮੈਂਟ ਕਰਕੇ ਕਾਰਪੋਰੇਟ ਹਾਊਸਿਸ ਦੀ profit ਨੂੰ 50% ਤੋਂ ਲੈ ਕੇ 100% ਤੱਕ ਲੀਗਲ ਫਰੇਮਵਰਕ ਦੇ ਦਿੱਤਾ ਗਿਆ ਪਰ ਉਸੇ ਐਕਟ ਦੇ ਵਿੱਚ ਕਿਸਾਨ ਲਈ ਮਿਨੀਮਮ ਸਪੋਰਟ ਪ੍ਰਾਈਸ ਦੇਣ ਤੋਂ ਆਪਾਂ ਭੱਜ ਗਏ ਆਪਾਂ ਮੈਕਸਿਮਮ ਕੀ ਦੇਣਾ profit ਆਪਾਂ ਤਾਂ ਮਿਨੀਮਮ ਵੀ ਨਹੀਂ ਦੇ ਪਾਰੇ ਪ੍ਰੋਫਿਟ ਤੁਸੀਂ 100% ਇੱਕ ਕਾਰਪੋਰੇਟ ਹਾਊਸ ਹੀ ਸਿਕਯੂਰ ਕਰਤਾ ਤੇ ਉਹਦੇ ਲੀਗਲ ਫਰੇਮਵਰਕ ਵੀ ਦਿੱਤਾ ਜਿਵੇਂ ਕਿਸਾਨ ਦੇ ਹੱਥ ਬੰਨੇ ਗਏ ਕਿ ਤੂੰ ਤੂੰ ਵਪਾਰੀ ਦੇ ਪੈਸੇ ਦੇਣੇ ਨੇ ਤੇਰੀ ਫੱਦ ਚ ਐਂਟਰ ਹੋ ਗਿਆ ਜਦ ਤੱਕ ਤੂੰ ਕੋਈ ਕੰਮ ਨਹੀਂ ਕਰਦਾ ਜਿੰਦ ਤੱਕ ਤੂੰ ਪੈਸੇ ਨਹੀਂ ਦਿੰਦਾ ਇਦਾਂ ਹੀ ਵਪਾਰੀ ਨੂੰ ਕਿਉਂ ਨਹੀਂ ਬੰਨਿਆ ਗਿਆ ਕਿ ਤੂੰ ਕਿਸਾਨ ਦੇ ਪੈਸੇ ਦੇਣੇ ਨੇ ਭਾਈ ਤੇਰੀ ਵੀ ਸਿਕਿਉਰਟੀ ਹੋਊਗੀ ਜਾਂ ਤੇਰੇ ਵੀ ਅਸੀਂ ਬਲੈਕਲਿਸਟ ਕਰਾਂਗੇ ਕੋਈ ਇਦਾਂ ਦਾ ਪ੍ਰੋਵੀਜ਼ਨ ਕਿਉਂ ਨਹੀਂ ਕੀਤਾ ਜੀ ਨਮਸਕਾਰ ਸਤਿ ਸ਼੍ਰੀ ਅਕਾਲ World Punjabi TV ਤੇ ਦਰਸ਼ਕਾ ਦਾ ਸਵਾਗਤ ਹੈ ਖੇਤੀ ਸੁਧਾਰ ਕਾਨੂੰਨ ਤਿੰਨ ਖੇਤੀ ਸੁਧਾਰ ਕਾਨੂੰਨ ਜਿਨ੍ਹਾਂ ਦੇ ਸਦਕਾ ਅੱਜ ਪੂਰੇ ਦੇਸ਼ ਦੇ ਵਿੱਚ ਕਿਸਾਨ ਲਾਂਬੰਦ ਹੋ ਰਿਹਾ ਪੰਜਾਬ ਤੇ ਹਰਿਆਣਾ ਤੋਂ ਜਿਹੜੀ ਐਜੀਟੇਸ਼ਨ ਹੈ ਪਹੁੰਚ ਚੁੱਕੀ ਹੈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਉਹਨਾਂ ਨਾਲ ਬੈਠੋ ਕਾਨਫਰੰਸ ਕਰੋ 8 ਅਕਤੂਬਰ ਨੂੰ ਕਾਨਫਰੰਸ ਵੀ ਹੋਣੀ ਹੈ ਅੱਜ ਇੱਕ ਖਾਸ ਮਹਿਮਾਨ ਨਾਲ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਹੈਗੇ ਨੇ ਇੱਕ ਉੱਗੇ ਆਰਟੀਏ ਐਕਟਿਵਿਸਟ ਇੱਕ ਵਕੀਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਯਾਨੀ ਕਿ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਦਲਜੀਤ ਸਿੰਘ ਗਿੱਲ ਜੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਦਲਜੀਤ ਜੀ ਥੈਂਕ ਯੂ ਦਰਸ਼ਕਾਂ ਨੂੰ ਦੱਸ ਦਈਏ ਦਲਜੀਤ ਸਿੰਘ ਗਿਲਜੀਆਂ ਸਾਹਿਬ ਕਾਂਗਰਸ ਦੇ ਪ੍ਰਵਕਤਾ ਵੀ ਨੇ ਤੇ ਇੱਕ ਆਰਟੀਆਈ ਐਕਟੀਵਿਸਟ ਨੇ 200 ਤੋਂ ਵੱਧ ਆਰਟੀਆਈ ਜਿਹੜੀਆਂ ਅਰਜ਼ੀਆਂ ਪਾ ਕੇ ਇਹਨਾਂ ਨੇ ਬਹੁਤ ਐਸੇ ਤੱਥ ਕੱਢੇ ਹੈਗੇ ਨੇ ਖੰਗਾਲੇ ਹੈਗੇ ਨੇ ਪੰਜਾਬ ਦੇ ਪਾਵਰ ਪਰਚੇਸ ਐਗਰੀਮੈਂਟਾਂ ਤੋਂ ਲੈ ਕੇ ਹੁਣ ਜਿਹੜੇ ਖੇਤੀ ਸੁਧਾਰ ਕਾਨੂੰਨ ਆਏ ਨੇ ਇਹਨਾਂ ਦੇ ਸੰਦਰਭ ਵਿੱਚ ਬਹੁਤ ਹੀ ਕ੍ਰਿਟੀਕਲ ਜਾਣਕਾਰੀ ਜੜੀ ਹੈ ਚਾਹੇ ਉਹ ਕਾਂਗਰਸ ਦੇ ਪਲੇਟਫਾਰਮ ਤੋਂ ਲੋਕਾਂ ਤੱਕ ਪਹੁੰਚ ਪਹੁੰਚਾਉਣ ਦੀ ਜ਼ਿੰਮੇਵਾਰੀ ਹੋਵੇ ਜਾਂ ਫਿਰ ਖੁਦ ਵੀ ਚਰਚਾਵਾ ਦੇ ਵਿੱਚ ਰਹਿ ਕੇ ਉਹਨਾਂ ਗੱਲਾਂ ਬਾਤਾਂ ਨੂੰ ਕਰਨ ਦੀ ਗੱਲ ਹੋਵੇ ਗਿਲਜ਼ੀਆਂ ਸਾਹਿਬ ਇੱਕ ਬੈਕਐਂਡ ਦੇ ਵਰਕਰ ਦੇ ਰੂਪ ਵਿੱਚ ਕੰਮ ਕਰਦੇ ਨੇ ਤੇ ਜਿਵੇਂ ਆਰਟੀ ਐਕਟਿਵਿਸਟ ਦਾ ਕੰਮ ਹੁੰਦਾ ਹੈ ਤੱਥਾਂ ਨੂੰ ਫਰੋਲਣਾ ਖੰਗਾਲਣਾ ਤੇ ਉਹਨਾਂ ਨੁਕਤਿਆਂ ਨੂੰ ਫੜਨਾ ਜੋ ਕਿ ਅੱਖੋਂ ਪਰੋਕੇ ਹੁੰਦੇ ਨੇ ਸਿਆਸੀ ਸ਼ੋਰ ਸ਼ਰਾਬੇ ਵਿੱਚ ਡੁੱਬੇ ਹੁੰਦੇ ਨੇ ਕਿਤੇ ਨਾ ਕਿਤੇ ਖੋ ਜਾਂਦੇ ਨੇ ਉਹਨਾਂ ਨੂੰ ਕਿਵੇਂ ਤੁਹਾਡੇ ਤੱਕ ਲਿਆਂਦਾ ਜਾ ਸਕੇ ਤੇ ਅੱਜ ਦੇ ਸਾਡੇ ਇਸ ਇੰਟਰਵਿਊ ਦਾ ਵੀ ਮਕਸਦ ਇਹੀ ਹੈ ਅੱਜ ਅਸੀਂ ਗੱਲ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਖੇਤੀ ਸੂਦਾਰ ਕਾਨੂੰਨਾਂ ਦੀ ਗੱਲ ਕਰਾਂਗੇ ਗਿਲਜ਼ੀਆਂ ਸਾਹਿਬ ਬੀਤੇ ਦਿਨੀ ਹਰਦੀਪ ਸਿੰਘ ਪੂਰੀ ਸਾਹਿਬ ਜਿਹੜੇ ਕੇਂਦਰੀ ਵਜ਼ੀਰ ਹੈਗੇ ਨੇ ਪੰਜਾਬ ਤੋ ਇੱਕ ਤਰੀਕੇ ਨਾਲ ਨੁਮਾਇੰਦਗੀ ਵੀ ਕਰਦੇ ਨੇ ਉਹਨਾਂ ਨੇ ਇੱਕ ਬੜੀ ਵੱਡਾ ਪ੍ਰੈਸ ਕਾਨਫਰੰਸ ਕੀਤੀ ਜਿਨ੍ਹਾਂ ਚ ਉਹਨੇ ਕਈ ਖੱਤਿਆ ਨੂੰ ਐਡਰੈਸ ਕੀਤਾ ਜਿਸ ਤਰੀਕੇ ਦਾ ਪੰਬਲ ਪੂਸਾ ਪਾਣ ਦੀ ਕੋਸ਼ਿਸ਼ਾਂ ਨੇ ਤੇ ਉਹਨਾਂ ਨੇ ਇੱਕ ਸਿੱਧੀ ਜੀ ਗੱਲ ਕੀਤੀ ਕਿ ਇੱਕ ਹੁੰਦੀ ਹੈ ਮਿਸ ਇਨਫੋਰਮੇਸ਼ਨ ਇੱਕ ਹੁੰਦੀ ਹੈ ਡਿਸ ਇਨਫੋਰਮੇਸ਼ਨ ਤੇ ਇੱਕ ਹੁੰਦਾ ਕੋਰਾ ਝੂਠ ਤੇ ਆ ਜਿਹੜੇ ਤਿੰਨ ਕਾਨੂੰਨਾਂ ਦੇ ਉੱਤੇ ਕਾਂਗਰਸ ਜਾਂ ਹੋਰ ਪਾਰਟੀਆਂ ਕਰ ਰਹੀਆਂ ਨੇ ਉਹਨੂੰ ਕੇਂਦਰੀ ਸਰਕਾਰ ਕੋਰਾ ਝੂਠ ਮੰਨਦੀ ਹੈ ਹਰਦੀਪ ਪੁਰੀ ਸਾਹਿਬ ਨੇ ਕਈ ਚੀਜ਼ਾਂ ਸਪੈਲ ਕਰਕੇ ਦਸੀਆਂ ਕਿਵੇਂ ਇਹ ਜਿਹੜੀਆਂ ਚੀਜ਼ਾਂ ਜਾਂ ਜਿਹੜੇ ਪ੍ਰਾਵਧਾਨ ਹੈਗੇ ਨੇ ਜਿਹੜੇ ਪ੍ਰੋਵੀਜ਼ਨਸ ਹੈਗੇ ਨੇ ਇਹਨਾਂ ਕਾਨੂੰਨਾਂ ਦੇ ਓਡੇ ਕਿਸਾਨ ਮਾਰੂ ਨੇ ਜਿਨੇ ਦਿਖਾਇਆ ਜਾ ਰਿਹਾ ਤੁਸੀਂ ਇਸ ਪੂਰੇ ਕਾਨੂੰਨ ਨੂੰ ਮੁੱਖ ਤੌਰ ਤੇ ਜਿਹੜਾ ਮੂਲ ਆਧਾਰ ਹੈ ਜੋ ਤੁਸੀਂ ਹਲੇ ਹਲੇ ਤੱਕ ਡਾਕੂਮੈਂਟਸ ਮੈਂ ਦੇਖ ਪਾ ਰਹੇ ਹੋ ਬਹੁਤ ਤੁਸੀਂ ਲੈ ਕੇ ਆਏ ਹੋ ਇਹਨਾਂ ਕਾਨੂੰਨਾਂ ਨੂੰ ਤੁਸੀਂ ਕਿਵੇਂ ਆਕਦੇ ਹੋ ਤੇ ਮੁੱਖ ਤੌਰ ਤੇ ਕਿਸ ਚੀਜ਼ ਨੂੰ ਸੱਟ ਮਾਰਦੇ ਨੇ ਸਰਦੀਪ ਪੁਰੀ ਜੀ ਜਿਹੜੀ ਉਸ ਦਿਨ ਕਰਕੇ ਗਏ ਆ ਹਥੇ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਮੈਂ ਕਿਹਾ ਐਕਚੁਅਲੀ ਉਹ ਡਿਸਇਨਫੋਰਮੇਸ਼ਨ ਦੇ ਕੇ ਗਏ ਲੋਕਾਂ ਨੂੰ মিডিਆ ਨੂੰ ਹਾਊਸਿਸ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਔਰ ਪੂਰੇ ਦੇਸ਼ ਦੇ ਕਿਸਾਨਾਂ ਨੂੰ ਮਿਸਇਨਫੋਰਮੇਸ਼ਨ ਦੇ ਕੇ ਸਭ ਤੋਂ ਪਹਿਲਾਂ ਇਹ ਇਹ ਪ੍ਰੂਫ ਨਹੀਂ ਕਰ ਪਾਏ ਕਿ ਕਿਹੜੇ ਆਬਜੈਕਟ ਐਂਡ ਰੀਜ਼ਨ ਔਰ ਕਿਹੜੇ ਕਾਨੂੰਨ ਦੇ ਧਾਰਾ ਦੇ ਹਦੀਨੀਆਂ ਸੰਵਿਧਾਨ ਦੀ ਕਿਹੜੀ ਕਨਸਟੀਟਿਊਸ਼ਨ ਦੇ ਸੈਕਸ਼ਨ ਦੇ ਵਿੱਚ ਉਹਨਾਂ ਨੇ ਇਹ ਵਲੇ ਕਾਨੂੰਨ ਬਣਾਏ ਉਹ ਨਹੀਂ ਦੱਸਿਆ ਹੁਣ ਸਵਾਲ ਪੁੱਛਿਆ ਗਿਆ ਸੀ ਨਹੀਂ ਜਵਾਬ ਦਿੱਤਾ ਗਿਆ ਉਹਨਾਂ ਨੇ ਗੋਲ ਜਵਾਬ ਹੀ ਦਿੱਤਾ ਕਿ ਨੈਸ਼ਨਲ ਇੰਟਰਸਟ ਦੇ ਵਿੱਚ ਬਣਾਏ ਗਏ ਤੇ ਨੈਸ਼ਨਲ ਇੰਟਰਸਟ ਤੇ ਹੋਰ ਬਹੁਤ ਚੀਜ਼ਾਂ ਚ ਵੀ ਹੈ ਤਾਂ ਮਤਲਬ ਸਟੇਟ ਗਵਰਨਮੈਂਟ ਸਟੇਟ ਜਦੋਂ ਕਨਸਟੀਟਿਊਸ਼ਨ ਬਣਿਆ ਉਹਨੂੰ ਤਿੰਨ ਭਾਗਾਂ 'ਚ ਵੰਡਿਆ ਗਿਆ ਯੂਨੀਅਨ ਲਿਸਟ ਸਟੇਟ ਲਿਸਟ ਤੇ ਕੰਕਰੈਂਟ ਲਿਸਟ ਫਿਰ ਉਹਨਾਂ ਦੇ ਕਨਸਟੀਟਿਊਸ਼ਨ ਮੇਕਰਸ ਹੀ ਉਹਨਾਂ ਦਾ ਪ੍ਰਵਾਹ ਇਹ ਤਿੰਨ ਪ੍ਰਾਵਧਾਨ ਬਣਾਉਂਦਾ ਜਾਂ ਤਿੰਨ ਲਿਸਟਾਂ ਬਣਾਉਂਦਾ ਪਰਪਸ ਕੀ ਸੀ ਜੇ ਹਰ ਕੰਮ ਨੂੰ ਤੁਸੀਂ ਨੈਸ਼ਨਲ ਇੰਟਰਸ ਦੇ ਨਾਮ ਤੇ ਸਟੇਟਾਂ ਦੀ ਪਾਵਰ ਨੂੰ ਓਵਰ ਪਾਵਰ ਓਵਰਲੁੱਕ ਕਰਕੇ ਉਥੇ ਕਾਨੂੰਨ ਬਣਾਈ ਜਾਓਗੇ ਸਟੇਟ ਗਵਰਨਮੈਂਟ ਦਾ ਰੈਫਰੈਂਡ ਜਿਹੜੀ ਉਹਨਾਂ ਦਾ ਮਕਸਦ ਹੀ ਕੀ ਰਹਿ ਜਾਊਗਾ ਇਹਦੇ ਬਾਰੇ ਕੋਈ ਸਪੱਸ਼ਟ ਨਹੀਂ ਦੇਦਾ ਗੋਲ ਮੋਲ ਜਿਹਾ ਜਵਾਬ ਦੇ ਕੇ ਇਹ ਨਹੀਂ ਕਿਹਾ ਕਿ ਕਿਸ ਕਾਨੂੰਨ ਦੇ ਅੰਦਰ ਬਣਾ ਕੇ ਗਏ ਕੀ ਕਾਰਨ ਸੀ ਕੀ ਆਬਜੈਕਟ ਸੀ ਕੀ ਰੀਜ਼ਨ ਸੀ ਅਚੀਵ ਕਰਨਾ ਚਾਹੁੰਦੇ ਇਹਦੇ ਬ ਮ ਆਵਾਂਗਾ ਲੇਕਿਨ ਮੈਂ ਥੋੜੇ ਤੋਂ ਸ਼ੁਰੂਆਤ ਕਰਨਾ ਚਾਹਾਂਗਾ ਵਾ ਜਿੰਨੀ ਤੁਸੀਂ ਜਾਂਚ ਪੜਤਾਲ ਕੀਤੀ ਹੈ ਮੈਂ ਆਪਾਂ ਕਾਨੂੰਨੀ ਨਿਰਦੇਸ਼ਕਾਂ ਨੂੰ ਦੱਸਿਆ ਸੀ ਗੱਲ ਸਿਰਫ ਕਾਨੂੰਨੀ ਕਰਨੀ ਹੈ ਜ ਸਿਰਫ ਕਾਨੂੰਨ ਦੇ ਨੁਕਤੇ ਤੇ ਇਹਨਾਂ ਜਿਹੜੇ ਵਿਧਾਨ ਵਿਧਾਨਕਾਰ ਨੇ ਜੋ ਇੱਕ ਕਾਨੂੰਨ ਪਾਸ ਕੀਤੇ ਹੈਗੇ ਨੇ ਉਹਨਾਂ ਦੇ ਵਿੱਚ ਦੀ ਜਿਹੜੀ ਘੁੰਡੀਆਂ ਕੀ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਹੈ ਮੁੜ ਦਾ ਮੁੱਦਾ ਜੀ ਐਮਐਸਪੀ ਦਾ ਹੈ ਇਹ ਚੀਜ਼ ਪਹਿਲਾਂ ਵੀ ਕਹਿਤੀ ਕਿ ਹਰਦੀਪ ਪੁਰੀ ਸਾਹਿਬ ਵੀ ਕਹਿੰਦੇ ਨਜ਼ਰ ਆਏ ਇਹ ਗੱਲ ਮੈਂ ਵੀ ਤੁਹਾਡੇ ਤੋਂ ਸਵਾਲ ਪੁੱਛਣਾ ਚਾਹਾਂਗਾ ਵੀ ਐਮਐਸਪੀ ਤਾਂ ਕਦੇ ਵੀ ਕਿਸੇ ਕਾਨੂੰਨ ਦੇ ਵਿੱਚ ਇਨਸਰਾਈਂਡ ਹੀ ਨਹੀਂ ਸੀ ਨਾ ਸੀਏਸੀਪ ਜਿਹੜੀ ਕਮਿਸ਼ਨ ਫਾਰ ਐਗਰੀਕਲਚਰ ਕੋਸਟ ਐਂਡ ਪ੍ਰਾਈਸਿਸ ਕਮਿਸ਼ਨ ਐਂਡ ਨਾਉ ਦਾ ਕੋਈ ਪ੍ਰਬੰਧ ਨਹੀਂ ਅੱਜ ਲੋਕ ਸੜਕ ਤੇ ਖੜਾ ਹੋਇਆ ਆਮ ਆਦਮੀ ਫੇਸਬੁੱਕ ਤੇ ਲਿਖਣ ਵਾਲਾ ਕਮੈਂਟ ਕਰ ਦਿੰਦਾ ਜੀ ਕਿ ਐਮਐਸਪੀ ਨੂੰ ਫਿਰ ਰਾਈਟ ਕਿਉਂ ਨਹੀਂ ਬਣਾਉਂਦੇ ਲੀਗਲ ਰਾਈਟ ਤਾਂ ਐਮਐਸਪੀ ਕਦੇ ਵੀ ਨਹੀਂ ਸੀਗਾ ਉਸ ਹਾਲਾਤ ਦੇ ਵਿੱਚ ਅੱਜ ਜਦੋਂ ਇਹੋ ਜਿਹੀ ਮੰਗਾਂ ਉੱਠਦੀਆਂ ਨੇ ਕਿੰਨੀਆਂ ਕਿ ਮਿਸਪਲੇਸਡ ਐ ਰਿਤਿਸ਼ ਜੀ ਫਸਲਾਂ ਤੇ ਉੱਪਰ ਸਰਕਾਰ 23 ਫਸਲਾਂ ਦੇ ਉੱਪਰ ਐਮਐਸਪੀ ਦਿੰਦੀ ਫਸਲਾਂ ਤੇ ਦੋ ਹੀ ਚੱਕਦੀ ਆ ਔਰ ਐਮਐਸਪੀ ਇਜ਼ ਨਾਟ ਅ ਮੈਕਸਿਮਮ سپورਟ ਪ੍ਰਾਈਸ ਇਟਸ ਅ ਮਿਨਿ ਜੇ ਸਰਕਾਰ ਅੱਜ ਮਿਨਿਮਮ ਸਪੋਰਟ ਪ੍ਰਾਈਸ ਦੇਣ ਤੋਂ ਵੀ ਭਜੂਗੀ ਤੇ ਲੋਕ ਤੇ ਰੌਲਾ ਪਾਣਗੇ ਨਹੀਂ ਆਪਾਂ ਕਹਿ ਰਹੇ ਨਾ 19 ਦੇ ਤਾਂ ਹੱਜੇ ਵੀ ਨਹੀਂ ਦੇ ਰਹੀ ਨਾ ਨਹੀਂ ਮਿਨਿਮਮ ਸਪੋਰਟ ਪ੍ਰਾਈਸ ਦਾ ਮਤਲਬ ਇੱਥੇ ਹੈ ਕਿ ਅਸੀਂ ਜਿਹਨੂੰ ਪੰਜਾਬ 'ਚ ਗ੍ਰੀਨ ਰੈਵੋਲੂਸ਼ਨ ਆਇਆ ਤੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਇੱਕ ਲੋਕਾਂ ਨੂੰ ਅਸ਼ੋਰੈਂਸ ਦਿੱਤੀ ਗਈ ਕਿ ਤੁਸੀਂ ਪੂਰੀ ਦੁਨੀਆ ਲਈ ਪੂਰੇ ਹਿੰਦੁਸਤਾਨ ਦੇ ਲੋਕਾਂ ਲਈ ਅੰਨ ਪੈਦਾ ਕਰੋ ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਅੱਜ ਉਹ ਕਹਿੰਦੇ ਮਤਲਬ ਨਿਕਲ ਗਿਆ ਤੇ ਅੱਜ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਵੀ ਪਿੱਛੇ ਦਾ ਪੁਆਇੰਟ ਲੀਗਲ ਹੈਗਾ ਮੇਰਾ ਪੁਆਇੰਟ ਲੀਗਲ ਹੈ ਵੇ ਐਮਐਸਪੀ ਕਦੇ ਵੀ ਕਾਨੂੰਨ ਦਾ ਹਿੱਸਾ ਨਹੀਂ ਸੀ ਉਸ ਤਰੀਕੇ ਨਾਲ ਇਹ ਇੱਕ 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 ਇੰਪਾਵਰਿੰਗ ਫੀਚਰਸ ਹੁੰਦੇ ਨੇ ਸੀਏਸੀ ਪੀਸੀਸੀਐਲ ਉਸ ਤੋਂ ਪਹਿਲਾਂ ਐਮਐਸਪੀ ਠੀਕ ਹੈ ਦਿੱਤੇ ਜਾਂਦੇ ਸੀ ਲੇਕਿਨ ਅੱਜ ਲੋਕ ਮੰਗ ਉੱਠਾ ਗਾਂਗੇ ਜਵਾਬ ਦੇ ਕਰ ਰਹੇ ਨੇ ਵੀ ਨੂੰ ਸਟੈਚੂਟਰੀ ਸਟੇਟਸ ਗ੍ਰਾਂਟ ਕਰ ਦੋ ਜਿਹੜਾ ਫੂਡ ਫੂਡ ਸਿਕਿਉਰਟੀ ਐਕਟ ਜਿਹੜਾ ਪਾਸ ਹੋਇਆ ਸੀ ਯੂਪੀਏ ਦੀ ਗਵਰਨਮੈਂਟ ਦੇ ਤੋ ਉਹ 60% ਜਿਹੜੀ ਪੋਪੂਲੇਸ਼ਨ ਸੀ ਉਹਨੂੰ ਅਸੀਂ ਰਾਈਟ ਟੂ ਫੂਡ ਦਾ ਪ੍ਰੋਵੀਜ਼ਨ ਦੇ ਰਾਈਟ ਉਸ 70% ਪਬਲਿਸ਼ਨ ਨੂੰ ਅਪਰ ਫੀਡ ਕਿਦਾਂ ਕਰਾਂਗੇ ਜੇ ਆਪਾਂ ਫਸਲ ਦੀ ਪ੍ਰਕਿਊਰਮੈਂਟ ਨਹੀਂ ਕਰਾਂਗੇ ਉਹਦੇ ਬਸੇ ਐਮਐਸਪੀ ਜ਼ਰੂਰੀ ਹੈ ਨਾ ਔਰ ਇਸੇ ਸਰਕਾਰ ਨੇ ਜਿਹੜੀ ਨਹੀਂ ਪਰ ਇਹ ਮੰਗ ਤਾਂ ਜ਼ਰੂਰੀ ਨਾ ਵੀ ਐਮਐਸਪੀ ਨੂੰ ਕਾਨੂੰਨ ਚ ਲਿਆਓ ਇਹ ਤਾਂ ਇਹ ਤਾਂ ਇੱਕ ਸੈਕੰਡਰੀ ਗੱਲ ਹੈ ਇਹ ਤਾਂ ਡਿਫਲੈਕਸ਼ਨ ਹੋ ਗਈ ਨਾ ਇੱਕ ਤਰੀਕੇ ਦਾ ਡਿਫਲੈਕਸ਼ਨ ਹੈ ਵੱਡਾ ਮੁੱਦਾ ਜਿਹੜਾ ਤੁਸੀਂ ਨੂੰ ਟੱਚ ਕਰ ਲਿਆ ਲੇਕਿਨ ਅੱਜ ਉਸ ਨੂੰ ਸਪੈਲ ਕਰਨ ਤੋਂ ਲੋਕ ਐਮਐਸਪੀ ਤੇ ਕੁੰਡਾ ਫਸਿਆ ਹੋਇਆ ਸਾਡਾ ਵੀ ਉਸ ਤੋਂ ਅੱਗੇ ਵਾਧ ਨਹੀਂ ਰਹੀ ਉਹਨੂੰ ਉਹਨੂੰ ਕਰਾਉਣ ਚ ਲਿਆ ਕਾਨੂੰਨ ਚ ਤੱਕ ਕਦੇ ਨਹੀਂ 30 ਸਾਲ ਤੋਂ ਸਾਨੂੰ ਐਮਐਸਪੀ ਮਿਲ ਰਹੀ ਹੈ ਰਿਤੀਸ਼ ਜੀ ਜੀ ਮੰਡੀ ਸਿਸਟਮ ਜਿਆਦਾ ਕ੍ਰਿਟੀਕਲ ਫੈਕਟਰ ਕੀ ਹੋਇਆ ਮੰਡੀ ਸਿਸਟਮ 2006 ਚ ਇੱਕ APMC ਐਕਟ ਸੀ ਜਿਹੜਾ ਸਕ੍ਰੈਪ ਕੀਤਾ ਗਿਆ ਬਿਹਾਰ ਦੀ ਗਵਰਨਮੈਂਟ ਨੂੰ ਐਸੀ BJP ਦੀ ਭਾਈਵਾਲ ਨੇ ਕੀਤਾ ਵਿੱਚ BJP ਉਸ ਸਮੇਂ ਡਿਪਟੀ CM ਦੇ ਰੂਪ ਚੌਥੀ ਗਵਰਨਮੈਂਟ ਦੇ ਵਿੱਚ ਭਾਗੀਦਾਰ ਸੀ ਅੱਜ 2006 ਤੇ ਵਿੱਚ ਜਿਹੜਾ ਸਕ੍ਰੈਪ ਕੀਤਾ 14 ਸਾਲ ਚੋਂ ਦੀ ਕਿੰਨੀ ਇਨਕਮ ਇਨਕਰੀਜ਼ ਹੋਈ ਕਿੰਨਾ MSP ਦੇ ਉੱਤੇ ਖਰੀਦਿਆ ਜਾ ਰਿਹਾ ਉਹ ਕਿਉਂ ਨਹੀਂ ਡਾਟਾ ਦੇ ਸਕਦਾ ਕੀ ਹੈ ਕੀ ਹੈ ਡਾਟਾ ਕੀ ਹੈ ਡਾਟਾ ਕੀ ਹੈ ਕਿ ਉਹਦੀ ਤੁਸੀਂ ਇਹ ਨਬਾੜ ਦੀ ਰਿਪੋਰਟ ਪੜੋ 2016-17 ਦੀ ਉਹ ਕਹਿ ਰਿਹਾ ਕਿ ਜਦੋਂ ਤੂੰ ਉਥੇ APMC ਮੰਡੀਕਰਨ ਸਿਸਟਮ ਖਤਮ ਹੋ ਗਿਆ ਟਰੇਡਰ ਦੀ ਮਰਜ਼ੀ ਤੇ ਰਹਿ ਗਿਆ ਕਿਸਾਨ ਇਹ ਨੈਸ਼ਨਲ ਕਾਉਂਸਲ ਫਾਰ ਇਕਨੋਮਿਕ ਰਿਸਰਚ ਐਗਰੀਕਲ ਇਕਨੋਮਿਕ ਰਿਸਰਚ ਦੀ ਰਿਪੋਰਟ ਵੀ ਹੈ 2019 ਦੀ ਉਹਦੇ ਚ ਵੀ ਦੇਖ ਲਓ ਕਿ ਟਰੇਡਰ ਦੀ ਮਰਜ਼ੀ ਤੇ ਆ ਔਰ ਉਹਦੀ ਇਨਕਮ ਕਿੰਨੀ ਵਧੀ ਬਿਹਾਰ ਦੇ ਕਿਸਾਨ ਦੀ ਅਜ ਮਨਥਲੀ ਜਿਹੜੀ ਐਵਰੇਜ ਇਨਕਮ ਹੈ ਹਾਊਸਹੋਲਡ ਦੀ ਉਹ 7100 ਰੁਪਏ ਆ ਔਰ ਪੰਜਾਬ ਦੇ ਕਿਸਾਨ ਦੀ 23133 ਉਹ ਕਿਉਂ ਹੈ ਕਿਉਂਕਿ ਸਾਡੇ ਕੋਲ ਸਟਰੋਂਗ ਮੰਡੀਕਰਨ ਸਿਸਟਮ ਹੈ ਜਿਹੜਾ ਅਸੀਂ 60 70 ਸਾਲ ਤੋਂ ਇੱਕ ਡਿਵੈਲਪ ਕੀਤਾ ਸਿਸਟਮ ਨੂੰ ਉਹਦੇ ਕਰਕੇ ਆ ਜੇ ਸਾਡੇ ਕੋਲ ਮੰਡੀਕਰਨ ਸਿਸਟਮ ਨਹੀਂ ਹੋਊਗਾ ਤੇ ਸਰਕਾਰ ਕੋਲ ਤੇ ਇੱਕ ਬਹੁਤ ਵੱਡਾ ਐਕਸਕਿਊਜ਼ ਹੈ ਕਿ ਮੈਂ ਖਰੀਦ ਹੀ ਨਹੀਂ ਸਕਦਾ ਮੰਡੀਕਰਨ ਸਿਸਟਮ ਬਿਨਾਂ ਐਮਐਸਪੀ ਦਾ ਰਿਲੇਵੈਂਸੀ ਖਤਮ ਹੋ ਜਾਊਗਾ ਇਹ ਤਿੰਨ ਕਾਨੂੰਨਾਂ ਦਾ ਜਿਹੜਾ ਮੇਨ ਮਕਸਦ ਹੈ ਉਹ ਸਭ ਤੋਂ ਜ਼ਿਆਦਾ ਕ੍ਰਿਟੀਕਲ ਫੈਕਟਰ ਆਪਾਂ ਅਸੈਂਸ਼ੀਅਲ ਕਮੋਡਿਟੀ ਐਕਟ ਦੀ ਗੱਲ ਕਰਦੇ ਹਾਂ ਜੀਜੇ ਨੰਬਰ ਤੇ ਕੰਟਰੈਕਟ ਫਾਰਮਿੰਗ ਹੈ ਤੇ ਵਿੱਚ ਕਿਤੇ ਫੂਡ ਐਂਡ ਯੂ ਨੋ ਜਿਹੜੀ ਟ੍ਰੇਡ ਟ੍ਰੇਡ ਐਂਡ ਕਮਰਸ ਫੂਡ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਐਕਟ ਹੈ ਇਹਨਾਂ ਚ ਸਭ ਤੋਂ ਜ਼ਿਆਦਾ ਕ੍ਰਿਟੀਕਲ ਤੁਹਾਡੇ ਸਾਹਮਣੇ ਕੀ ਹੈ ਪ੍ਰਾਈਵੇਟ ਮੰਡੀਆਂ ਸਰ ਇਹ ਰਤੀ ਜੀ ਇਹ ਤਿੰਨੋਂ ਕਾਨੂੰਨ ਇੱਕ ਹੀ ਕਾਨੂੰਨ ਹੈ ਐਮਐਸਪੀ ਨੂੰ ਆਪਾਂ ਛੱਡ ਦਈਏ ਰੌਲਾ ਐਮਐਸਪੀ ਤੇ ਪੈ ਗਿਆ ਐਮਐਸਪੀ ਨੂੰ ਆਪਾਂ ਛੱਡ ਦਈਏ ਲੇਕਿਨ ਆਪਾਂ ਇਹ 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 ਪਿਛੋਕੜ ਕੀ ਹੈ ਇਹਦੀ ਥੋੜੀ ਜੈਨੇਸਿਸ ਆਪਾਂ ਕਿ ਟ੍ਰੇਸ ਕਰੀਏ ਪਹਿਲਾਂ ਤਾਂ ਇਹ ਸਮਝੀ ਕਿ ਇਹ ਤਿੰਨ ਕਾਨੂੰਨ ਨਹੀਂ ਇੱਕ ਕਾਨੂੰਨ ਇੱਕ ਹੈ ਉਹਦਾ ਮੈਂ ਤੁਹਾਨੂੰ ਇੰਟਰਲਿੰਕ ਕਿੱਦ ਸਭ ਤੋਂ ਪਹਿਲਾਂ ਕਿਸਾਨ ਨਾਲ ਜੇ ਕੋਈ ਵਪਾਰੀ ਜਾਂ ਕਾਰਪੋਰੇਟ ਹਾਊਸ ਆਊਗਾ ਕੰਟਰੈਕਟ ਕਰੂਗਾ। ਕੰਟਰੈਕਟ ਕਦ ਵਾਸਤੇ ਕਰੂਗਾ? ਫਸਲ ਖਰੀਦਣ ਵਾਸਤੇ। ਉਹਦੇ ਵਾਸਤੇ ਮੰਡੀਕਰਨ ਸਿਸਟਮ ਦਾ ਉਹਨੂੰ ਪ੍ਰੋਵੀਜ਼ਨ ਦਿੱਤਾ ਗਿਆ। ਮੰਡੀਕ ਚੂ ਸਿਸਟਮ ਜਦੋਂ ਫਸਲ ਖਰੀਦ ਲਈ ਉਹ ਕਰੂਗਾ ਕੀ ਉਹਨੂੰ ਸਟਾਕ ਕਰੂਗਾ? ਸਟਾਕ ਵਾਸਤੇ ਐਮੈਂਡਮੈਂਟ ਇਨ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਕਰ ਦਿੱਤੀ ਗਈ। ਉਹ ਤਿੰਨੋਂ ਚੀਜ਼ਾਂ ਨੂੰ ਜੋ ਇੰਟਰਲਿੰਕ ਕਰਦੇ ਹੋ ਇੱਕ ਹੀ ਚੀਜ਼ ਹੈ। ਸਿਰਫ ਉਹਨੂੰ ਲੋਕਾਂ ਨੂੰ ਗੁੰਮਰਾਹ ਕਰਨ ਲਈ, ਲੋਕਾਂ ਨੂੰ ਦਿਖਾਉਣ ਲਈ ਕਿ ਅਸੀਂ ਬਹੁਤ ਵੱਡਾ ਰਿਫਾਰਮ ਕਰ ਰਹੇ ਹਾਂ ਉਹਨੂੰ ਤਿੰਨ ਨਾਮ ਦਿੱਤੇ ਗਏ। ਔਰ ਸੈ ਹੂੰ ਜੇ ਮਾਡਲ ਐਕਟ ਜਿਹੜੀ ਆ ਵਾਜਪਾਈ ਸਾਹਿਬ ਦੀ ਗਵਰਨਮੈਂਟ ਤੋਂ ਆਪਾਂ ਦੇਖੀਏ 2003 ਚ ਇੱਕ ਮਾਡਲ ਐਕਟ ਆਇਆ ਸੀ ਉਹਦੇ ਚ ਕੰਟਰੈਕਟ ਫਾਰਮਿੰਗ ਵੀ ਇੰਟਰੋਡਿਊਸ ਕੀਤੀ ਗਈ ਸੀ ਪ੍ਰਾਈਵੇਟ ਮੰਡੀ ਵੀ ਸਿਸਟਮ ਯੂਚ ਪਰ ਉਹ ਸਟੇਟਲੀ ਉਹਨੂੰ ਮੰਨਣਾ ਆਬਲੀਗੇਸ਼ਨ ਨਹੀਂ ਸੀ ਕਿਉਂਕਿ ਉਹ ਉਹ ਮੰਨਦੇ ਸੀ ਵਾਜਪਾਈ ਸਾਹਿਬ ਦੇ ਗਵਰਨਮੈਂਟ ਉਸ ਟਾਈਮ ਦੀ ਗਵਰਨਮੈਂਟ ਆ ਮੰਨਦੀਆਂ ਸੀ ਕਿ ਇਹ ਅਸੀਂ ਫੈਡਰਲ ਸਿਸਟਮ ਦੇ ਢਾਂਚੇ ਨੂੰ ਖਰਾਬ ਕਰਾਂਗੇ ਜੇ ਉਹਨਾਂ ਦੇ ਉੱਪਰ ਕਾਨੂੰਨ ਬਣਾਵਾਂਗੇ ਇਹ ਸਟੇਟਾਂ ਤੇ ਛੱਡ ਦਿੱਤਾ ਗਿਆ ਕਿ ਕਿਹੜੀ ਸਟੇਟ ਨੇ ਇਹਨੂੰ ਆਪਣੇ ਸਿਸਟਮ ਦੇ ਅਕੋਰਡਿੰਗਲੀ ਐਕਸੈਪਟ ਕਰਨਾ ਹੈ ਉਹ ਜਿਹੜਾ ਆਪਾਂ 2003 ਦੇ ਵਿੱਚ ਅਸੀਂ ਕਈ ਰਿਫਾਰਮਸ ਵੇਖੇ ਅਸੀਂ ਦੇਖਿਆ ਵੀ ਇੱਕ ਮਾਡਲ ਸੈਂਟਰਲ ਇਲੈਕਟ੍ਰਿਸਿਟੀ ਐਕਟ ਦੀ ਗੱਲ ਹੈ ਜਿਹਦੇ ਤਹਿਤ ਕਿ ਆ ਜਿਹੜਾ ਸਾਰਾ ਸਾਡੇ ਰੈਗੂਲੇਟਰੀ ਅਥਾਰਟिटीज ਬਣਦੀਆਂ ਨੇ ਉਹਨਾਂ ਦੀ ਗੱਲ ਹੈ ਇੱਕ ਪੁਲਿਸ ਦਾ ਵੀ ਇੱਕ ਇੱਕ ਪੁਲਿਸ ਰਿਫਾਰਮਸ ਵੀ ਆਈ ਸੀ ਪੁਲਿਸ ਰਿਫਾਰਮਸ ਆਈਆਂ ਸੀ ਇੱਕ ਪੁਲਿਸ ਐਕਟ ਦੀ ਕਲਪਨਾ ਕੀਤੀ ਗਈ ਸੀ ਜੋ ਸਟੇਟਸ ਨੇ ਉਹਨੂੰ ਅਲਾਈਨ ਵੀ ਕੀਤਾ ਆ ਤੁਸੀਂ ਜਿਹੜਾ ਕਹਿ ਰਹੇ ਹੋ ਵੀ ਐਗਰੀਕਲਚਰ ਯੂ نو ਮਾਰਕੀਟਿੰਗ ਜਿਹੜਾ ਮੇਨ ਐਕਟ ਐ ਪੀ ਐਮ ਸੀ ਐਕਟ ਐ ਜਿਹੜਾ ਮਾਡਲ ਐਕਟ ਐ 2013 ਚ ਆਇਆ ਬਟ ਇਟ ਵਾਸ ਨਾਟ ਮੰਡੀਟਰੀ ਵੀ ਸਟੇਟ ਲੈਵਲ ਉੱਦੇ ਚ ਉਹਦੀਆਂ ਜਿਹੜੀਆਂ ਮਦਾਂ ਸੀ ਅੱਜ ਦੀਆਂ ਜਿਹੜੇ ਤਿੰਨ ਕਾਨੂੰਨਾਂ ਨਾਲੋਂ ਕਿੰਨੀਆਂ ਵੱਖਰੀਆਂ ਨੇ ਕਾਫੀ 70 70% ਉਹਦੇ ਨਾਲ ਮਿਲਦੀਆਂ ਨੇ ਅੱਜ ਵੀ ਕਿਉਂਕਿ ਉੱਚੀ ਚ ਵੀ ਪ੍ਰਾਈਵੇਟ ਮੰਡੀ ਸਿਸਟਮ ਸੀ ਉਹਦੇ ਚ ਵੀ ਕੰਟਰਫਾਰਮਿੰਗ ਸੀ ਉਹਦੇ ਚ ਵੀ ਕੋਰਟ ਨੂੰ ਜੂਰਿਸਡਿਕਸ਼ਨ ਤੋਂ ਬਾਹਰ ਕੀਤਾ ਗਿਆ ਸੀ ਠੀਕ ਹੈ ਜੀ ਅਸੈਂਸ਼ੀਅਲ ਕਮੋਡਿਟੀਆਂ ਅਸੈਂਸ਼ੀਅਲ ਕਮੋਡਿਟੀਆਂ ਨਹੀਂ ਸੀ ਉਸ ਵਿੱਚ ਨਹੀਂ ਸੀ ਕਿ ਨਹੀਂ ਜੀ ਉਦੋਂ ਕਿਉਂਕਿ ਗਵਰਨਮੈਂਟ ਨੂੰ ਉਸ ਟਾਈਮ ਅਸੀਂ ਗਵਰਨਮੈਂਟ ਇਹ ਸਮਝਦੀ ਕਿ ਅਜ ਵੀ ਲੋਕ ਸਾਡੇ ਕਾਫੀ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਨੇ ਇਹਨਾਂ ਦਾ ਕਿਤੇ ਸੋਸ਼ਨ ਨਾ ਹੋਵੇ ਇਸ ਕਰਕੇ ਅਸੈਂਸ਼ੀਅਲ ਕਮੋਡਿਟੀਆਂ ਨੂੰ ਉਹ ਜੋ ਬਾਰ ਰੱਖਿਆ ਗਿਆ ਸੀ ਹੁਣ ਜੋ ਕਾਰਪੋਰੇਟ ਹਾਊਸਿੰਗ ਨੂੰ ਬੇਨਫਿਟ ਦੇਣ ਲਈ ਅਸੈਂਸ਼ੀਅਲ ਕਮੋਡਿਟੀ ਦੀ ਲਿਮਿਟਿੰਗ ਸਟਾਕ ਲਿਮਿਟ ਖਤਮ ਕਰ ਦਿੱਤੀ ਗਈ ਔਰ ਲੀਗਲਾਈਜ਼ ਕਰ ਦਿੱਤਾ ਗਿਆ ਇਸ ਤੀਜੇ ਐਕਟ ਦੇ ਥਰੂ ਕਿ ਤੁਹਾਡਾ ਪ੍ਰੋਫਿਟ ਜਿਹੜਾ ਕਾਰਪੋਰੇਟ ਹਾਊ ਦਾ ਕਾਰਪੋਰੇਟ ਕੋਕੀ ਬੜਾ ਇੰਪੋਰਟੈਂਟ ਨੁਕਤਾ ਕਿਉਂਕਿ ਬਾਰ ਬਾਰ ਜਿਹੜੇ ਲੋਕ ਇਹਨਾਂ ਕਾਨੂੰਨਾਂ ਨੂੰ ਪੰਡ ਰਹੇ ਨੇ ਉਹ ਕਹਿ ਰਹੇ ਨੇ ਕਾਰਪੋਰੇਟਾਂ ਦੇ ਹੱਥ ਚ ਆਪਾਂ ਸਭ ਕੁਝ ਪੜਾ ਰਹੇ ਆ ਤੇ ਜਿਹੜੇ ਪ੍ਰੋੜਤਾ ਕਰ ਰਹੇ ਨੇ ਕਾਨੂੰਨਾਂ ਦੀ ਉਹਨਾਂ ਦਾ ਕਹਿਣਾ ਵੀ ਅਸੀਂ ਤਾਂ ਵਿਚੌਲੀ ਖਤਮ ਕਰ ਰਹੇ ਆ ਅਸੀਂ ਤਾਂ ਕਿਸਾਨਾਂ ਨੂੰ ਜ਼ਿਆਦਾ ਮੁਨਾਫਾ ਉਹਨਾਂ ਦੀ ਇਨਕਮ ਵਧਾਣਾ ਹੈਗਾ ਜੋ ਪਿੱਛਾ ਵੀ ਹੈ ਕੇਂਦਰ ਕੇਂਦਰ ਸਰਕਾਰ ਤੋਂ ਸਰ 24 ਤੱਕ ਲੇਕਿਨ 2003 ਦਾ ਜੇ ਐਕਟ 70% ਦੇ ਨਾਲ ਰਲਦਾ ਸੀ ਉਹ ਆਇਆ ਉਸ ਵਕਟਾ ਰੋਹ ਹੋ ਹੱਲਾ ਨਹੀਂ ਪਿਆ ਤੇ ਇੱਕ ਬਾਰ ਬਾਰ ਤੁਸੀਂ ਕਾਂਗਰਸ ਵਾਲੇ ਵੀ ਕਹਿੰਦੇ ਹੋ ਵੀ 2013 ਦੇ ਵਿੱਚ ਜੀ ਅਕਾਲੀ ਦਲ ਸਰਕਾਰ ਨੇ ਵੀ ਕੈਕਟ ਪਾਸ ਕਰ ਲਿਆ ਸੀ ਕੰਟਰੈਕਟ ਫਾਰਮਿੰਗ ਐਕਟ 2013 ਪਾਸ ਕੀਤਾ ਉਹ ਉਹ ਪੂਰੀ ਪਰਿਸਥਿਤੀ ਕੀ ਸੀ ਉਸ ਵਕਟ ਵੀ ਐਜੀਟੇਸ਼ਨਾਂ ਹੋਈਆਂ ਸੀ ਕੀ ਵਿਚੌਕੜਾ 2003 ਤੇ 2013 ਦੇ ਵਿੱਚ ਕੀ ਹੋਇਆ 2003 ਦਾ ਜਿਹੜਾ ਸੀ ਉਹ ਸਟੇਟਲੀ ਆਬਲੀਗੇਸ਼ਨ ਨਹੀਂ ਸੀ ਮੰਨਣਾ ਉਹ ਸਟੇਟਾਂ ਨੂੰ ਜੇ ਤੁਸੀਂ ਉਹਦਾ ਆਬਜੈਕਟ ਐਂਡ ਰੀਜ਼ਨ ਪੜਿਆ ਜਾਓ ਉਹਨਾਂ ਨੇ ਸਟੇਟਸ ਲਈ ਛੱਡ ਦਿੱਤਾ ਗਿਆ ਕਿ ਤੁਸੀਂ ਮਰਜ਼ੀ ਦੇ ਅਕੋਰਡਿੰਗਲੀ ਇਹਨੂੰ ਅਮੈਂਡਮੈਂਟ ਕਰ ਲਓ ਆਪਣੇ APMC ਐਕਟ ਨੂੰ ਕੁਝ ਸਟੇਟਾਂ ਨੇ ਉਹਨੂੰ ਅਮੈਂਡਮੈਂਟ ਕੀਤਾ ਪਾਰਸ਼ਲੀ ਕੀਤਾ ਜਿੰਨਾਂ ਕੋ ਉਹਨਾਂ ਨੂੰ ਆਪਣੀ ਸਟੇਟ ਦੇ ਅਕੋਰਡਿੰਗਲੀ ਸੂਟੇਬਲ ਸੀ ਉਹਨਾਂ ਨੇ ਉਹਨੂੰ ਅਮੈਂਡਮੈਂਟ ਕਰ ਲਿਆ 2013 ਚੰਦਾ ਹੈ 2013 ਜਿੱਦੂ ਸਰਕਾਰ ਅਕਾਲੀ ਦਲ ਦੀ ਸਰਕਾਰ ਸੀ ਇਹ ਦੁਨ ਦੇਸ਼ ਦੀ ਪਹਿਲੀ ਸਰਕਾਰ ਸੀ ਜਿਨੇ ਕੰਟਰੈਕਟ ਫਾਰਮਿੰਗ ਐਕਟ APMC ਚ ਐਮੈਂਡਮੈਂਟ ਕਰਕੇ ਨਹੀਂ ਲੰਦਾ ਇੱਕ ਸੈਪਰੇਟ ਐਕਟ ਬਣਾਇਆ ਗਿਆ ਯਾਨੀ ਕਿ APMC ਇਹ ਮਾਡਲ ਜਿਹੜਾ APMC ਐਕਟ ਐਗਜ਼ਿਸਟ ਕਰਦਾ ਸੀ 1964 ਵਾਲਾ ਉਹਨੂੰ ਉਹਦੇ ਆਸਾਰ ਨਾਲ ਸਟੇਟਾਂ ਨੇ ਅਲਾਈਨ ਕਰਨੇ ਸੀ ਆਪਣੇ ਐਕਟ ਲੇਕਿਨ ਜਿਆਦਾ ਜਿਆਦਾ ਨਹੀਂ ਸਟੇਟਾਂ ਨੇ ਕੀਤਾ ਠੀਕ ਹੈ ਨਾ ਲੇਕਿਨ 2013 ਤੁਸੀਂ ਕਹਿ ਰਹੇ ਹੋ ਕਿ ਵੱਖਰਾ ਕੰਟਰੈਕਟ ਐਕਟ ਵੱਖਰਾ ਕੰਟਰੈਕਟ ਐਕਟ ਪੂਰੇ ਦੇਸ਼ ਦੇ ਵਿੱਚ ਇੱਕ ਸੂਬਾ ਪੰਜਾਬ ਸੀ ਜਿਨੇ ਸੈਪਰੇਟ ਕੰਟਰੈਕਟ ਫਾਰਮਿੰਗ ਐਕਟ ਨੂੰ ਲੈ ਕੇ ਆਏ ਔਰ ਉਹਦੇ ਚ ਇੱਕ ਇਦਾਂ ਦਾ ਪ੍ਰੋਵੀਜ਼ਨ ਰੱਖਿਆ ਅਸੀਂ ਅੱਜ ਕਿਸਾਨੀ ਦੀ ਸੂਬੇ ਦੀ ਗੱਲ ਕਰਦੇ ਹਾਂ ਕਿ ਸਾਡਾ ਸੂਬਾ ਕਿਸਾਨੀ ਸੂਬਾ ਹੈ ਔਰ ਇੱਕ ਕਿਸਾਨਾਂ ਦੀ ਹਤੈਸ਼ੀ ਆਪਣੇ ਆਪ ਨੂੰ ਕਹਿੰਦੇ ਨੇ ਇਹਨਾਂ ਨੇ ਕਿਸਾਨਾਂ ਲਈ ਸਜ਼ਾ ਦੇ ਜਿਹੇ ਪ੍ਰਾਵਧਾਨ ਕਿਸੇ ਨੇ ਦੇਸ਼ 'ਚ ਰੱਖਿਆ ਉਹ ਕੱਲੀਦਲ ਦੀ ਸਰਕਾਰ 2013 ਦੇ ਐਕਟ 'ਚ ਰੱਖਿਆ ਉਹਦੇ 'ਚ ਕੀ ਐ ਸਕ੍ਰਿਪਟ ਜਿਹ ਜੇ ਤੁਹਾਡੀ ਚ ਡਿਸਪਿਊਟ ਹੁੰਦਾ ਤੁਸੀਂ ਉਹ ਡਿਸਪਿਊਟ ਦੇ ਵਿੱਚ ਨਹੀਂ ਗੱਲ ਮੰਨਦੇ ਮੁਨਕਰ ਹੁੰਦੇ ਹੋ ਕਿਸਾਨ ਮੰਨਨ ਉਸ ਗੱਲ ਨੂੰ ਤੇ ਉਹਦੇ ਲਈ 1 ਮਹੀਨੇ ਦੀ ਸਜ਼ਾ ਦਾ ਪ੍ਰਾਵਧਾਨ 5000 ਤੋਂ ਲੈ ਕੇ 5 ਲੱਖ ਤੱਕ ਦਾ ਜੁਰਮਾਨਾ ਤੇ ਉਹ ਫਿਰ ਵੀ ਨਹੀਂ ਮੰਨਦਾ ਤੇ 100 ਰੁਪਏ ਪਰ ਡੇ ਦੇ ਹਿਸਾਬ ਨਾਲ ਐਕਸਟਰਾ ਉੱਚੇ ਜੁੜਿਆ ਜਾਊਗਾ ਕਿਸਾਨਾਂ ਨੂੰ ਕਿਸਾਨਾਂ ਲਈ ਸੀ ਸਜ਼ਾ ਸੀਗੀ ਸਜ਼ਾ ਲਈ ਸੀ ਕੋਈ ਨਾ ਲਾਗੂ ਨਹੀਂ ਹੋਇਆ ਕਿਉਂਕਿ ਉਸ ਤੋਂ ਬਾਅਦ ਐਜੀਟੇਸ਼ਨ ਕਿਸਾਨੀ ਹੋਏ ਨੇ ਐਜੀਟੇਸ਼ਨ ਕਾਫੀ ਐਜੀਟੇਸ਼ਨ ਚੱਲੀ ਉਹਦੇ ਕਰਕੇ ਇਹ ਸਰਕਾਰ ਉਤੋਂ ਬੈਕਫੁੱਟ ਹੋ ਗਈ ਉਹਨੇ ਉਸੇ ਦੌਰਾਨ ਕਿਤੇ ਇਹ ਬੋਲੇ ਵਾਲਾ ਇਨਸੀਡੈਂਟ ਵੀ ਜਰਦੀਸ਼ ਬੋਲੇ ਵਾਲਾ ਵੀ ਆਇਆ ਉਹ ਸਰਕਾਰ ਕਾਫੀ ਬੈਕਫੋਰਡ ਤੇ ਹੋ ਗਈ ਉਹਨਾਂ ਨੇ ਇਨਉਂ ਠੰਡੇ ਬਸਤੇ ਚਪਾਤਾ ਕਿਉਂਕਿ ਇਹਦੇ ਐਕਟ ਦੇ ਅਕੋਰਡਿੰਗ ਤੁਸੀਂ ਰੂਲਸ ਬਣਾਣੇ ਸੀ ਔਰ ਸੈਕੰਡਲੀ ਇੱਕ ਕਮਿਸ਼ਨ ਬਣਾਉਣਾ ਸੀ ਜਿਹੜਾ ਫਾਰਮਰ ਕਮਿਸ਼ਨਸ ਬੰਨਣਾ ਸੀ ਉਹ ਨਹੀਂ ਬਣਾਇਆ ਗਿਆ ਜਿਹਦੇ ਕਰਕੇ ਐਕਟ ਦੀ ਇੰਪਲੀਮੈਂਟੇਸ਼ਨ ਨਹੀਂ ਹੋਈ ਅਜੇ ਨਲ ਐਂਡ ਵੋਇਡ ਹੀ ਮੰਨਿਆ ਜਾਊਗਾ ਕਿਉਂਕਿ ਉਹਦੇ ਵਿੱਚ ਜੋ ਪ੍ਰੋਵੀਜ਼ਨ ਸੀ ਉਹਨੂੰ ਆਪਾਂ ਇੰਪਲੀਮੈਂਟ ਹੀ ਨਹੀਂ ਕੀਤਾ ਹੁਣ ਸੈਸ਼ਨ ਸਰਕਾਰਾਂ ਨੇ ਵੀ ਨਹੀਂ ਕੀਤਾ ਕਾਂਗਰਸ ਹੀ ਜਿਹੜੀ ਸਰਕਾਰ ਉਹ ਨਹੀਂ ਵੀ ਨਹੀਂ ਕੀਤਾ ਇਸ ਹੁਣ ਚਲੋ ਸਿਆਸਤ ਦੀ ਗੱਲ ਦੇ ਜਗ੍ਹਾ ਹੁਣ ਆਪਾਂ ਉਸ ਪੁਆਇੰਟ ਤੇ ਆ ਜਾਈਏ ਜਿਸ ਤੋਂ ਆਪਾਂ ਛੱਡਿਆ ਸੀ ਪੁਆਇੰਟ ਵੀ ਕਾਰਪੋਰੇਟ ਤੁਸੀਂ ਤੁਸੀਂ ਲੋਕ ਜਿਹੜੇ ਇਸ ਐਕਟ ਨੂੰ ਭੰਡਦੇ ਹੋ ਤੇ ਨਾ ਐਕਟਾਂ ਨੂੰ ਕਾਨੂੰਨਾਂ ਨੂੰ ਉਹ ਕਹਿੰਦੇ ਵੀ ਕਾਰਪੋਰੇਟ ਦੇ ਹਿੱਤਾਂ ਨੂੰ ਸਿਕਿਉਰ ਕਰਨ ਲਈ ਜ਼ਿਆਦਾ ਕੋਸ਼ਿਸ਼ਾਂ ਨੇ ਫਾਰ ਇੱਕ ਹਰਦੀਪਪੁਰ ਆ ਕੇ ਚੰਡੀਗੜ੍ਹ 'ਚ ਬਿਆਨ ਦੇ ਕੇ ਜਾਂਦੇ ਨੇ ਵੀ ਅਸੀਂ ਨਾ ਤਾਂ ਕਿਸਾਨ ਦੀ ਜ਼ਮੀਨ ਨੂੰ ਗਿਰਵੀ ਗਹਿਣੇ ਤਰਾਂਗੇ ਨਾ ਗਿਰਵੀ ਮੋਰਗੇ ਸੈਲੀ ਇਹ ਸਾਰੀ ਚੀਜ਼ਾਂ ਕੁਝ ਨਹੀਂ ਕੀਤਾ ਜਾਏਗਾ ਮੈਂ ਇੱਕ ਐਕਟ ਲਿਖਿਆ ਵੀ ਹੋਇਆ ਮੈਂ ਅੱਗੇ ਅੱਗੇ ਜਾਣ ਤੋਂ ਪਹਿਲਾਂ ਇਹਦੇ ਗੱਲ ਦਾ ਜਵਾਬ ਦਵਾਂ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਐਮੈਂਡਮੈਂਟ ਕਰਕੇ ਕਾਰਪੋਰੇਟ ਹਾਊਸਿਸ ਦੀ ਪ੍ਰੋਫਿਟ ਨੂੰ 50% ਤੋਂ ਲੈ ਕੇ 100% ਤੱਕ ਲੀਗਲ ਫਰੇਮਵਰਕ ਦੇ ਦਿੱਤਾ ਗਿਆ ਪਰ ਉਸੇ ਐਕਟ ਦੇ ਵਿੱਚ ਕਿਸਾਨ ਲਈ ਮਿਨੀਮਮ ਸਪੋਰਟ ਪ੍ਰਾਈਸ ਦੇਣ ਤੋਂ ਆਪਾਂ ਭੱਜ ਗਏ ਆਪਾਂ ਮੈਕਸਿਮਮ ਕੀ ਦੇਣਾ ਪ੍ਰੋਫਿਟ ਆਪਾਂ ਤਾਂ ਮਿਨੀਮਮ ਵੀ ਨਹੀਂ ਦੇ ਪਾਰੇ ਜੇ ਅਸੀਂ ਕਾਰਪੋਰੇਟ ਹਾਊਸ ਲਈ 100% ਪ੍ਰੋਫਿਟ ਸਿਕਯੂਰ ਕਰਤਾ ਕਿ ਅਸੀਂ ਇੰਟਰਫੇਅਰ ਨਹੀਂ ਕਰਾਂਗੇ ਉਹ ਕੀ ਲਿਖਿਆ ਐਸੈਂਸ਼ੀਅਲ ਕਮੋਡਿਟੀ ਐਕਟ ਅਨੁਕੂਟ ਕਰੋ ਤੁਸੀਂ ਆ ਦੇਖੋ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਜਿਹੜਾ ਨਹੀਂ ਮੋਟਾ ਮੋਟਾ ਸਮਝਾ ਦੋ ਆਪਸ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਕਿ ਜਿਹੜੀ ਪਰਸ਼ੀਅਬਲ ਐਗਰੀਕਲਚਰ ਪ੍ਰੋਡਿਊਸ ਨੇ ਔਰ ਵੈਜੀਟੇਬਲਸ ਨੇ ਜਾਂ ਫਰੂਟ ਹੈ ਜੇ ਉਹਦਾ 50% ਤੋਂ ਲੈ ਕੇ 100% ਪ੍ਰਾਈਸ ਕੁਝ ਚੀਜ਼ਾਂ ਦਾ 50 ਹੈ ਕੁਝ ਦਾ 100% ਹੈ ਜਿੰਨ ਤੱਕ ਪ੍ਰਾਈਸ ਰਾਈਜ਼ ਨਹੀਂ ਹੋਗਾ ਗਵਰਨਮੈਂਟ ਇੰਟਰਫੇਅਰ ਨਹੀਂ ਕਰੂਗੀ ਮਤਲਬ ਐਸ ਦਨ ਗਵਰਨਮੈਂਟ ਇੰਟਰਵੈਨ ਕਰੇਗੀ ਆ ਕੇ ਉਸ ਸਟੇਜ ਦੇ ਉੱਪਰ ਕਿ ਹੋਣੇ ਦਾ ਪ੍ਰਾਈਸ 100% ਤੋਂ ਜ਼ਿਆਦਾ ਵੱਧ ਗਿਆ ਤਾਂ ਇੰਟਰਵੈਨ ਕਰਾਂਗੇ ਬਸ 100 ਰੁਪਏ ਦੀ ਚੀਜ਼ ਇਹ 200 ਰੁਪਏ ਦੀ ਹੋ ਜਾਏਗੀ 200 ਤੋਂ ਉੱਤੇ 200 ਇੱਕ ਰੁਪਿਆ ਹੋਏਗੀ ਤਾਂ ਗਵਰਨਮੈਂਟ ਇੰਟਰਵੈਨ ਕਰੂਗੀ ਜੇ 200 ਤੱਕ ਰਹੇਗੀ ਤੇ ਗਵਰਨਮੈਂਟ ਇੰਟਰਵੈਨ ਨਹੀਂ ਕਰੂਗੀ ਕਿ ਮਤਲਬ ਪ੍ਰੋਫਿਟ ਪ੍ਰੋਫਿਟ ਤੁਸੀਂ 100% ਇੱਕ ਕਾਰਪੋਰੇਟ ਹਾਊਸ ਹੀ ਸਿਕਯੂਰ ਕਰਤਾ ਕਿ ਉਹਦੇ ਲੀਗਲ ਫਰੇਮਵਰਕ ਵੀ ਦਿੱਤਾ ਤੇ ਜਦੋਂ ਉਸੇ ਐਕਟ ਦੇ ਵਿੱਚ ਕਿਸਾਨ ਲਈ ਜਿਹੜਾ ਮਿਨੀਮਮ ਜਿਹੜੀ ਆਪਾਂ ਇਨਕਮ ਸਿਕਯੂਰ ਕਰਨ ਵਾਸਤੇ ਆਪਾਂ ਕੀ ਸਾਡੀ ਸਾਡੀ ਮੰਚਾ ਕੀ ਹੈ ਕਿਉਂ ਅਸੀਂ ਇੱਕ ਕਿਸਾਨ ਨੂੰ ਮਿਨਿਮਲ ਸਪੋਰਟ ਪ੍ਰਾਈਸ ਵੀ ਨਹੀਂ ਦੇ ਸਕਦੇ ਮਿਨਿਮਮ ਇਨਕਮ ਵੀ ਗਾਰੰਟੀ ਨਹੀਂ ਕਰ ਸਕਦੇ ਅਸੀਂ ਕਾਰਪੋਰੇਟ ਹਾਊਸ ਇਸ 100% ਗਾਰੰਟੀ ਕਰਦੀ ਪ੍ਰੋਫਿਟ ਕਿਸਾਨ ਲਈ ਪ੍ਰੋਫਿਟ ਇਨਕਮ ਦੇ ਉੱਪਰ ਪ੍ਰੋਫਿਟ 100% ਪਰ ਆਪਾਂ ਕਿਸਾਨ ਦੀ ਜਿੰਨੀ ਲਾਗਤ ਹੈ ਉਹਦੀ ਮਿਨਿਮਮ ਸਪੋਰਟ ਵੀ ਦੇਣ ਨੂੰ ਤਿਆਰ ਨਹੀਂ ਇਹ ਕਾਰਪੋਰੇਟ ਇਹ ਇਹ ਲੋਕਾਂ ਦੇ ਸ਼ੰਕੇ ਨੇ ਮੇਰਾ ਸ਼ੰਕਾ ਵੀ ਲੋਕਾਂ ਦਾ ਵੀ ਹੈ ਕਿ ਆਪਾਂ ਇਹ ਇਦਾਂ ਦੇ ਜੇ ਕਹਿ ਰਹੇ ਹੋ ਕਿ ਆਪਾਂ ਕਿਤੇ ਨਹੀਂ ਜਾ ਰਹੇ ਆਪਾਂ ਕਿਸਾਨਾਂ ਦੇ ਹੱਕੀ ਹਤਾਸ਼ ਆ ਤੇ ਐਮਐਸਪੀ ਵਰਡ ਕਿਉਂ ਨਹੀਂ ਪਾਉਂਦੇ ਤੁਸੀਂ ਹੂੰ ਹੂੰ ਸਟਾਕ ਲਈ ਕਿ ਮੇ ਫਿਰ ਉਥੇ ਗੱਲਾਂ ਨੇ ਐ ਐਮ ਐਸ ਪੀ ਦਾ ਵਰਡ ਪਹਿਲਾ ਨਹੀਂ ਸੀ ਮੈਕੈਨਿਜ਼ਮ ਦਾ ਕੋਈ ਹੋਰ ਚਾਹੀਦਾ ਨਾ ਟਾਂਚਾ ਦਾ ਕੋਈ ਹੋਰ ਚਾਹੀਦਾ ਐਮ ਐਸ ਪੀ ਨੂੰ ਵਿੱਚ ਆਣ ਜਾਂ ਨਾ ਪੰਨ ਦਾ ਮੁੰਦਾ ਨਹੀਂ ਹੈ ਮੇਰੇ ਸਾਹ ਨਾਲ 100% ਜਿਹੜਾ ਤੁਸੀਂ ਕਹਿ ਰਹੇ ਹੋ 100% ਜਿਹੜਾ ਇਨਫਲੇਸ਼ਨ ਜਾਂ ਹੋਰ ਚੀਜ਼ਾਂ ਨੂੰ ਐਸਕੇਲੇਟ ਕਰੇਗਾ ਉਹ ਜਿਹੜਾ 100% ਪ੍ਰੋਫਿਟ ਹੈ ਉਹਨੂੰ ਕਟੇਲ ਕਰਨ ਦੀ ਲੋੜ ਹੈ ਐਮ ਐਸ ਪੀ ਦਾ ਜਿਹੜੀ ਸੁਰੰਸ਼ੀਤਾ ਬਿਨਾ ਕਾਨੂੰਨ ਦੇ ਸੁਰੰਸ਼ੀਤਾ ਹੈ ਅੱਜ ਆਪਾਂ ਸੀ ਐਸ ਪੀ ਬਿਨਾ ਪਿਛਲੇ ਕਿੰਨੇ ਧਾਕਿਆਂ ਤੋਂ ਆਪਾਂ ਨੂੰ ਐਮ ਐਸ ਪੀ ਬਿਨਾ ਕਾਨੂੰਨ ਦੇ ਵਿੱਚ ਹੋਏ ਮਿਲ ਰਹੀ ਹੈ ਨਾ ਆਪਾਂ ਕਿ ਮੰਦੇ ਆ ਮੰਡੀਕਰਨ ਸਿਸਟਮ ਡਵੈਲਪ ਕੀਤਾ ਇਨਫਰਾਸਟ੍ਰਕਚਰ ਖੜਾ ਕੀਤਾ ਕਦੇ ਵਾਸਤੇ ਕੀਤਾ ਕਿ ਐਮਐਸਪੀ ਤੇ ਆਪਾਂ ਫਸਲ ਖਰੀਦਣੀ ਜੋ ਇਨਫਰਾਸਟ੍ਰਕਚਰ ਹੀ ਖਤਮ ਹੋਊਗਾ ਤਾਂ ਐਮਐਸਪੀ ਦਾ ਰਿਲੇਵੈਂਸ ਕੀ ਰਹੇਗਾ ਬਿਲਕੁਲ ਸੈਕਿੰਡ ਗੱਲ ਕਿ ਆਪਾਂ ਉਹ ਕਿਸਾਨ ਨੂੰ ਮੈਕਸਿਮਮ ਸਪੋਰਟ ਪ੍ਰਾਈਸ ਨਹੀਂ ਦੇ ਰਹੇ ਕਿ ਮਿਨੀਮਮ ਸਪੋਰਟ ਪ੍ਰਾਈਸ ਦੇ ਰਹੇ ਆ ਆਪਾਂ ਐਕਟ ਚ ਮਿਨੀਮਮ ਵੀ ਉਹਨੂੰ ਇਨਕਮ ਕਿਉਂ ਨਹੀਂ ਗਾਰੰਟੀ ਕਰਕੇ ਦੇ ਸਕਦੇ ਅਸੀਂ ਜੇ ਕਹਿੰਨੇ ਆ ਕਿਸਾਨ ਦੀ ਇਨਕਮ ਆਪਾਂ ਡਬਲ ਕਰਨੀ ਹੈ ਕਾਰਪੋਰੇਟ ਨੂੰ ਆਪਾਂ ਮੈਕਸਿਮਮ ਮੈਕਸਿਮਮ ਦੇਤਾ ਪ੍ਰੋਫਿਟ ਮੈਕਸਿਮਮ ਪ੍ਰੋਫਿਟ ਲਿਵਰੇਜ ਤੇ ਮਿਨੀਮ ਅਪਾ ਕਹਿੰਦੇ ਆਮਦਨ ਦੁੱਗਣੀ ਕਰੀ ਨਾ ਜਿਹੜਾ ਹਰਦੀਪ ਪੂਰੀ ਕਹਿ ਰਹੇ ਨੇ ਜੀ ਉਹ ਜਿਹੜਾ ਇਹ ਵੀ ਖਰਚਾ ਹੁੰਦਾ ਨਾ ਕਿਸਾਨੀ ਉਹਨੇ ਜਿੱਥੇ ਬੰਦੇ ਨੇ ਵੀ ਸਾਡੀਆਂ ਦੇ ਜ਼ਮੀਨਾਂ ਤੇ ਨਜ਼ਰਾਂ ਹੈਗੀਆਂ ਨੇ ਜਿਹੜੋਂ ਫਰਟਾਈਲ ਜ਼ਮੀਨਾਂ ਆਗੇ ਨਾ ਉਹਨਾਂ ਨੂੰ ਉਹਨਾਂ ਨੂੰ ਅਸੀਂ ਗੈਰਨੇ ਨਹੀਂ ਧਰਾਂਗੇ ਉਹਨੂੰ ਵੇਚਾਂਗੇ ਨਹੀਂ ਉਹਨੂੰ ਖਰੀਦਾਂਗੇ ਨਹੀਂ ਜੋ ਜੋ ਵੀ ਹੋਏਗਾ ਕਾਰਪੋਰੇਟ ਇਹ ਕਾਨੂੰਨ ਦਿਖਾ ਕੇ ਗਏ ਸਰ ਸੈਕਸ਼ਨ 7 ਜੀ ਸੈਕਟ ਦਾ ਪੜੋ ਤੁਸੀਂ ਕਿਹੜੇ ਵਾਲੇ ਦਾ ਜੀ ਇਹ ਜਿਹੜਾ ਪਹਿਲੇ ਵਾਲਾ ਐਕਟ ਹੈ ਫਾਰਮ ਇਨਕਮ ਦਾ ਇੰਸ਼ੋਰੈਂਸ ਦਾ ਜਿਹੜੀ ਟਰੇਡ ਸੋਰੀ ਐਫ ਪੀਟੀਸੀ ਐਫ ਟੀ ਸੀ ਜਿਹੜਾ ਉਹ ਤੇ ਇੰਸ਼ੋਰੈਂਸ ਕੀਤੀ ਗਈ ਪੇਮ ਉਹਦੇ ਚ ਤੁਸੀਂ ਸੈਕਸ਼ਨ 7 ਜੇ ਪੜ੍ਹੋਗੇ ਉਹਦੇ ਚ ਇਹ ਲਿਖਿਆ ਗਿਆ ਕਿ ਠੀਕ ਹੈ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ ਕਿਸਾਨ ਦੀ ਲੀਜ਼ ਨਹੀਂ ਗਾ ਪਰ ਉਹਦੇ ਚ ਇਹ ਵੀ ਇੱਕ ਪ੍ਰੋਵੀਜ਼ਨ ਕਰ ਦਿੱਤਾ ਗਿਆ ਕਿ ਜੇ ਜਿਹੜਾ ਕਿਸਾਨ ਨੇ ਪੈਸੇ ਦੇਨੇ ਨੇ ਵਪਾਰੀ ਦੇ ਤੇ ਜੇ ਉਹਨੂੰ ਹਰਜਾਨਾ ਲੱਗਦਾ ਹੈ ਹਰਜਾਨੇ ਦੇ ਤੌਰ ਤੇ ਜਿਹੜੇ ਕਿਸਾਨ ਦੇ ਨੂੰ ਮੰਕਰ ਹੁੰਦਾ ਉਹਦੇ ਐਜ਼ ਅ ਲੈਂਡ ਰੈਵਨਿਊ ਏਰੀਅਰ ਦੇ ਤੌਰ ਤੇ ਲਿਆ ਜਾਊਗਾ ਜ਼ਮੀਨੀ ਮਾਲੀਏ ਦੇ ਤੌਰ ਤੇ ਉਹਦੇ ਕੋਲ ਲਿਆ ਜਾਊਗਾ ਪਰ ਫਰਦਰ ਚ ਐਂਟਰ ਹੋ ਜਾਊਗਾ ਫਰਦ ਵਿੱਚ ਐਂਟਰ ਹੋਣ ਦਾ ਮਤਲਬ ਹੈ ਨਾ ਕਿ ਤੁਸੀਂ ਲੋਨ ਲੈ ਸਕਦੇ ਹੋ ਨਾ ਤੁਸੀਂ ਆਪਣੀ ਜ਼ਮੀਨ ਕਿਸੇ ਨੂੰ ਵੇਚਦੇ ਜਦ ਤੱਕ ਉਹ ਤੁਸੀਂ ਉਹ ਪੈਸੇ ਨਹੀਂ ਦਿੰਦੇ ਯਾਨੀ ਕਿ ਤੁਹਾਡੀ ਜਿਹੜੀ ਰੈਵਨਿਊ ਐਂਟਰੀ ਹੋ ਜਾਏਗੀ ਯੂ ਨੋ ਲੈਂਡ ਦਾ ਚੜਾ ਦਾ ਰਿਕਾਰਡ ਹੈ ਉਹਦੇ ਵਿੱਚ ਤੁਹਾਡੇ ਜਿਹੜਾ ਬਕਾਇਆ ਹੈਗਾ ਉਹਦੀ ਐਂਟਰੀ ਹੋਵੇਗਾ ਬਕਾਇਆ ਰਹੂਗਾ ਜਿੰਨ ਦਾ ਕੋਈ ਬਕਾਇਆ ਤੁਸੀਂ ਦਿੰਦੇ ਨਹੀਂ ਤਦ ਤੱਕ ਤੁਸੀਂ ਆਪਣੀ ਜ਼ਮੀਨ ਨੂੰ ਨਾ ਤੇ ਲੋਨ ਲੈ ਸਕਦੇ ਹੋ ਨਾ ਹੀ ਜ਼ਮੀਨ ਵੇਚ ਸਕਦੇ ਹੋ ਇਹ ਹੀ ਸਭ ਤੋਂ ਵੱਡਾ ਤੁਸੀਂ ਹੱਦ ਕਿਸਾਨਾਂ ਦੇ ਬੰਦ ਤੇ ਪਰ ਜਿਹੜੀ ਕਿਸਾਨ ਨੇ ਪੇਮੈਂਟ ਲੈਣੀ ਹੈ ਉਹਦੇ ਬਾਰੇ ਕੋਈ ਮੈਕੈਨਿਜ਼ਮ ਨਹੀਂ ਹੈ ਇੱਕ ਪੈਨ ਕਾਰਡ ਕਰਕੇ ਕਹਿੰਦੇ ਸੀ ਜੀ ਐਸ ਡੀ ਐਮ ਕੋਲ ਜਾਓ ਅਪੀਲੇ ਕਿਸਾਨ ਇੱਕ ਪੈਨ ਕਾਰਡ ਦੇ ਵਪਾਰੀ ਇੱਕ ਪੈਨ ਕਾਰਡ ਤੇ ਆ ਕੇ ਫਸਲ ਖਰੀਦ ਗਿਆ ਨਾਉਨ ਰਜਿਸਟ੍ਰੇਸ਼ਨ ਕਰਾਈ ਠੀਕ ਹੈ ਨਾਉ ਨੂੰ ਕੋ ਲਾਇਸੈਂਸ ਹੈ ਨਾਉ ਨੇ ਸਿਕਿਉਰਿਟੀ ਸਬਮਿਟ ਕਰਾਈ ਜੋ ਕੱਲ ਚਲੇ ਜਾਗਾ ਕਿ ਐਸ ਡੀ ਐਮ ਦਾ ਆਰਡਰ ਜਿਹੜੇ ਲੋਕਲ ਸਟੇਟ ਦੇ ਐਸ ਡੀ ਐਮ ਦਾ ਆਰਡਰ ਗੁਜਰਾਤ ਦੇ ਹੈ ਜਾ ਕੇ ਇੰਪਲੀਮੈਂਟ ਕਰ ਲੂਗਾ ਗੱਲ ਇਹ ਵੀ ਹੈ ਕਿ ਪ੍ਰੈਕਟੀਕਲੀ ਕਿੱਥੇ ਖੜੇ ਆਪਾਂ ਕਿ ਕਿਸਾਨ ਜਿਹੜਾ ਆਰਡਰ ਪਾਸ ਹੋ ਗਿਆ ਵਪਾਰੀ ਦੇ ਖਿਲਾਫ ਵਪਾਰੀ ਦੇ ਉਹ ਜਿਹੜਾ ਆਰਡਰ ਲੈ ਕੇ ਗੁਜਰਾਤ ਜਾਂ ਮਾਰਸ਼ ਉਹਦੇ ਪਿੱਛੇ ਜਾਊਗਾ ਉਹਦੀ ਕਿਉਂ ਨਹੀਂ ਸਿਕਿਉਰਿਟੀ ਰਖਾਈ ਗਈ ਜਿਵੇਂ ਕਿਸਾਨ ਦੇ ਹੱਥ ਬੰਨੇ ਗਏ ਕਿ ਤੂੰ ਤੂੰ ਵਪਾਰੀ ਦੇ ਪੈਸੇ ਦੇਣੇ ਨੇ ਤੇਰੀ ਫੱਦ ਚ ਐਂਟਰ ਹੋ ਗਿਆ ਜਦ ਤੱਕ ਤੂੰ ਕੋਈ ਕੰਮ ਨਹੀਂ ਕਰ ਸਕਦਾ ਜਿੰਨ ਤੱਕ ਤੂੰ ਪੈਸੇ ਨਹੀਂ ਦਿੰਦਾ ਤੇ ਇਦਾਂ ਹੀ ਵਪਾਰੀ ਨੂੰ ਕਿਉਂ ਨਹੀਂ ਬੰਨਿਆ ਗਿਆ ਕਿ ਤੂੰ ਕਿਸਾਨ ਦੇ ਪੈਸੇ ਦੇਣੇ ਨੇ ਭਾਈ ਤੇਰੀ ਵੀ ਸਿਕਿਉਰਿਟੀ ਹੋਊਗੀ ਜਾਂ ਤੇਰੇ ਵੀ ਅਸੀਂ ਬਲੈਕਲਿਸਟ ਕਰਾਂਗੇ ਕੋਈ ਇਦਾਂ ਦਾ ਪ੍ਰੋਵੀਜ਼ਨ ਕਿਉਂ ਨਹੀਂ ਕੀਤਾ ਗਿਆ ਕਿਸਾਨ ਲਈ ਉਹਦੀ 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 ਇਨਕਮ ਹੋਰ ਵੀ ਜਗ੍ਹਾ ਤੇ ਜੀ ਤੁਸੀਂ ਐਕਟ ਨੂੰ ਦੇਖੋ ਹੋਰ ਵੀ ਜਗ੍ਹਾ ਤੇ ਉਹਦੀ ਇਨਕਮ ਸਿਕਿਉਰ ਕੀਤੀ ਗਈ ਉਹ ਇਨਕਮ ਕਾਰਪੋਰੇਟ ਕਾਰਪੋਰੇਟ ਵਪਾਰੀ ਵੱਡੇ ਵਪਾਰੀਆਂ ਦੇ ਪੈਸੇ ਵੱਡੇ ਵਪਾਰੀਆਂ ਦੇ ਜੀ ਇਸੇ ਐਕਟ ਦੇ ਵਿੱਚ ਫਾਰ ਫਰਟੀਲਾਈਜ਼ਰ ਪੈਸਟੀਸਾਈਡ ਮਸ਼ੀਨਰੀ ਟੈਕਨੋਲੋਜੀ ਔਰ ਐਡਵਾਈਸ ਸਭ ਤੋਂ ਵੱਡੀ ਗੱਲ ਐਡਵਾਈਸ ਉਹ ਤੁਹਾਨੂੰ ਐਡਵਾਈਸ ਦੇ ਇੱਕ ਕਾਰਪੋਰੇਟ ਕਿਸਾਨ ਨੂੰ ਦੇਵੇਗਾ ਕਿਸਾਨ ਨੂੰ ਦੇਗਾ ਐਡਵਾਈਸ ਦਾ ਮਤਲਬ ਕਿ ਤੁਸੀਂ ਮਾਲਕ ਹੋਣ ਦੇ ਬਾਵਜੂਦ ਵੀ ਇੱਕ ਕਾਮੇ ਦੀ ਤਰ੍ਹਾਂ ਕੰਮ ਕਰੋਗੇ ਆਪਣੇ ਖੇਤਾਂ 'ਚ ਉਹ ਐਡਵਾਈਸ ਤੁਹਾਨੂੰ ਉਹ ਕਰੇਗਾ ਤੁਸੀਂ ਕੰਮ ਕਰੋਗੇ ਨਹੀਂ ਮਰੇਗਾ ਤੇ ਉਹ ਤੁਹਾਨੂੰ ਕੰਟਰੈਕਟ ਐਕਟ ਜਿਹੜਾ ਵਾਇਲੇਸ਼ਨ ਦੇ ਵਿੱਚ ਆਪਣਾ ਕੰਟਰੈਕਟ ਵੀ ਕੈਨਸਲ ਕਰ ਲੂਗਾ ਸੈਕਿੰਡ ਇੱਕ ਤਾਂ ਫਾਰਮ ਸਰਵਿਸ ਨੇ ਇਨਕਮ ਸਿਕਯੂਰ ਕੀਤੀ ਗਈ ਇਸੇ ਐਕਟ ਦੇ ਵਿੱਚ ਕਿ crop insurance ਕਰ ਦਿੱਤੀ ਗਈ ਕ੍ਰੌਪ ਇੰਸ਼ੋਰੈਂਸ ਦੇ ਕਰਕੇ ਜੇ ਕੱਲ ਕੋਈ ਫਸਲ ਖੁਦਾ ਨਾ ਕਾਸਾ ਕੁਦਰਤੀ ਪਰੋਪ ਦੇ ਵਿੱਚ ਕੋਈ ਇਦਾਂ ਦਾ ਕੁਦਰਤੀ ਹੈਪਨਿੰਗ ਹੁੰਦੀ ਹੈ ਤੇ ਉਹਦੇ ਚ ਫਸਲ ਖਰਾਬ ਹੁੰਦੀ ਹੈ ਤੇ ਕਾਰਪੋਰੇਟ ਹਾਊਸਿਸ ਦੀ ਮੈਕਸਿਮਮ ਸ਼ੇਅਰ ਫਿਰ ਕਾਰਪੋਰੇਟ ਹਾਊਸ ਨੂੰ ਜਾਊਗਾ ਉਹਦੀ ਇਨਕਮ ਸਿਕਿਉਰ ਹੋਗੀ ਇੰਸ਼ੋਰੈਂਸ ਇੰਸ਼ੋਰੈਂਸ ਦੇ ਥਰੂ ਆਪਾਂ ਕਿਸਾਨ ਬੀਮਾ ਯੋਜਨਾ ਜੋ ਪਿੱਛੇ ਆਈ ਉਹ ਪੌਦਾ ਦੇਖ ਲਿਆ 29000 ਕਰੋੜ ਦਾ ਕਾਰਪੋਰੇਟ ਹਾਊਸਿਸ ਪ੍ਰੋਫਿਟ ਕਮਾ ਕੇ ਗਈਆਂ ਕਿਸਾਨਾਂ ਨੂੰ ਕੀ ਮਿਲਿਆ ਕੁਝ ਨਹੀਂ ਥਰਡ ਇਦੇ ਵਿੱਚ ਲੈਂਡ ਰੈਵਨਿਊ ਦੇ ਥਰੂ ਫਿਰ ਇਨਕਮ ਸਿਕਯੂਰ ਕਰ ਦਿੱਤੀ ਕਿ ਜਿਹੜੀ ਫਰਦੇ ਦੇ ਵਿੱਚ ਐਂਟਰ ਹੋ ਜਾਊਗਾ ਜੇ ਤੁਸੀਂ ਪੈਸੇ ਨਹੀਂ ਦਿੰਦੇ ਤਾਂ ਚੌਥੀ ਇੰਨਾਂ ਚੀਜ਼ਾਂ ਦੇ ਵਿੱਚੋਂ ਕਦੀ ਵੀ ਕਿਸਾਨ ਇੱਕ ਕੰਟਰੈਕਟ ਕਰਦਾ ਹੈ ਸਟੈਂਡਰਡ ਉਹਦੀ ਗ੍ਰੇਡ ਔਰ ਕੁਆਲਟੀ ਦੇ ਨਾਮ ਤੇ ਕੋਰ ਕੰਟਰੈਕਟ ਕਰਦਾ ਹੈ ਕਿਸਾਨ ਕਾਰਪੋਰੇਟ ਹਾਊਸ ਕੇ ਅੰਦਰ ਕਿ ਤੁਹਾਡਾ ਸਟੈਂਡਰਡ ਠੀਕ ਨਹੀਂ ਹੈ ਇਹਦਾ ਗ੍ਰੇਡ ਠੀਕ ਨਹੀਂ ਮੈਂ ਫਸਲ ਨਹੀਂ ਖਰੀਦਾ ਸੈਕਸ਼ਨ 11 ਦੇ ਅੰਦਰ ਉਹਨੂੰ ਟਰਮੀਨੇਟ ਕਰਨ ਦਾ ਵੀ ਰਾਈਟ ਦੇ ਦਿੱਤਾ ਗਿਆ ਟਰਮੀਨੇਟ ਕੌਣ ਕਰੇਗਾ ਕੰਟਰੈਕਟ ਨੂੰ ਟਰਮੀਨੇਟ ਕਰੇ ਉਸ ਖਰੀਦ ਦੀ ਪ੍ਰੋਸੈਸ ਨੂੰ ਖਰੀਦ ਨੂੰ ਟਰਮੀਨੇਟ ਕਰ ਦੇਗਾ ਨੂੰ ਟਰਮੀਨੇਟ ਕਰਨ ਦਾ ਇੱਕ ਵੈਲਿਡ ਰੀਜ਼ਨ ਵਨ ਸਾਈਡਿਡ ਵਨ ਸਾਈਡਿਡ ਅਖਤਿਆਰ ਹੈ ਕਿਨੂੰ ਦਿੱਤਾ ਗਿਆ ਹੈ ਕਿਸਾਨ ਨੂੰ ਦਿੱਤਾ ਗਿਆ ਪਰ ਕਿਸਾਨ ਕਿੱਦਾਂ ਕੈਨਸਲ ਕਰੂਗਾ ਮੈਨੂੰ ਦੱਸਣਾ ਕਿਸਾਨ ਕੋਈ ਰੀਜ਼ਨ ਹੋਏਗਾ ਕਿਉਂ ਕਰੇਗਾ ਉਹ ਕਿਉਂ ਫੈਸਲਾ ਹੈ ਉਹਨੇ ਕਿਉਂ ਕਰਨਾ ਉਹ ਕਿਉਂ ਕਰੇਗਾ ਕਰੇਗਾ ਤਾਂ ਕੰਟਰੈਕਟ ਇੱਕ ਵਪਾਰੀ ਹੈ ਸਾਡੂ ਐਗਜ਼ਾਮਪਲਸ ਨੇ ਪੈਪਸੀ ਪੰਜਾਬ ਚ ਆਈ ਸੀ ਉਹਨੇ ਕਹਿਤਾ ਆਲੂ ਗੋਲ ਨਹੀਂ ਹੈ ਆਲੂ ਚ ਪਾਣੀ ਦਾ ਜਿਹੜੀ ਮਾਤਰਾ ਜ਼ਿਆਦਾ ਹੈ ਇਹ ਚ ਮਿਠਾਸ ਜ਼ਿਆਦਾ ਆਪਾਂ ਨਹੀਂ ਖਰੀਦਣੀ ਇੱਕ ਗੁਜਰਾਤੀ ਐਗਜ਼ ਕਿ ਗੁਜਰਾਤ ਚ ਵੀ ਪੋਟੈਟੋ ਫਾਰਮਿੰਗਸ ਜਿਹੜੀ ਆਲੂਆਂ ਦੀ ਕੰਟ੍ਰੈਕਟ ਫਾਰਮਿੰਗ ਹੋਈ ਸੀ ਜਦੋਂ 3 ਸਾਲ ਤੋਂ ਬਾਅਦ ਦੁਬਾਰਾ ਰੀਨਿਊ ਨਹੀਂ ਕੀਤਾ ਕਿਆ ਕਿਸਾਨਾਂ ਨੇ ਕਿਉਂਕਿ ਉਹਨਾਂ ਨੂੰ ਲੱਗਾ ਸ਼ਾਇਦ ਸਾਡਾ ਸ਼ੋਸ਼ਣ ਕੀਤਾ ਗਿਆ ਉਹਨਾਂ ਨੇ ਨਹੀਂ ਇਹਨਾਂ ਨੂੰ ਪੈਪਸੀ ਵਾਲੇ ਨਾਲ ਕੰਟੈਕਟ ਕੀਤਾ 2019 ਦਾ ਕੇਸ ਏ ਅਪ੍ਰੈਲ 2019 ਦਾ ਤੇ ਉਹ ਕਿਸਾਨਾਂ ਨੇ ਉਹ ਜਿਹੜਿਆ ਪੈਪਸੀ ਨੇ ਬੀਜ ਦਿੱਤਾ ਸੀ ਉਹ ਤੇ ਆਪਣਾ ਬੀ ਲੋਕਲ ਮਿਲਾ ਕੇ ਇੱਕ ਬਰੀਡਿੰਗ ਕਰਕੇ ਇੱਕ ਬੀ ਤਿਆਰ ਕੀਤਾ ਸੀ ਤੇ ਆਪਣੀ ਫਸਲ ਬਿਜਲੀ ਦੁਬਾਰਾ ਜਦੋਂ ਪੈਪਸੀ ਵਾਲੇ ਉਹਨਾਂ ਕੋਲ ਆਏ ਕਿ ਤੁਸੀਂ ਸਾਡਾ ਨਾਲ ਕੰਟ੍ਰੈਕਟ ਕਰੋ ਉਹਨਾਂ ਨੇ ਮਨ੍ਹਾ ਕਰਤਾ ਤੇ ਉਹਨਾਂ ਨੇ ਕਿਸਾਨਾਂ ਨੂੰ ਕਿਸਾਨਾਂ ਨੂੰ ਕੋਰਟ ਚ ਕੇਸ ਵੀ ਕੀਤਾ ਉਹ ਜਦੋਂ ਕਿਸਾਨਾਂ ਨੂੰ ਸਮਝ ਹੀ ਨਹੀਂ ਲੱਗੀ ਕਿ ਕਿਸ ਕਾਲ ਦਾ ਕੇਸ ਕੀਤਾ ਗਿਆ ਉਹ ਚ ਕਿ ਕੰਟਰੈਕਟ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਕਿ ਤੁਸੀਂ ਬੀ ਤੋਂ ਮਲਾ ਕੇ ਬਰੀਡਿੰਗ ਨਹੀਂ ਕਰ ਸਕਦੇ ਇਸ ਕਰਕੇ ਤੁਸੀਂ ਸਾਨੂੰ ਨੁਕਸਾਨ ਕੀਤਾ ਫਾਈਨੈਂਸ਼ਲੀ 1 ਕਰੋੜ ਰੁਪਏ ਹਰਜਾਨਾ ਦਿਓ ਇੱਕ ਗੁਜਰਾਤ ਦੇ ਵਿੱਚ ਮੂਵਮੈਂਟ ਬਣੀ ਸੀ ਔਰ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲਾਂ ਸਟੇਟ ਗਵਰਨਮੈਂਟ ਨੂੰ ਔਰ ਸੈਂਟਰ ਗਵਰਨਮੈਂਟ ਨੇ ਇੰਟਰਵਿਨ ਕਰਕੇ ਪੈਪਸੀ ਨੂੰ ਪ੍ਰੈਸ਼ਰਾਈਜ਼ ਕਰਕੇ ਕੇਸ ਵਾਪਸ ਲਾਇਆ ਸੀ ਕਿਉਂਕਿ ਕਿਸਾਨ ਯੂਨੀਅਨਜ਼ ਦਾ ਤੇ ਐਜੀਟੇਸ਼ਨ ਹੋਣਾ ਸ਼ੁਰੂ ਹੋ ਗਿਆ ਸਰਕਾਰਾਂ ਨੇ ਕਰਨਾ ਤਾਂ ਹੈ ਲੇਕਿਨ ਪੋਲਿਟਿਕਲ ਕਾਰਨ ਤੋਂ ਤੁਸੀਂ ਤਿਆਰ ਕੋਈ ਨਹੀਂ ਜੇ ਪੈਪਸੀ ਅੜ ਗਈ ਆਮਾਨੀ ਨਾਲ ਗਿਆ ਤਾਂ ਫਿਰ ਹੋ ਗਿਆ ਕੰਮ। ਇਹ ਕੋਨਟਰੈਕਟ ਲੈਂਗੁਏਜ ਹੈ। ਇੱਕ ਕਿਦਾਂ ਕਿਸਾਨ ਸਮਝੂਗਾ ਕਿ ਮੈਂ ਬੀ ਨਹੀਂ ਤਿਆਰ ਕਰ ਸਕਦਾ ਜਾਂ ਮੈਂ ਬਰੀਡਿੰਗ ਨਹੀਂ ਕਰ ਸਕਦਾ ਸੀ। ਅੱਜ ਉੱਚੀ ਚ ਲਿਖਿਆ ਗਿਆ ਕੰਟਰੈਕਟ ਐਕਟ ਦੇ ਵਿੱਚ ਉਹਦੀ ਕੁਆਲਿਟੀ, ਗ੍ਰੇਡ ਤੇ ਸਟੈਂਡਰਡ ਲਿਖਿਆ ਜਾਊਗਾ। ਫਿਰ ਫੂਡ ਸਟੇਟ ਸੇਫਟੀ ਮੀਜਰਸ ਲਿਖੇ ਜਾਣਗੇ। ਉਹ ਤੇ ਲੇਬਰ ਐਂਡ ਸੋਸ਼ਲ ਡਿਵੈਲਪਮੈਂਟ ਸਟੈਂਡਰਡਸ ਲਿਖੇ ਜਾਣਗੇ। ਇੱਕ ਕਿਸਾਨ ਕਿਦਾਂ ਸਮਝ ਲੂਗਾ ਇਹ ਭਾਸ਼ਾ ਨੂੰ? ਔਰ ਕਿਦਾਂ ਡਿਫਾਈਨ ਕੀਤਾ ਜਾਊਗਾ ਇਹ ਚੀਜ਼ੇ ਕੋਈ ਡਿਫੀਨੇਸ਼ਨ ਅਜੇ ਤੱਕ ਇੱਕ ਇੱਕ ਫਿਕਸ ਡਿਫੀਨੇਸ਼ਨ ਕਿਤੇ ਨਹੀਂ ਤਿਆਰ ਹੋਈ ਤੇ ਕਿਸਾਨ ਨੂੰ ਜਿੱਦਾ ਮਰਜ਼ੀ ਤੁਸੀਂ ਘਮਾ ਲੋ ਇੱਕ ਇੱਕ ਲਾਇਰ ਕਾਰਪੋਰੇਟ ਲਾਇਰ ਦੀ ਫੌਜ ਖੜੀ ਕਰਕੇ ਕਿਸਾਨ ਲੜ ਸਕਦਾ ਉਹਦੇ ਨਾਲ ਕਦੀ ਨਹੀਂ ਮੈਂ ਮੈਂ ਇਹ ਮੈਂ ਵੀ ਇੱਕ ਕਿਸਾਨ ਦਾ ਬੇਟਾ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਲੜ ਪਾਊਗਾ ਇਦਾਂ ਦੇ ਕਾਰਪੋਰੇਟ ਹਾਊਸਿਸ ਲੇਕਿਨ ਆ ਜਿਹੜੀ ਜਦੋਂ ਆਪਾਂ ਗੱਲਾਂ ਬਾਤਾਂ ਕਰਦੇ ਆ ਇਹ ਚੀਜ਼ ਸਮਝ ਵਿੱਚ ਆਉਂਦੀ ਵੀ ਜਿਹੜੀ ਸਟੇਟ ਦੀ ਪਾਵਰ ਆਪਾਂ ਪਹਿਲਾਂ ਜ਼ਿਕਰ ਕੀਤਾ ਤੁਸੀਂ ਵੀ ਸਟੇਟ ਤਾਂ ਟੋਟਲੀ ਆਊਟ ਆਫ ਹੋ ਗਈ ਕੇਂਦਰ ਸਰਕਾਰ ਵੈਸੇ ਪਿਕਚਰ ਚੋਂ ਬਾਹਰ ਹੋ ਗਈ ਇਹਨਾਂ ਕਾਨੂੰਨਾਂ ਦੇ ਵਿੱਚ ਸਟੇਟ ਕੋਲ ਵੀ ਅਖਤਿਆਰ ਕੋਈ ਨਹੀਂ ਹੈ ਵੀ ਕਿਸੇ ਵੀ ਲੈਵਲ ਤੇ ਇੰਟਰਵੈਨ ਸਿਰਫ ਐਸ ਡੀ ਐਮ ਜਾਂ ਸਬ ਡਿਵੀਜ਼ਨਲ ਅਥਾਰਟੀ ਜਾਂ ਅਪੀਲਟ ਅਥਾਰਟੀ ਜੋ ਕਿ ਆਈ ਐਸ ਅਫਸਰ ਹੋ ਸਕਦੇ ਨੇ ਲੇਕਿਨ ਸਟੇਟ ਦੇ ਅਫਸਰ ਹੋ ਸਕਦੇ ਨੇ ਉਹੀ ਇੱਕ ਇੱਕ ਕੁਸ਼ਨ ਦੇ ਸਕਦੇ ਨੇ ਬਫਰ ਦੇ ਸਕਦੇ ਨੇ ਜਿਹੜਾ ਉਹ ਡਿਸਪਿਊਟ ਰੈਜ਼ੋਲੂਸ਼ਨ ਮੈਕੈਨਿਜ਼ਮ ਦਿੱਤਾ ਗਿਆ ਉਹਦੇ ਚ ਸਿਰਫ ਐਸ ਡੀ ਐਮ ਤੇ ਡੀ ਸੀ ਦਾ ਰੋਲ ਹੈ ਉਦੋਂ ਬਸ ਸੈਕਸ਼ਨ 7 ਆਪਾਂ ਨੂੰ ਤਾਂ ਐਕਸਪੈਕਟ ਕਰ ਸਕਦੇ ਵੀ ਐਸ ਡੀ ਐਮ ਤੇ ਡੀ ਸੀ ਕਿਸਾਨਾਂ ਦੇ ਇੰਟਰਸਟ ਨੂੰ ਵਾਚ ਛੋਟੀ ਕਰ ਦੇਣਾ ਲੱਗਦਾ ਕਿ ਕਾਰਪੋਰੇਟ ਹਾਊਸਿਸ ਦੇ ਸਾਹਮਣੇ ਵੀ ਅਫਸਰ ਕਿਸ ਬਟਰਲੀ ਐਗਜ਼ਾਮਪਲ ਤੁਸੀਂ ਅੱਜ ਵੀ ਸਾਡੇ ਅੱਗੇ ਨੇ ਜਿੱਥੇ ਕਾਰਪੋਰੇਟ ਹਾਊਸਿਸ ਖੜੇ ਹੁੰਦੇ ਨੇ ਉਹਦੇ ਸਾਹਮਣੇ ਆਮ ਲੋਕ ਖੜਾ ਹੁੰਦਾ ਤੇ ਜਿਹੜਾ ਸਿਸਟਮ ਹੈ ਕਾਰਪੋਰੇਟ ਹਾਊਸਿਸ ਵੱਲ ਹੀ ਟਿਲਟਿਸ਼ਨ ਹੁੰਦੀ ਇਹ ਕੰਟ੍ਰੈਕਟ ਫਾਰਮਿੰਗ ਐਗਜ਼ੈਕਟ ਆ ਰਹੇ ਨੇ ਉਹ ਵੀ ਕਾਰਪੋਰੇਟ ਹਾਊਸਿਸ ਵਾਸਤੇ ਆ ਰਹੇ ਨੇ ਜੇ ਉਹਨਾਂ ਨੂੰ ਹੀ ਅਸੀਂ ਫੀਡ ਕਰ ਰਹੇ ਹਾਂ ਉਹਨਾਂ ਦੇ ਜਿਹੜੇ ਪ੍ਰਾਈਸਿਸ ਨੇ ਜਾਂ ਉਹਨਾਂ ਦੇ ਪ੍ਰੋਫਿਟ ਨੂੰ ਸ਼ੋਰ ਕਰ ਰਹੇ ਹਾਂ ਤੇ ਕੱਲ ਅਸੀਂ ਉਹਨਾਂ ਦੇ ਖਿਲਾਫ ਕਿੱਦਾਂ ਜਾਵਾਂਗੇ ਔਰ ਇੱਕ ਇਹਦੇ ਵਿੱਚ ਹੀ ਸੈਕਸ਼ਨ 7 1 ਦਾ ਜੇ ਕੋਈ ਚੋਣਾ ਅੱਗੇ ਪਿੱਛੇ ਹੋਏਗਾ ਤਾਂ ਫੇਰ ਭਾਵੇਂ ਸ਼ਾਇਦ ਇਹ ਐਜੀਟੇਸ਼ਨ ਦੇ ਜੇ ਇਹੀ ਕੰਸਲਟੇਸ਼ਨ ਮੋਦੀ ਸਰਕਾਰ ਨੇ 65% ਪਬਲਿਸ਼ਨ ਐਗਰੀਕਲਚਰ ਨਾਲ ਰਿਲੇਟਡ ਹੈ ਹਿੰਦੁਸਤਾਨ ਦੀ ਅਸੀਂ 65 ਬੰਦਿਆਂ ਨਾਲ ਵੀ ਕੰਸਲਟ ਨਹੀਂ ਕੀਤਾ ਸਟੇਕ ਹোলਡਰਸ ਨੂੰ ਲੈਣਾ ਆਪਣੀ ਔਨ ਬੋਰਡ ਲੈ ਕੇ ਸਕੇ ਐਕਸਪਰਟ ਨਾਲ ਗੱਲ ਨਹੀਂ ਕੀਤੀ ਅਸੀਂ ਆਰਡੀਨੈਂਸ ਲਿਆਏ ਅੱਜ ਕਿਉਂ ਮਜਬੂਰ ਹੋਈ ਮੋਦੀ ਸਰਕਾਰ ਉਹਨਾਂ ਨਾਲ ਗੱਲ ਕਰਨ ਲਈ ਇਹ ਇਹ ਮਜਬੂਰੀ ਲੋਕਾਂ ਦੇ ਐਜੀਟੇਸ਼ਨ ਨੇ ਕੀਤੀ ਖੜੀ ਕਿਸਾਨ ਪੰਜਾਬ ਦੇ ਕਿਸਾਨ ਨੇ ਔਰ ਪੰਜਾਬ ਤੋਂ ਸ਼ੁਰੂ ਹੋਈ ਐਜੀਟੇਸ਼ਨ ਜਿਹੜੀ ਹੌਲੀ-ਹੌਲੀ ਪੂਰੀ ਪੂਰੇ ਮੁਲਕ ਚ ਜਾ ਰਹੀ ਸਾਡੇ ਚ ਇਹ ਇਹ ਜਿਹੜੀ ਕੰਮ ਹੁਣ ਕੀਤੇ ਜਾ ਰਹੀ ਨਹੀਂ ਪਹਿਲਾਂ ਜੇ ਹੁੰਦੇ ਤੇ ਸ਼ਾਇਦ ਇਹ ਚੀਜ਼ਾਂ ਨਾ ਹੁੰਦੀਆਂ ਇੱਕ ਹੋਰ ਵੀ ਗਿਲਜਨ ਸਾਹਿਬ ਬੜਾ ਵੱਡਾ ਇਕ ਲੌਜੀਕ ਵੀ ਤਰਕ ਵੀ ਦਿੱਤਾ ਜਾਂਦਾ ਵੀ ਜੀ ਡਬਲਯੂਟੀਓ ਯੂ ਨੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੇ ਜਦੋਂ ਤੁਸੀਂ ਸਿਗਨੇਟਰੀ ਬਣ ਗਏ ਤੁਸੀਂ 9 ਮਿਡ 90ਸ ਦੇ ਵਿੱਚ ਜਦੋਂ ਕਿ ਮਨਮੋਹਨ ਸਿੰਘ ਆ ਕਾਂਗਰਸ ਦੀ ਹੀ ਸਰਕਾਰ ਸੀ ਉਸ ਵਕਤ ਆਪਾਂ ਉਹ ਪਾਸੇ ਤੁਰ ਪਏ ਫైనాన్స్ ਮਿਨਿਸਟਰ ਸੁਖਤ ਮਰਮੋਨ ਸਿੰਘ ਹੁੰਦੇ ਸੀ ਜਦੋਂ ਆਪਾਂ ਸਿਗਨੇਟਰੀਜ਼ ਬਣ ਗਏ ਅਸੀਂ ਕਹ ਸੀ ਅਰਥਵਿਵਸਥਾ ਅਰਥਚਾਰੇ ਨੂੰ ਚੂਜ਼ ਕਰ ਲਿਆ ਜਿਹਦੇ ਵਿੱਚ ਕਿ ਮੰਡੀ ਕਰਨ ਦਾ ਹੋਣਾ ਹੀ ਹੈ ਦੁਨੀਆ ਨੇ ਇੱਕ ਮੰਡੀ ਬੰਨਾ ਹੀ ਬੰਨਾ ਹੈ ਤੇ ਉਹ ਹੀ ਮੰਡੀ ਅੱਜ ਸਾਡੇ ਖੇਤਾਂ 'ਚ ਆ ਗਈ ਤੇ ਜਦੋਂ ਸਾਡੇ ਖੇਤਾਂ 'ਚ ਆ ਸਾਡੇ ਰੂਰਲ ਸੈਕਟਰ 'ਚ ਆਂਦੀ ਹੈ ਤਾਂ ਸਾਨੂੰ ਤਕਲੀਫ ਹੁੰਦੀ ਹੈ ਅੱਗ ਲੱਗਦੀ ਹੈ ਅਸੀਂ ਪਰੇਸ਼ਾਨ ਹੁੰਦੇ ਹਾਂ ਯਾਰ ਆ ਕੀ ਹੋ ਗਿਆ ਕਿਉਂਕਿ ਕਿਸਾਨ ਨੂੰ ਆਪਾਂ ਮੰਡੀ 'ਚ ਖੜਾ ਕਰ ਰਹੇ ਬਿਨਾਂ ਉਸ ਨੂੰ ਅਪਗ੍ਰੇਡ ਕੀਤੇ ਬਿਨਾਂ ਉਹਦੀ ਸਕਿੱਲ ਡਿਵੈਲਪਮੈਂਟ ਕੀਤੇ ਬਿਨਾਂ ਉਸ ਦਾ ਇੱਕ ਜਿਹਾ ਪੱਧਰ ਉੱਚਾ ਕੀਤੇ ਉਸ ਹਾਲਾਤ ਦੇ ਵਿੱਚ ਆਪਾਂ ਕੀ ਮੰਨਦੇ ਕਿ ਇਹ ਜਿਹੜੀ ਸਿਗਨੇਟਰੀ ਹੋਣਾ ਡਬਲਯੂਟੀ ਦਾ ਇਹ ਕੀ ਮਜਬੂਰੀ ਸੀ ਆਪਾਂ 2003 ਦੇ ਮਾਡਲ ਐਕਟ ਦੀ ਹੀ ਕੰਟੀਨਿਊਸ਼ਨ ਦੇ ਵਿੱਚ ਆਪਾਂ 2020 ਦੇ ਐਕਟ ਦੇਖੀ ਤਾਂ ਇਹ ਤਾਂ ਸਮਾਂ ਤਾਂ ਆਣਾ ਹੀ ਸੀ ਕਿਸੇ ਨਾ ਕਿਸੇ ਟਾਈਮ ਤੇ ਸਟੇਜ ਪਹੁੰਚਣੀ ਸੀ ਇੱਥੇ ਤਾਂ ਨੋਬਤ ਸਰਕਾਰ ਕੋਈ ਵੀ ਹੁੰਦੀ ਕੇਂਦਰ ਚ ਮੋਦੀ ਦੀ ਹੁੰਦੀ ਜਾਂ ਫਿਰ ਕਾਂਗਰਸ ਦੀ ਹੁੰਦੀ ਕਦੇ ਨਾ ਕਦੇ ਤਾਂ ਇਹ ਨੋਬਤ ਆਣੀ ਸੀ ਰਿਤਿਸ਼ ਜੀ ਡਬਲਯੂਟੀ ਦਾ ਮੈਂਬਰ ਹੋਣਾ ਮਤਲਬ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਆਪਣੇ ਕਿਸਾਨ ਮਾਰ ਦਈਏ ਇੱਕ ਕਿਸਾਨ ਯੂਐਸਏ ਵੀ ਆਪਣਾ ਡਬਲਯੂਟੀਓ ਦਾ ਮੈਂਬਰ ਹੈ ਉਹ ਆਪਣੇ ਕਿਸਾਨ ਨੂੰ ਇੱਕ 59000 ਡਾਲਰ ਦੀ ਸਬਸਿਡੀ ਦਿੰਦਾ ਹੈ ਅਸੀਂ ਔਨ ਅਨ ਐਵਰੇਜ 400 ਡਾਲਰ ਦੀ ਸਬਸਿਡੀ ਦਿੰਨੇ ਆ ਕਿ ਮੈਂਬਰਸੀ ਰੂਲ ਜਿਹੜਾ ਅਸੀਂ ਇੱਕ ਮੈਂਬਰ ਕਮਿਟੀ ਸਿਸਟਮ ਦੇ ਮੈਂਬਰ ਆ ਰੂਲ ਸੇ ਫਿਰ ਸਭ ਲਈ ਲਾਗੂ ਹੋਣਗੇ ਨਾ ਤੁਸੀਂ ਵੀ ਇਹ 59000 ਦੀ ਡਾਲਰ ਦੀ ਸਬਸਿਡੀ ਕਿਸਾਨ ਨੂੰ ਦੇ ਦਿਓ ਛੱਡ ਦਿਓ ਮੰਡੀ ਦੇ ਹਵਾਲੇ ਸਬਸਿਡੀ ਤਾਂ ਦਿਓ ਨਾ ਉਸ ਲੈਵਲ ਤੇ ਲੈਵਲ ਲੈਵਲ ਪਲੇਇੰਗ ਦਾ ਦਿਓ ਨਾ ਕਿਸਾਨ ਨੂੰ ਪੰਜਾਬ ਦੇ ਨੂੰ ਜਾਂ ਹਿੰਦੁਸਤਾਨ ਦੇ ਕਿਸਾਨ ਨੂੰ ਅਸੀਂ ਲੈਵਲ ਪਲੇਇੰਗ ਨਹੀਂ ਦੇ ਰਹੇ ਦੂਜੀ ਗੱਲ ਇਹ ਕਾਰਪੋਰੇਟ ਮਾਡਲ ਜਿਹੜਾ ਲੈ ਕੇ ਆਏ ਇਹ ਯੂ ਐਸ ਏ ਦਾ ਯੂਰਪ ਦਾ ਫੇਲਿਅਰ ਮਾਡਲ ਹੈ ਜਿਹੜਾ ਅਸੀਂ ਹਿੰਦੁਸਤਾਨ ਚ ਲੈ ਕੇ ਆ ਰਹੇ ਅੱਜ ਜੇ ਇਹ ਕਾਰਪੋਰੇਟ ਹਾਊਸਿਸ ਜਾਂ ਕਾਰਪੋਰੇਟ ਮਾਡਲ ਹੈ ਜਿਹੜਾ ਖੇਤੀ ਦਾ ਕੰਟ੍ਰੈਕਟ ਫਾਰਮਿੰਗ ਦਾ ਜੇ ਬਹੁਤ ਸਕਸੈਸਫੁਲ ਸੀ ਤੇ ਅਮਰੀਕਾ ਦੇ ਕਿਸਾਨਾਂ ਦੇ ਉੱਪਰ 400 ਬਿਲੀਅਨ ਡਾਲਰ ਦਾ ਕਰਜ਼ ਕਿਉਂ ਚੜਿਆ ਇਹਦੇ ਉੱਥੇ ਦੀ ਨੈਸ਼ਨਲ ਫਾਰਮ ਬਿਊਰੋ ਜਿਹੜਾ ਅਮਰੀਕਾ ਦਾ ਫਾਰਮ ਬਿਊਰੋ ਹੈ ਆਫ ਫਾਰਮ ਬਿਊਰੋ ਆਫ ਅਮਰੀਕਾ ਦੀ ਸਾਈਟ ਤੇ ਜਾ ਕੇ ਤੁਸੀਂ ਦੇਖੋ 425 ਬਿਲੀਅਨ ਡਾਲਰ ਦਾ ਅ ਅਮਰੀਕਾ ਦੇ ਕਿਸਾਨ ਦੇ ਉੱਪਰ ਕਰਜ਼ਾ ਕਿਉਂ ਚੜਿਆ ਫਿਰ ਉਹਦੀ ਇਨਕਮ ਕਿਉਂ ਨਹੀਂ ਡਬਲ ਹੋਈ ਉਹਨੂੰ ਇਨੀ ਸਬਸਿਡੀ ਦੇਨ ਤੋਂ ਬਾਵਜੂਦ ਵੀ ਉਹ ਡਿਸਟ्रेस ਚ ਕਾ 91% ਕਿਸਾਨ ਉੱਥੇ ਦਾ ਜਿਹੜਾ ਅਮਰੀਕਾ ਦਾ ਹੈ ਅੱਜ ਫਾਈਨੈਂਸ਼ੀਅਲ ਡਿਸਟ्रेस ਚ ਕਿਉਂ ਹੈ ਇਹ ਫੇਲਿਅਰ ਮਾਡਲ ਸਾਡੀ ਮਜਬੂਰੀ ਕੀ ਹੈ ਅਸੀਂ ਅਡਾਪਟ ਕਰ ਰਹੇ ਹਾਂ ਕਿ ਮਜਬੂਰੀ ਹੈ ਸਮਝਾਓ ਕਿ ਲਿਮਟਿਡ ਕਾਰਪੋਰੇਟ ਹਾਊਸਿਸ ਨੂੰ ਬੈਨੀਫਿਟ ਦੇਣ ਵਾਸਤੇ ਕਾਰਪੋਰੇਟ ਹਾਊਸਿਸ ਤੋਂ ਦੇਖ ਲਵਾਂ ਐਡਾ ਵੱਡੀ ਪਾਵਰ ਹੈ ਕਾਰਪੋਰੇਸ਼ਨ ਬਣਾਣੀ ਮਾਨੀ ਦੇ ਨਾਲ ਲੈ ਜਾਂਦਾ ਹੈ 2014 ਤੋਂ 2020 ਤੱਕ ਦੇ ਜਿੰਨੇ ਵੀ ਤੁਸੀਂ ਸਿਸਟਮ ਨੂੰ ਦੇਖਿਓ ਐਕਟ ਨੂੰ ਦੇਖੋ ਕਿੰਨਾ ਕੰਪਨੀਆਂ ਦੇ ਰੈਵਨਿਊ ਜਨਰੇਸ਼ਨ ਚ ਦੇਖੋ ਦੋ ਹੀ ਕੰਪਨੀਆਂ ਬਣੀ ਔਰ ਅਡਾਨੀ ਪ੍ਰੋਫਿਟ ਕਮਾਰੀਆਂ ਕਿਉਂ ਨਹੀਂ ਕਾਰਪੋਰੇਟ ਹਾਊਸਿਸ ਨੂੰ ਬੈਨੀਫਿਟ ਦਿੱਤਾ ਜਾ ਰਿਹਾ ਤੁਸੀਂ ਜਿੰਨਾ ਵੀ ਕੰਮ ਇਹ ਸਰਕਾਰ ਕਰ ਰਹੀ ਹੈ ਔਰ ਅਲਟੀਮੇਟਲੀ ਇਹਨਾਂ ਨੂੰ ਬੈਨੀਫਿਟ ਕਿਨੂੰ ਹੋ ਰਿਹਾ ਬੀਐਸਐਨ ਨੂੰ ਮਾਰ ਕੇ ਪ੍ਰੋਫਿਟ ਕਿ ਅੱਜ 에어ਪੋਰਟਸ ਨੂੰ ਮਾਰ ਕੇ ਸਰਕਾਰੀ 에어ਪੋਰਟਸ ਨੂੰ 에어ਪੋਰਟ ਅਥਾਰਟੀ ਆਫ ਇੰਡੀਆ ਦੇ ਜਿੰਨੇ ਵੀ 에어ਪੋਰਟਸ ਨੇ ਉਹਨੂੰ ਪ੍ਰਾਈਵੇਟਾਈਜ਼ ਕਰਕੇ ਕਿਹਨੂੰ ਦਿੱਤਾ ਜਾ ਰਿਹਾ ਅਡਾਨੀ ਨੂੰ ਜੀ ਮਤਲਬ ਦੋ ਹੀ ਹਾਊਸਿਸ ਨੇ ਕਾਰਪੋਰੇਟ ਹਾਊਸਿਸ ਨੂੰ ਪ੍ਰੋਫਿਟ ਦੇ ਰਹੇ ਹਨਾ ਅਸੀਂ ਇਹ ਵੀ ਐਗਰੀਕਲਚਰ ਸੈਕਟਰ ਬਚਿਆ ਸੀ ਅੱਜ ਉਹਨੂੰ ਵੀ ਅਸੀਂ ਉਹਨਾਂ ਦੇ ਹਵਾਲੇ ਕਰਤਾ ਥੋੜੀ ਜੀ ਗੱਲ ਇਹ ਕਰ ਲਈ ਵੀ ਜਿਹੜੇ ਭਾਈਵਾਲ ਸੀ ਆਪਣੇ ਪੰਜਾਬ ਦੇ ਭਾਈਵਾਲ ਸੀ ਕੇਂਦਰ ਸਰਕਾਰ ਦੇ ਵਿੱਚ ਸ਼ਰਮਣੇ ਕਾਲੀਦਲ ਉਹ ਸ਼ਰਮਣੇ ਕਾਲੀਦਲ ਬਾਕਾਇਦੇ ਕੀਦ ਨਾਲ ਇਹ ਕਹਿੰਦਾ ਵੀ ਅਸੀਂ ਕੋਸ਼ਿਸ਼ਾਂ ਕਰ ਰਹੇ ਸੀ ਐਮਐਸਪੀ ਨੂੰ ਅਸੀਂ ਚਾਹੁੰਦੇ ਸੀ ਵੀ ਰਾਈਟ ਬਣੇ ਆਰਡੀਨੈਂਸਾਂ 'ਚ ਤਰਮੀਮਾਂ ਚਾਹੁੰਦੇ ਸੀ ਅਸੀਂ ਲੇਕਿਨ ਜਦੋਂ ਹੋ ਨਹੀਂ ਪਾਇਆ ਸੀ ਲਾਸਟ ਮਿੰਟ ਤੇ ਜਾ ਕੇ ਸਪੋਰਟ ਵਾਪਸ ਲੈ ਲਈ ਜਾਂ ਕਹਿ ਲੋ ਵੀ ਫਾਈਲ ਵਾਲੀ ਤੋੜਤੀ ਐ ਜੋ ਵੀ ਹੋਇਆ ਸਦੀ ਫੇਸਬੁਕ 'ਤੇ ਹੋਇਆ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਇਹ ਜਿਹੜਾ ਪ੍ਰੋਸੈਸ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਸੀ ਤਾਂ ਪਿਛਲੇ 3 ਮਹੀਨਿਆਂ 4 ਮਹੀਨਿਆਂ 'ਚ ਇਹਨੇ ਪੂਰਾ ਆਪਣੇ ਆਪ ਨੂੰ ਕਲਾਈਮੈਕਸ ਕਰ ਗਿਆ ਇਹ ਪੂਰਾ ਪ੍ਰੋਸੈਸ ਉਹਦੇ ਵਿੱਚ ਇਸ ਮੂਵਮੈਂਟ ਨੂੰ ਜਾਂ ਆ ਜਿਹੜੇ ਕੰਸਲਟੇਸ਼ਨ ਦਾ ਨਾ ਹੋਣਾ ਕਿਉਂਕਿ ਇੱਕ ਸਵਾਲ ਥੋੜੀ ਸਰਕਾਰ ਤੇ ਯਾਨੀ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਆਂਦਾ ਇਹਨਾਂ ਨੂੰ ਬੁਲਾਇਆ ਗਿਆ ਮੁੱਖ ਮੰਤਰੀ ਸ਼ਾਮਲ ਨਹੀਂ ਹੁੰਦੇ ਅਗਲੀ ਮੀਟਿੰਗ ਚ ਮਨਪ੍ਰੀਤ ਬਾਦਲ ਸਾਹਿਬ ਜਾਂਦੇ ਨੇ ਤੀਸਰੀ ਮੀਟਿੰਗ ਹੁੰਦੀ ਹੈ ਉਹ ਸਖਤਰ ਲੈਵਲ ਦੀ ਗੱਲਬਾਤ ਸੀ ਉਦੋਂ ਤੱਕ ਤਾਂ ਇਹ ਕਿਹਾ ਜਾਂਦਾ ਵੀ ਸਖਤਰਾਂ ਨੂੰ ਜੀ ਤੁਹਾਨੂੰ ਪੁੱਛਣ ਲਈ ਨਹੀਂ ਬੁਲਾਇਆ ਤੁਹਾਨੂੰ ਤਾਂ ਬਸ ਦੱਸਣ ਲਈ ਬੁਲਾਇਆ ਹੈਗਾ ਉਧਰ ਅਕਾਲੀ ਦਲ ਵੀ ਇਹ ਕਹਿ ਰਿਹਾ ਵੀ ਅਸੀਂ ਤਾਂ ਕੋਸ਼ਿਸ਼ਾਂ ਕਰ ਰਹੇ ਸੀ ਜਦੋਂ ਨਹੀਂ ਬਣੀ ਤਾਂ ਅਸੀਂ ਸਾਰੇ ਅਗੇਂਸਟ ਹੋ ਗਏ ਜੀ ਇਹ ਫਾਰਮ ਆਰਡੀਨੈਂਸ ਤੋਂ ਪਹਿ 2014 ਚ ਇੱਕ ਸ਼ੰਤਕੁਮਾਰ ਕਮੇਟੀ ਬਣੀ ਸੀ 2015 ਚ ਉਹਨੇ ਰਿਪੋਰਟ ਦਿੱਤੀ ਔਰ ਰਿਪੋਰਟ ਦੇ ਤਿੰਨ ਮੇਜਰ ਪੁਆਇੰਟ ਸੀ ਕਿ FCA ਪ੍ਰਕਿਊਰਮੈਂਟ ਚੋਂ ਬਾਹਰ ਆ ਜਾਏ ਤੇ FCA ਨੂੰ ਖਤਮ ਕੀਤਾ ਜਾਵੇ ਸੈਕੰਡਲੀ ਐਮਐਸਪੀ ਦੇ ਉੱਪਰ ਬੋਨਸ ਨਾ ਦਿੱਤਾ ਜਾਵੇ ਔਰ ਜਿਹੜੀ ਸਟੇਟ ਇੰਡੀਵਿਜੂਅਲ ਤੌਰ ਤੇ ਬੋਨਸ ਦਿੰਦੀ ਉਹਦੀ ਫਸਲ ਐਮਐਸਪੀ ਤੇ ਨਾ ਖਰੀਦੀ ਜਾਵੇ ਤੀਜੀ ਕਿ ਪ੍ਰਾਈਵੇਟ ਪਲੇਅਰਸ ਨੂੰ ਲੈ ਕੇ ਆ ਪ੍ਰਕਿਊਰਮੈਂਟ ਔਰ ਸਟੋਰੇਜ ਚ ਲੈ ਕੇ ਆਏ ਜਾਵੇ ਜਦੋਂ ਇਹ ਰਿਪੋਰਟ ਆਈ ਸੀ 2015 ਚ ਸਬਮਿਸ਼ਨ ਹੋਈ ਕੀ ਕਾਲੀਦਲ ਨੇ ਉਹਦਾ ਵਿਰੋਧ ਕੀਤਾ ਸੀ ਨੀ ਤਾਂ 2015 ਚ ਰੱਖ ਦਿੱਤੀ ਗਈ ਸੀ ਕਿ ਕਾလီ ਦਲ ਨੇ ਉਸ ਸਮੇਂ ਵਿਰੋਧ ਕੀਤਾ ਸੀ ਬੇਸਿਕਲੀ ਟਾਤ ਆ ਜਿਹੜਾ ਪੀਡੀਆ ਸਿਸਟਮ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਤੇ ਮੰਡੀ ਵਿਵਸਥਾ ਨੂੰ ਤੋੜਨ ਦੀ ਗੱਲ ਵਾਸਤ ਸੀ ਉਹ ਤਾਂ ਉਹ ਤਾਂ 2015 ਚ ਨਹੀਂ ਰੱਖਤੀ ਸੀ ਇਹਨਾਂ ਨੇ ਕੀ ਕਾလီ ਦਲ ਨੇ ਉਦੋਂ ਵਿਰੋਧ ਕਿਉਂ ਨਹੀਂ ਕੀਤਾ ਉਦੋਂ ਕਿਸਾਨ ਪਿਆਰ ਕਿਉਂ ਨਹੀਂ ਜਾਗਿਆ ਇਹਨਾਂ ਦਾ ਉਸ ਤੋਂ ਬਾਅਦ ਇਹੀ ਕਾਲੀ ਦਲ ਨੇ ਇਹਨਾਂ ਆਰਡੀਨੈਂਸ ਜਿਹੜੇ ਕਿਸਾਨ ਮਾਰੂਪ ਕਾਨੂੰਨ ਆਏ ਨੇ ਜਿਹਨੂੰ ਕਾਲੇ ਕਾਨੂੰਨ ਅੱਜ ਲੋਕਾਂ 'ਤੇ ਕਿਹਾ ਜਾ ਰਿਹਾ ਤਿੰਨ ਵਾਰ ਸਾਈਨ ਕੀਤੇ ਰਹੇ ਤੁਸੀਂ ਪੰਡਾ ਜੀ ਨੇ ਤਿੰਨ ਵਾਰ ਸਾਈਨ ਕੀਤੇ ਤਿੰਨ ਵਾਰ ਸਾਈਨ ਕੀਤੇ ਮੈਨੂੰ ਅਪਰੂਵ ਕਰਨਾ ਉਹ ਕਿਦਾਂ ਤਿੰਨ ਵਾਰ ਸਾਈਨ ਕੀਤੇ ਜਦੋਂ ਉਹ ਇਹ ਡਰਾਫਟ ਆਇਆ ਆਰਡੀਨੈਂਸ ਨੂੰ ਵਾਸਤੇ ਜਦੋਂ ਆਪਾਂ ਲੀਗਲ ਲਾਅ ਮਿਨਿਸਟਰੀ ਚ ਡਰਾਫਟ ਭੇਜਣਾ ਸੀ ਅਪਰੂਵਲ ਵਾਸਤੇ ਆਇਆ ਫੂਡ ਪ੍ਰੋਸੈਸਿੰਗ ਮਿਨਿਸਟਰੀ ਕੋਲ ਫੂਡ ਪ੍ਰੋਸੈਸਿੰਗ ਮਿਨਿਸਟਰੀ ਨੇ ਉਹਨੂੰ ਅਪਰੂਵ ਕੀਤਾ ਦੈਨ ਉਹ ਲਾਅ ਮਿਨਿਸਟਰ ਕੋ ਗਿਆ ਦੈਨ ਉਹ ਕਾਨੂੰਨ ਦੀ ਸ਼ੇਪ ਲਈ ਕਿਉਂਕਿ ਐਗਰੀਕਲਚਰ ਮਿਨਿਸਟਰੀ ਤੇ ਫੂਡ ਪ੍ਰੋਸੈਸਿੰਗ ਮਿਨਿਸਟਰ ਜੇ ਤੁਸੀਂ ਉਹਦਾ ਐਕਟ ਦਾ ਸਟਾਰਟਿੰਗ ਪੜੋ ਤੇ ਦੋਨੋਂ ਮਿਨਿਸਟਰੀ ਇਨਵੋਲਡ ਨੇ ਐ ਤੇ ਦੋਨਾਂ ਮਿਨਿਸਟਰੀਆਂ ਦੇ ਵੱਲੋਂ ਜਦੋਂ ਡਰਾਫਟ ਅਪਰੂਵ ਕੀਤਾ ਗਿਆ ਤਾਂ ਆਰਡੀਨੈਂਸ ਦੀ ਸ਼ੇਪ ਚ ਆਇਆ ਜਦੋਂ ਆਰਡੀਨੈਂਸ ਦੀ ਸ਼ੇਪ ਲੈ ਲਈ ਉਹਨੇ ਫਿਰ ਉਹ ਕੈਬਨਿਟ ਨੇ ਪਾਸ ਕੀਤਾ ਕੈਬਨਿਟ ਦੇ ਵਿੱਚ ਫਿਰ ਹਰਸ਼ਿਮਰਤ ਮੈਡਮ ਬੈਠੇ ਸੀ ਫਿਰ ਪਾਸ ਹੋਇਆ ਦੋ ਵਾਰ ਸਾਈਨ ਹੋ ਗਏ ਚਲੋ ਠੀਕ ਹੈ ਤੁਹਾਨੂੰ ਉਹਨਾਂ ਨੇ ਨਹੀਂ ਮੰਨਿਆ ਜੋ ਤੀਜੀ ਵਾਰ ਆਰਡੀਨੈਂਸ ਬਿਲ ਦੇ ਰੂਪ ਚ ਲੋਕ ਸਭਾ ਚ ਪੇਸ਼ ਕਰਨਾ ਸੀ ਫਿਰ ਕੈਬਨਿਟ ਨੇ ਅਪਰੂਵਲ ਦਿੱਤੀ ਤੁਸੀਂ ਫਿਰ ਤਿੰਨ ਤੀਜੀ ਵਾਰ ਸਾਈਨ ਕੀਤਾ ਤੁਸੀਂ ਐਟਲੀਸਟ ਤੀਜੀ ਵਾਰ ਨਾਲ ਸਾਈਨ ਕਰੋ ਤੀਜੀ ਵਾਰ ਸਾਈਨ ਕਰਨ ਤੋਂ ਬਾਅਦ ਜਦੋਂ ਉਹ ਲੋਕ ਸਭਾ ਚ ਇੰਟਰੋਡਿਊਸ ਹੋ ਗਿਆ ਜਦੋਂ ਤੁਹਾਡੇ ਕੋਲ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਤੇ ਲੋਕਾਂ ਨੇ ਤੁਹਾਡੇ ਕੋਲ ਜ਼ਮੀਨੀ ਜਿਹੜੀ ਸਿਆਸੀ ਜ਼ਮੀਨ ਖੋਲੀ ਤੁਸੀਂ ਯੂ-ਟਰਨ ਲੈ ਕੇ ਕਿ ਤੁਹਾਨੂੰ ਕਿਸਾਨੀ ਪਿਆਰ ਯਾਦ ਆ ਗਿਆ ਤੁਸੀਂ 2013 ਚ ਖੁਦ ਕੰਟ੍ਰੈਕਟ ਐਕਟ ਪਾਸ ਕੀਤਾ ਉਹਦਾ ਸਪਸ਼ਟਿਕਰਨ ਕਿਉਂ ਨਹੀਂ ਦਿੰਦਾ ਕਾਲੀ ਦਲ ਕਿ 2013 ਚ ਅਸੀਂ ਤਾਂ ਆ ਜਿਹੜਾ ਹੁਣ ਚਲੋ ਮੰਨ ਲੀਏ ਤੁਹਾਡੀਆਂ ਗੱਲਾਂ ਸਾਰੀਆਂ ਤਾਂ ਆ ਜਿਹੜਾ ਮੁੱਖ ਮੰਤਰੀ ਫਾਈਨੈਂਸ ਮਿਨਿਸਟਰ ਪੰਜਾਬ ਦੇ ਮਨਪ੍ਰੀਤ ਬਾਦਲ ਆ ਮੀਟਿੰਗਾਂ ਚ ਕੀ ਕਰਨ ਗਏ ਸੀ ਕੀ ਕਰਕੇ ਆ ਕੀ ਅਚੀਵ ਕਰਕੇ ਆ ਪਤਾ ਤਾਂ ਇਹਨਾਂ ਨੂੰ ਵੀ ਸੀਗੀ 2017 ਦੇ ਵੀ ਇੱਕ ਐਕਟ ਦੀ APMC ਐਕਟ ਦੀ ਗੱਲਬਾਤ ਕੀਤੀ ਜਾਂਦੀ ਤੁਸੀਂ ਵੀ ਪਾਸ ਕੀਤਾ ਥੋੜੀ ਸਰਕਾਰ ਨੇ ਵਿਧਾਨ ਸਭਾ ਚ ਪਾਸ ਕੀਤਾ ਅਜੋ ਨੂੰ ਵੀ ਦਿਖਾਇਆ ਜਾਂਦਾ ਹੈ ਵੀ ਆਹ ਦੇਖੋ ਤੁਸੀਂ ਵੀ ਤਾਂ ਹੋਏ ਕੁਝ ਕਰ ਰਹੇ ਹੋ ਸਰ ਜਿਹੜਾ ਰਤੀਸ਼ ਜੀ ਜਿਹੜਾ 2000 ਜਿਹੜੀ ਮੀਟਿੰਗ ਦੀ ਗੱਲ ਕਰ ਰਹੇ ਨੇ 2019 ਵਾਲੀ ਮੀਟਿੰਗ ਵਿੱਚ ਉਹ ਫਾਰਮ ਦੀ ਜਿਹੜੀ ਫਾਰਮਰ ਦੀ ਡਬਲ ਇਨਕਮ ਵਾਸਤੇ ਜਿਹੜੀ ਕਮੇਟੀ ਬਣੀ ਸੀ ਜਿਹੜੀ ਕੰਸਲਟੇਸ਼ਨਸ ਹੋ ਰਹੀ ਪੋਲੀਟੀਕਲ ਕੰਸਲਟੇਸ਼ਨਸ ਹੋ ਰਹੀਆਂ ਸੀ ਸੀਐਮ ਜੀ ਨਾਲ ਉਹਦੇ ਚ ਬੁਲਾਇਆ ਗਿਆ ਕਿਹੜੀ ਕਮੇਟੀ ਸੀ ਜਿਹੜੀ ਸੀਐਮ ਜੀ ਬਣਾਈ ਸੀ ਚੀਫ ਮਿਨਿਸਟਰ ਦੀਆਂ 7 ਸਟੇਟਾਂ ਦੀ ਚੀਫ ਮਿਨਿਸਟਰ ਕੌਂਸਲ ਜਿਹੜੀ ਸੀ ਕੌਂਸਲ ਬਣਾਈ ਸੀ ਉਹ ਜਿਹੜੀ ਫਾਰਮ ਫਾਰ ਨੀ ਹੋਈ ਜੇ ਆਰਡੀਨੈਂਸੀ ਗੱਲ ਹੋਈ ਹੈ ਮਿੰਟਸ ਆਫ ਮੀਟਿੰਗ ਕਿਉਂ ਨਹੀਂ ਰਿਲੀਜ਼ ਕਰਦੀ ਬੀਜੇਪੀ ਅਜ ਤੱਕ ਉੱਥੇ ਤਾਂ ਤੁਸੀਂ ਕਹਿੰਦੀ ਕੋਸ਼ਿਸ਼ ਕਰ ਰਹੇ ਮੁੱਖ ਮੰਤਰੀ ਹੈ ਜਿਹੜੇ ਫਾਈਨੈਂਸ ਮਿਨਿਸਟਰ ਆਪਣੇ ਪੰਜਾਬ ਦੇ ਨੇ ਜਿਹੜੇ ਗਏ ਉਹ ਮੀਟਿੰਗ ਦਾ ਦੇਰ ਦੇ ਮੀਟਿੰਗ ਚ ਪਹਿਲੀ ਮੀਟਿੰਗ ਚ ਜਿਹੜੀ ਨਹੀਂ ਸੀ ਪਹਿਲੀ ਮੀਟਿੰਗ ਚ ਤਾਂ ਜਿਹੜੀ ਮੀਟਿੰਗ ਹੋਈ ਉਹ ਚ ਪੰਜਾਬ ਮੈਂਬਰ ਹੀ ਨਹੀਂ ਸੀ ਕਿ ਕਿਸੇ ਦੀ ਮੀਟਿੰਗ ਦੀ ਇਹ ਇਧੀਆਂ ਤਿੰਨ ਮੀਟਿੰਗ ਹੋਈਆਂ ਨੇ ਆਰਡੀਨੈਂਸ ਦੀ ਗੱਲ ਕਰ ਨਹੀਂ ਆਰਡੀਨੈਂਸ ਨਹੀਂ ਜਿਹੜੀਆਂ ਫਾਰਮ ਕੰਸਲਟੇਸ਼ਨ ਜਿਹੜੀ ਪੋਲਿਟੀਕਲ ਕੰਸਲਟੇਸ਼ਨ ਟੀਮ ਬਣੀ ਸੀ ਸੀਐਮਜੀ ਵਿੱਚ ਕਿਸਾਨਾਂ ਦੀ ਇਨਕਮ ਨੂੰ ਦੁੱਗਣਾ ਕਰਨ ਲਈ ਵਿਧਾਨ ਲਈ ਸੱਤ ਸਟੇਟਾਂ ਦੀ ਜਿਹੜੀ ਸੀਐਮਜੀ ਕਮੇਟੀ ਬਣੀ ਸੀ ਪਹਿਲੀ ਵਾਲੀ ਮੀਟਿੰਗ ਚ ਤਾਂ ਪੰਜਾਬ ਮੈਂਬਰ ਹੀ ਨਹੀਂ ਸੀ ਫਿਰ ਜਦੋਂ ਉਹਦਾ ਵਿਰੋਧ ਕੀਤਾ ਗਿਆ ਸੀਐਮ ਸਾਹਿਬ ਵੱਲੋਂ ਪੀਐਮ ਸਾਹਿਬ ਨੂੰ ਚਿੱਠੀ ਲਿਖ ਕੇ ਫਿਰ ਸੈਕੰਡ ਮੀਟਿੰਗ ਚ ਉਹਨੂੰ ਮੈਂਬਰ ਬਣਾਇਆ ਗਿਆ ਕਿਉਂਕਿ ਸੈਕੰਡ ਮੀ ਤੀਸਰੀ ਮੀਟਿੰਗ ਜਦ ਤੱਕ ਹੋਣੀ ਸੀ ਤਦ ਤੱਕ ਸੈਕਟਰੀ ਸਾਹਿਬ ਨੂੰ ਕਿਸੇ ਨੂੰ ਬੁਲਾਇਆ ਗਿਆ ਉਹ ਤੇ ਹੁਕਮ ਦਿੱਤਾ ਕਿ ਅਸੀਂ ਤੁਹਾਡੀ ਸੁਜੈਸ਼ਨਸ ਨਹੀਂ ਲੈਣੀਆਂ ਅਸੀਂ ਤੁਹਾਨੂੰ ਇੱਕ ਦੱਸਣਾ ਹੈ ਕਿ ਅਸੀਂ ਆਰਮ ਆਰਡੀਨੈਂਸ ਲੈ ਕੇ ਆ ਰਹੇ ਤਾਂ ਬੇਸਿਕਲੀ ਤੁਸੀਂ ਕਹਿੰਦੇ ਵੀ ਤਿੰਨ ਮੀਟਿੰਗਾਂ ਦੇ ਦੌਰਾਨ ਹੀ ਉਹਦੀ ਸ਼ਕਲ ਬਦਲ ਗਈ ਯਾਨੀ ਕਿ ਕਿਸਾਨ ਦੀ ਆਮਦਨ ਨੂੰ ਦੁੱਗਣੀ ਕਰਨ ਦਾ ਜਿਹੜੇ ਮੋਹਮਿਆ ਉਹਦੇ ਤਹਿਤ ਜਿਹੜੀਆਂ ਮੀਟਿੰਗਾਂ ਐ ਕੌਂਸਲਸ ਦਾ سلسلہ ਚੱਲਦਾ ਪਿਆ ਸੀ ਉਸ ਨੂੰ ਤੀਸਰੀ ਮੀਟਿੰਗ ਯਾਨੀ ਕਿ ਸਿਕਤਰੇ ਲੈਵਲ ਤੱਕ ਗੱਲਬਾਤ ਆਂਦੇ ਆਂਦੇ ਉਹ ਆਰਡੀਨੈਂਸ ਸਟੈਅਰ ਹੋ ਚੁੱਕੇ ਸਨ ਆਰਡੀਨੈਂਸ ਦਾ ਰੂਪ ਲੈ ਚੁੱਕੀ ਸੀ ਸੋ ਠੀਕ ਉਹਦਾ ਉਹਦੀ ਇੰਪਲੀਕੇਸ਼ਨ ਫਿਰ ਕੀ ਹੁੰਦੀ ਹੈ ਮਤਲਬ ਇਜ਼ ਇਹ ਸਫੀਸ਼ੀਐਂਟ ਜਸਟੀਫਿਕੇਸ਼ਨ ਫॉर ਯੂ ਗਵਰਨਮੈਂਟ ਮੇਰੀ ਨਹੀਂ ਸਫੀਸ਼ੀਐਂਟ ਉਹ ਜਿੱਥੇ ਗਵਰਨਮੈਂਟ ਤੁਸੀਂ ਦੇਖੋ ਇੱਕ ਸਟੇਟ ਲਿਸ ਦੇ ਮੈਟਰ ਤੇ ਉੱਪਰ ਸੈਂਟਰ ਆ ਕੇ ਐਕਟ ਬਣਾ ਲੈਂਦੀ ਤੇ ਸਟੇਟਮੈਂਟ ਨੂੰ ਤਾਂ ਤੁਸੀਂ ਸਟੇਟ ਤਾਂ ਪੁੱਛ ਹੀ ਨਹੀਂ ਕੰਸਲਟ ਹੀ ਨਹੀਂ ਕਰ ਰਹੇ 65% ਲੋਕ ਇਹਦੇ ਨਾਲ ਇਨਵੋਲਡ ਨਹੀਂ ਤੁਸੀਂ ਉਹ ਸਟੇਕ ਹোল্ডার ਨਾਲ ਗੱਲ ਨਹੀਂ ਕਰ ਰਹੇ ਲੇਕਿਨ ਤੁਸੀਂ ਤੁਸੀਂ ਤਾਂ ਵਕੀਲ ਹੋ ਤੁਸੀਂ ਖੁਦ ਵੀ ਲਾਅ ਕੀਤੀ ਹੋਈ ਆ ਆਰਟੀਆ ਨਹੀਂ ਪਾਈਆਂ ਹੈਗੇ ਲੇਕਿਨ ਅੱਜ ਇੱਕ ਇੱਕ ਬਾਰ ਬਾਰ ਇੱਕ ਥਰੋਅ ਆਪ ਕੀਤਾ ਜਾ ਰਿਹਾ ਹੈ ਆਈਡੀਆ ਜਾਂ ਮੰਗ ਕੀਤੀ ਜਾ ਰਹੀ ਹੈ ਰਾਦਰ ਕਾਲੀ ਦਲ ਨੇ ਤਾਂ ਇਹ ਜਿਹੜੀ ਮੰਗ ਕੀਤੀ ਜਾਂਦੀ ਵੀ ਜਿਹੜਾ ਕਰਨ ਵਾਲਾ ਕੰਮ ਹੈ ਆਪਣਾ ਸਰਪ ਸੁਪਰ ਸਰਕਾਰੋਂ ਤਾਂ ਕਰਨੀ ਇਹ ਜਦੂ ਵੀ ਕਿਸੇ ਚੀਜ਼ ਨੂੰ ਐਕਟ ਲੈ ਕੇ ਉਹ ਉਹਦੇ ਨਾਲ ਕੰਸਲਟੇਸ਼ਨਸ ਤਾਂ ਕਰਨੀਆਂ ਪੈਣਗੀਆਂ ਨਾ ਇੱਕਦਮ ਤਾਂ ਆਪਾਂ ਇੱਕ ਲਿਆ ਐਕਟ ਲਿਆ ਕੇ ਸੈਸ਼ਨ ਬੁਲਾ ਕੇ ਐਕਟ ਲਿਆ ਕੇ ਮੰਡੀ ਡਿਕਲੇਅਰ ਨਹੀਂ ਕਰ ਸਕਦੇ ਕੱਲੋਂ ਉਹਦੀ ਮੰਡੀ ਦੇ ਐਕਟ ਲਾਗੂ ਹੋ ਜਾਊਗਾ ਤੇ ਹਰ ਜਗ੍ਹਾ ਮੰਡੀ ਥੋੜਾ ਘਰ ਨੂੰ ਮੰਡੀ ਨਹੀਂ ਬਣਾ ਦਾਂਗੇ ਨਾ ਆਪਾਂ ਉਹਦੇ ਬਾਰੇ ਸਾਨੂੰ ਕੰਸਲਟ ਕਰਨਾ ਪਊਗਾ ਕਿਹੜੀ ਕਿਹੜੀ ਚੀਜ਼ ਨੂੰ ਮੰਡੀ ਚੋਂ ਸਿਸਟਮ ਚੋਂ ਬਾਹਰ ਰੱਖਣਾ ਤੇ ਇਮੀਡੀਏਟਲੀ ਆਪਾਂ ਇਨੀ ਜਲਦਬਾਜੀ 'ਚ ਐਕਟ ਲਈਏ ਜਿਹੜੀ ਕੱਲ ਦੁਬਾਰਾ ਇਲੀਗਲ ਇੰਪਲੀਕੇਸ਼ਨ ਸਾ ਇਸ ਕਰਕੇ ਉਹ ਸਾਨੂੰ ਵੇਟ ਕਰਨੀ ਚਾਹੀਦੀ ਇਨੀ ਕਾਲੀ ਨਾ ਕਾਲੀ ਦਲ ਵਾਲੇ ਪੈਣ ਪਹਿਲਾਂ ਲਗਾਤਾਰ ਉਹ ਕੰਮ ਕਰਕੇ ਆਏ ਤੇ ਅਜੋ ਕਾਲੇ ਪੈ ਗਏ ਸਟੇਟ ਬੜੀ ਇਤੀ ਸੰਜੀਦਗਾ ਸੀਐਮ ਸਾਹਿਬ ਨੇ ਕੱਲ ਵੀ ਪਰਸੋਂ ਵੀ ਮੇਰੇ ਨਾਲ ਮੀਟਿੰਗ ਦੇ ਵਿੱਚ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਗਿਆ ਅਸੀਂ ਹਰ ਤਰ੍ਹਾਂ ਦਾ ਇੱਕ ਜਿਹੜਾ ਲੀਗਲ ਰਿਕੋਰਸ ਉਹ ਕਰਾਂਗੇ ਇਹਦੇ ਲੇਕਿਨ ਇਹਦੇ ਤੇ ਜਿਹੜੀ ਸੁਪਰੀਮ ਕੋਰਟ ਜਾਣ ਦੀ ਗੱਲ ਹੈ ਉਹ ਤੁਹਾਡੇ ਤੋਂ ਸਵਾਲ ਇਸ ਵਾਰ ਸੇ ਪੁੱਛ ਰਹੇ ਕਿਉਂਕਿ ਤੁਸੀਂ ਕਿਉਂਕਿ ਲੀਗਲ ਕਨਫੈਬਲੇਸ਼ਨਸ ਦੇ ਵਿੱਚ ਜਿਹੜੀਆਂ ਹੋ ਰਹੀਆਂ ਨੇ ਪਾਰਟੀ ਐ ਸਰਕਾਰ ਦੇ ਲੈਵਲ ਤੋਂ ਉਹਦੇ ਵਿੱਚ ਇਨਵੋਲਵ ਹੋ ਲੇਕਿਨ ਉਹ ਜਿਹੜਾ ਲੀਗਲ ਰਿਕੋਰਸ ਹੈ ਉਹ ਕੀ ਹੈ ਜਿਸ ਸੁਪਰ ਸਰਕਾਰਾਂ ਕੋ ਆਪਾਂ ਕਹਿੰਦੇ ਵੀ ਸੁਪਰੀਮ ਕੋਰਟ ਭਾਜੋ ਈਵਨ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਸੁਪਰੀਮ ਕੋਰਟ ਚੁਣੌਤੀ ਦਾਂਗੇ ਅੱਗੇ ਆਪਾਂ ਕਿੰਨੀ ਕੁ ਲੜਾਂ ਜੰਗਾਂ ਜਿੱਤ ਲਈਏ ਸੁਪਰੀਮ ਕੋਰਟ ਉਹ ਜਿਹੜਾ ਇੱਕ ਹੋਰ ਜੰਗ ਦੀ ਤਿਆਰੀ ਕਰ ਰਹੇ ਹਾਂ ਕਿ ਤੁਸੀਂ ਜੇ ਸੈਮਨ ਸ਼ਡਿਊਲ ਨੂੰ ਤਿੰਨ ਲਿਸਟਾਂ ਚ ਵੰਡਿਆ ਗਿਆ ਯੂਨੀਅਨ ਲਿਸਟ ਸਟੇਟ ਲਿਸਟ ਤੇ ਕੰਕਰੈਂਟ ਲਿਸਟ ਜੇ ਤੁਸੀਂ ਤਿੰਨਾਂ ਨੂੰ ਪੜ ਲਓ ਨਾ ਤੇ ਸੈਂਟਰ ਤੇ ਕੰਕਰੈਂਟ ਲਿਸਟ ਚ ਹਰ ਜਗ੍ਹਾ ਤੇ ਐਗਰੀਕਲਚਰ ਨੂੰ ਡਿਬਾਰ ਕੀਤਾ ਗਿਆ ਐਗਜ਼ਮਪਟ ਕੀਤਾ ਗਿਆ ਪਾਵਰ ਚ ਯੂਨੀਅਨ ਦੀ ਪਾਵਰ ਚ ਔਰ ਕੰਕਰੈਂਟ ਲਿਸਟ ਦੀ ਪਾਵਰ ਚ ਯਾਨੀ ਕਿ ਕੋਰਲੀ ਸਟੇਟ ਦਾ ਸੰਬੰਧ ਕੋਰਲੀ ਸਟੇਟ ਨੂੰ ਦਾ ਅਧਿਕਾਰ ਹੈ ਖੇਤੀਬਾੜੀ ਔਰ ਤੁਹਾਨੂੰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਣਾ 7th ਸ਼ੈਡਿਊਲ ਦੀ ਕੰਕਰੈਂਟ ਲਿਸਟ ਹੈ ਜਿਹੜੀ 3rd ਲਿਸਟ ਹੈ ਉਹਦਾ ਐਂਟਰੀ ਨੰਬਰ 7 ਨੂੰ ਜੇ ਆਪਾਂ ਧਿਆਨ ਨਾਲ ਪੜੀ ਮੈਂ ਪੜ੍ਹ ਕੇ ਦਿਖਾਣਾ ਚਾਹੁੰਦਾ ਤੁਹਾਨੂੰ ਜੀ ਕੰਕਰੈਂਟ ਇਨਕਲੂਡਿੰਗ ਕੰਟਰੈਕਟਸ ਇਨਕਲੂਡਿੰਗ ਦਾ ਪਾਰਟਨਰਸ਼ਿਪ ਏਜੰਸੀ ਕੰਟਰੈਕਟ ਆਫ ਕੈਰੇਜ ਐਂਡ ਦਾ ਅਦਰ ਸਪੈਸ਼ਲ ਫਾਰਮ ਆਫ ਕੰਟਰੈਕਟ ਬਟ ਨਾਟ ਇਨਕਲੂਡਿੰਗ ਦਾ ਕੰਟਰੈਕਟ ਰਿਲੇਟਿੰਗ ਟੂ ਦਾ ਐਗਰੀਕਲਚਰ ਲੈਂਡ ਇਹਦਾ ਮਤਲਬ ਥੋੜਾ ਪੰਜਾਬੀ ਵਿੱਚ ਦੱਸੋ ਕਿ ਤੁਸੀਂ ਕੰਟਰੈਕਟ ਦੀ ਜਿਹੜੀ ਕੰਟੈਕਟ ਕਰਨ ਦੀ ਜਿਹੜੀ ਪਾਵਰ ਹੈ ਲਾਅ ਬਣਾਉਣ ਦੀ ਸੈਂਟਰ অর ਸਟੇਟ ਦੋਨਾਂ ਕੋ ਜਿੱਥੇ ਖੇਤੀਬਾੜੀ ਆ ਗਈ ਜਿੱਥੇ ਖੇਤੀਬਾੜੀ ਆ ਗਈ ਉੱਥੇ ਸੈਂਟਰ ਕਾਨੂੰਨ ਨਹੀਂ ਬਣਾ ਸਕਦਾ ਇਹ ਕਾਨੂੰਨ ਹੈ ਸੰਵਿਧਾਨ ਹੈ ਨਾਟ ਕਾਨੂੰਨ ਸੰਵਿਧਾਨ ਹੈ ਇਸ ਸੰਵਿਧਾਨ ਇਹ ਐਂਟਰੀ ਨੰਬਰ 7 ਹੈ ਜਿਹੜੀ ਸ਼ੈਡਿਊਲ 7th ਸ਼ੈਡਿਊਲ ਦੀ 3rd ਲੀਸ ਦੀ ਐਂਟਰੀ ਨੰਬਰ 7 ਚ ਕਲੀਅਰ ਕਰ ਦਿੱਤਾ ਗਿਆ ਹੂੰ ਤੋ ਇਹ ਤਾਂ ਫਿਰ ਅਲਟਰਾ ਵਾਇਰਸ ਤੋਂ ਦਿ ਕਨਸਟੀਟਿਊਸ਼ਨ ਹੋ ਜਾਏਗਾ ਕਿ ਆਪਾਂ ਉਮੀਦ ਕਰ ਸਕਦੇ ਹਾਂ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਬਿਕੋਜ਼ ਬਹੁਤ ਉਮੀਦ ਹੈ ਲੇਕਿਨ ਆ ਜਿਹੜਾ ਉਹਨੇ ਵਾਇਬ ਮੀਡੀਆ ਕੱਢਿਆ ਹੈਗਾ ਵੀ ਖੇਤੀਬਾੜੀ ਦੀ ਜਿਹੜੀਆਂ ਜਿੰਸਾਂ ਨੂੰ ਉਹਨੂੰ ਪ੍ਰੋਸੈਸ ਫੂਡ ਸਟਾਫ ਯਾ ਫੂਡ ਆਈਟਮ ਕਰਕੇ ਉਹਨੂੰ ਟ੍ਰੇਡ ਦੇ ਕਮਰਸ ਹੁਣ ਇਹ ਵੀ ਥੋੜਾ ਦਰਸ਼ਕਾਂ ਨੂੰ ਸਮਝਾਓ ਵੀ ਟ੍ਰੇਡ ਤੇ ਐਗਰੀਕਲਚਰ ਤੇ ਓਕਿਊਪੇਸ਼ਨ ਨੂੰ ਕਿਵੇਂ ਬਾਈਫਰਕੇਟ ਕਰਦੇ ਆ ਲਤੇਜ ਜੀ ਅੱਜ ਐਜੂਕੇਸ਼ਨ ਪ੍ਰਾਈਵੇਟ ਸੈਕਟਰ ਆ ਗਿਆ ਐਜੂਕੇਸ਼ਨ ਚ ਆਪਾਂ ਬਿਜ਼ਨਸ ਫੀਸਾਂ ਕਿੰਨੀਆਂ ਭਾਰੀਆਂ ਦੇਣੇ ਅੱਜ ਕਾਨੂੰਨ ਅਸੀਂ ਉਹਨੂੰ ਟ੍ਰੇਡ ਐਂਡ ਕਮਰਸ ਸੱਜ ਵੀ ਨਹੀਂ ਮੰਨਦੇ ਇਹ ਨੂੰ ਅਕੂਪੇਸ਼ਨ ਮੰਨਨੇ ਐ ਐਜੂਕੇਸ਼ਨ ਨੂੰ ਤੇ ਜੇ ਜਦੋਂ ਅਸੀਂ ਐਗਰੀਕਲਚਰ ਐਜੂਕੇਸ਼ਨ ਇਜ਼ ਅ ਅਕੂਪੇਸ਼ਨ ਤੇ ਐਗਰੀਕਲਚਰ ਕਿਦਾ ਟ੍ਰੇਡ ਐਂਡ ਕਮਰਸ ਹੋ ਸਕਦਾ ਉਹ ਵੀ ਅਕੂਪੇਸ਼ਨ ਹੈ ਜੇ ਉਹ অকਪੇਸ਼ਨ ਨਾ ਹੋ ਤਾਂ ਟ੍ਰੇਡ ਐਂਡ ਕਮਰਸ ਚਾਪਾ ਕਾਨੂੰਨ ਕਿਉਂ ਦਾ ਬਣਾ ਸਕਦੇ ਆ ਅਸੀਂ ਬੈਕ ਡੋਰ ਐਂਟਰੀ ਦੇ ਥਰੂ ਕਲਰਲੇਬਲ ਕਲਰਲੇਬਲ ਲੈਜਿਸਲੇਸ਼ਨ ਦੇ ਥਰੂ ਅਸੀਂ ਜਿਹੜਾ ਡਾਇਰੈਕਟ ਨਹੀਂ ਕਰ ਸਕਦੇ ਇੰਡਾਇਰੈਕਟਲੀ ਤੌਰ ਤੇ ਕਾਨੂੰਨ ਬਣਾ ਰਹੇ ਆ ਜਿਹੜਾ ਮੈਨੂੰ ਲੱਗਦਾ ਕਿ ਸੁਪਰੀਮ ਕੋਰਟ ਚ ਜੇ ਚੈਲੰਜ ਕੀਤੀ ਤਾਂ ਕੋਈ ਨਾ ਕੋਈ ਅਲਟਰ ਵਾਇਰਸ ਇਹਦਾ ਸਾਹਮਣੇ ਆ ਜਾਊਗਾ ਔਰ ਕੇਂਦਰ ਸਰਕਾਰ ਨੂੰ ਬੈਕਫੁੱਟ ਤੇ ਆਣਾ ਪਊਗਾ ਹੂੰ ਹੂੰ ਤਾਂ ਲੀਗਲ ਪੋਜੀਸ਼ਨ ਬੜੀ ਕਲੀਅਰ ਹੈ ਇਸ ਤੋਂ ਬਲਾ ਹੋਰ ਕੋਈ ਐਸਪੈਕਟ ਇਸ ਪੂਰੇ ਪੂਰੇ ਤੇਨਾ ਜਿਹੜਾ ਕਾਨੂੰਨਾਂ ਦਾ ਤੁਸੀਂ ਸਾਡੇ ਨਜ਼ਰ ਕਰਨਾ ਚਾਹੋ ਕਿਉਂਕਿ ਨੂੰ ਹੋਰ ਕੀ ਕੀ ਡਿਸਐਡਵਾਂਟੇਜ ਹੈ ਜਿਹੜਾ ਕਿ ਕਲੀਅਰਲੀ ਕਿਸਾਨ ਵਿਚਾਰੀ ਪੋਜੀਸ਼ਨ 'ਚ ਖੜਾ ਵਿਚਾਰਗੀ ਦੀ ਪੋਜੀਸ਼ਨ ਖੜਾ ਇਹ ਬੀਜੇਪੀ ਵਾਲੇ ਜਿਹੜਾ ਵੀ ਆਪਣਾ ਇੱਕ ਪੁਆਇੰਟ ਦੇ ਰਹੇ ਨੇ ਸਭ ਤੋਂ ਸਟਰੋਂਗ ਪੁਆਇੰਟ ਦੇ ਰਹੇ ਕਿ ਤੁਸੀਂ ਆਮਦਨ ਦੁੱਗਣੀ ਕਰ ਰਹੇ ਆ ਆਮਦਨ ਦੁੱਗਣੀ ਦੀ ਗੱਲ ਕਰ ਰਹੇ ਆ ਉਹ ਤਾਂ ਇੱਕ ਵਿਜਨ ਸਟੇਟਮੈਂਟ ਆ ਹਵਾਈ ਗੱਲ ਆ ਉਹ ਜੁਮਲਾ ਵੀ ਹੋ ਸਕਦਾ ਹੈ ਕਿ 2006 ਤੇ ਜਿਹੜਾ ਤੁਸੀਂ ਮੰਡੀ ਐਕਟ ਤੋੜਿਆ ਸੀ ਬਿਹਾਰ ਦਾ ਉਹਦੇ ਡਾਟੇ ਕਿਉਂ ਨਹੀਂ ਪ੍ਰੋਵਾਈਡ ਕਰ ਰਹੇ ਤੁਸੀਂ ਲੋਕਾਂ 'ਚ ਤੁਸੀਂ ਲੋਕਾਂ ਨੂੰ ਇੱਕ ਮਾਡਲ ਦੱਸੋ ਕਿ 14 ਸਾਲ ਤੋਂ ਇੱਕ ਮਾਡਲ ਚੱਲ ਰਿਹਾ ਕਿੰਨਾ ਸਕਸੈਸਫੁਲ ਰਿਹਾ ਉਹ ਲੋਕੀ ਡਿਸਾਈਡ ਐਵਰੇਜ ਲੈਂਡ ਹੋਲਡਿੰਗ ਜਿਹੜੇ ਸਾਡੇ ਕਿਸਾਨ ਦੀ ਹੈ ਹਿੰਦੁਸਤਾਨ ਦੇ 2 ਤੋਂ 5 ਏਕੜ ਤੱਕ ਦੀ ਕਿਸੇ ਦੋ ਜਗ੍ਹਾ ਕਿਸੇ ਦੀ ਪੰਜ ਜਗ੍ਹਾ ਹੈ ਏਕੜ ਦੀ ਲੈਂਡ ਹੋਲਡਿੰਗ ਹੈ ਉਹ ਕਿਸਾਨ ਆਪਣੀ ਫਸਲ ਨੂੰ ਬਿਹਾਰ ਜਾਂ ਮਹਾਰਾਸ਼ਟਰ ਜਾਂ ਗੁਜਰਾਤ ਕਿਦਾਂ ਲੈ ਕੇ ਜਾਊਗਾ ਅਸੀਂ ਟ੍ਰਾਂਸਪੋਰਟ ਇਨਫਰਾਸਟ੍ਰਕਚਰ ਦੇ ਵਿੱਚ ਕਿੰਨਾ ਇਨਵੈਸਟਮੈਂਟ ਕੀਤਾ ਇਸ ਸਰਕਾਰ ਕਿਉਂ ਨਹੀਂ ਦੱਸ ਰਹੀ ਕਿੰਨੇ ਸ਼ਹਿਰਾਂ ਨੂੰ ਜਾਂ ਕਿੰਨੀਆਂ ਮੰਡੀਆਂ ਨੂੰ ਆਪਸ ਵਿੱਚ ਜੋੜਿਆ ਗਿਆ ਕਿੰਨੀਆਂ ਡੈਡੀਕੇਟ ਟ੍ਰੇਨਸ ਚਲਾਈਆਂ ਗਈਆਂ ਜਿਹੜੀ ਕਿਸਾਨ ਦੀ ਫਸਲ ਨੂੰ ਇੱਕ ਮੰਡੀ ਤੋਂ ਚੱਕ ਕੇ ਦੂਸਰੀ ਮੰਡੀ ਲੈ ਕੇ ਜਾਣੀ ਹੈ ਇਹ ਸਰਕਾਰ ਕਿਉਂ ਨਹੀਂ ਦੱਸ ਰਹੀ ਔਰ ਸਭ ਤੋਂ ਵੱਡੀ ਗੱਲ ਕਿ ਥਰਡ ਇਹਨਾਂ ਨੇ ਇੱਕ ਐਕਟ ਲੈ ਕੇ ਆਈ ਸੀ ਈ-ਨੇਮ ਨੈਸ਼ਨਲ ਐਗਰੀਕਲਚਰ ਮਾਰਕੀਟ ਦਾ ਆਨਲਾਈਨ ਟਰੇਡਿੰਗ ਪੋਰਟਲ ਸੀ ਐਗਰੀਕਲਚਰ ਪ੍ਰੋਡਿਊਸ ਦੇ ਵਿੱਚ 2016 ਚ ਉਹ ਕਿੰਨਾ ਸਕਸੈਸਫੁਲ ਰਿਹਾ ਉਹਦੇ ਡਾਟਾ ਕਿਉਂ ਨਹੀਂ ਗਵਰਨਮੈਂਟ ਦੇ ਰਹੀ ਕਿੰਨੀ ਪ੍ਰਾਈਵੇਟ ਇਨਵੈਸਟਮੈਂਟ ਆਈ ਕਿੰਨੀ ਫਾਰਮਰਜ਼ ਦੀ ਇਨਕਮ ਵਧੀ ਆਨਲਾਈਨ ਟਰੇਡਿੰਗ ਦੇ ਥਰੂ ਉਹ ਕਿਉਂ ਨਹੀਂ ਦੱਸ ਰਹੀ ਨਹੀਂ ਥਰਡ ਅੱਜ ਫਾਰਮਰਜ਼ ਦੀ ਜਿਹੜੀ ਲੋਡ ਹੈ ਜਿਹੜੀ ਪ੍ਰੋਡਿਊਸ ਹੈ ਕਿਸਾਨ ਦਾ ਉਹਦੀ ਜਿਹੜੀ ਪ੍ਰੋਡਕਸ਼ਨ ਦੀ ਹੈ ਆਉਟਪੁੱਟ ਹੈ ਉਸ ਟੈਕਨਿਸ਼ਡ ਹੋਗੀ ਉਹ ਇੱਕ ਇੱਕ ਪੁਆਇੰਟ ਤੇ ਆ ਕੇ ਖਤਮ ਹੋਗੀ ਖੜ ਗਈ ਕੋਈ ਬ ਲੋੜ ਹੈ ਸਾਨੂੰ ਉਹਦੀ ਪ੍ਰੋਡਕਸ਼ਨ ਨੂੰ ਇਨਕਰੀਸ ਕਰਨ ਦੀ ਅਸੀਂ ਰਿਸਰਚ ਐਂਡ ਡਿਵੈਲਪਮੈਂਟ ਤੇ ਡਾਟਾ ਕਿੰਨੀ ਇਨਵੈਸਟਮੈਂਟ ਕੀਤੀ ਉਹ ਸਰਕਾਰ ਕਿਉਂ ਨਹੀਂ ਦੱਸਦੀ ਔਰ ਮੈਂ ਟਾਟਾ ਉਹ ਸਰਕਾਰ ਨਹੀਂ ਦੇਗੀ ਮੈਂ ਤੁਹਾਨੂੰ ਆ ਡਾਟਾ ਇਸ ਦੇਣਾ ਸਭ ਤੋਂ ਪਹਿਲਾਂ ਕਿ ਜਿਹੜਾ ਈਨੇਮਲ ਐਕਟ ਲੈ ਕੇ ਆਈ ਸੀ ਆ ਐਗਰੀਕਲਚਰ ਮਾਰਕੀਟਿੰਗ ਬਜਟ ਇਹਨਾਂ ਨੇ ਕਿੰਨਾ ਦਿੱਤਾ ਉਹ ਮੈਂ ਤੁਹਾਨੂੰ ਦੱਸ ਦੇਣਾ 2018-19 ਦਾ 1000 ਕਰੋੜ 1050 ਕਰੋੜ ਦਾ ਇਹਨਾਂ ਨੇ ਟਾਰਗੇਟ ਰੱਖਿਆ ਅਸੀਂ ਦੇਾਂਗੇ ਐਕਚੁਅਲੀ ਰਿਵਾਈਜ਼ ਕਰਕੇ ਉਹਨੂੰ 500 ਕਰੋੜ ਤੇ ਲਿਆਏ ਦਿੱਤਾ 458 ਕਰੋ ਮਤਲਬ 1000 ਕਰੋੜ ਦੇਣਾ ਸੀ 458 ਕਰੋੜ ਤੇ ਇਨਾਮ ਲਈ ਕਹਿ ਰਹੇ ਆ ਜਿਹਨੈਸ਼ਨਲ ਐਗਰੀਕਲਚਰ ਮਾਰਕੀਟ ਨੂੰ ਦਾ ਇਲੈਕਟ੍ਰੋਨਿਕ ਇਨਫਰਾਸਟ੍ਰਕਚਰ ਆਪਾਂ ਡਵੈਲਪ ਕਰਨਾ ਸੀ ਜਿਹੜਾ ਆਪਾਂ ਆਨਲਾਈਨ ਇਨਫਰਾਸਟ੍ਰਕਚਰ ਦੇਣਾ ਸੀ ਕਿਸਾਨਾਂ ਨੂੰ ਤਾਂ ਕਿ ਵੱਧ ਤੋਂ ਵੱਧ ਟਰੇਡਿੰਗ ਆਨਲਾਈਨ ਹੋਵੇ ਉਹਦੇ ਵਾਸਤੇ ਕਿੰਨੀ ਕੇ ਸੰਸੀਅਰ ਸੀ ਸਰਕਾਰ ਉਹਦੇ ਬਜਟ ਤੋਂ ਹੁਣ ਤੁਸੀਂ 1920 ਦੇ ਬਜਟ ਤੇ ਆਜੋ 1920 ਦਾ ਬਜਟ 1050 ਕਰੋੜ ਤੋਂ ਸਿੱਧਾ 600 ਕਰੋੜ ਕਰ ਦਿੱਤਾ ਗਿਆ ਰੀਲੀਜ਼ 331 ਕਰੋੜ ਕੀਤਾ ਗਿਆ ਤੁਸੀਂ 331 ਕਰੋੜ ਨਾਲ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਲਈ ਇਨਫਰਾਸਟ੍ਰਕਚਰ ਡਵੈਲਪ ਕਰੋਗੇ ਔਰ ਮਾਰਕ ਕਾਰਪੋਰੇਟ ਹਾਊਸੇਸ ਦੇ ਤੁਸੀਂ ਆਨਲਾਈਨ ট্রেਡਿੰਗ ਦੇ ਨਾਮ ਤੇ ਉਹਨੂੰ ਕਾਰਪੋਰੇਟ ਹਾਊਸੇਸ ਤੇ ਰਹਿਮੁਕਰਮ ਤੇ ਛੱਡ ਰਹੇ ਹੋ ਤੀਜਾ ਆਰ ਐਨ ਡੀ ਰਿਸਰਚ ਦੇ ਵਿੱਚ ਜਿਹ ਜਿੰਨਾ ਇਹਨਾਂ ਨੇ ਉਹ ਵੀ ਡਾਟਾ ਦੱਸਣਾ ਬਹੁਤ ਜ਼ਰੂਰੀ ਹੈ 2017-18 ਚ ਇਹਨਾਂ ਨੇ ਐਗਰੀਕਲਚਰ ਰਿਸਰਚ ਲਈ 591 ਕਰੋੜ ਰੁਪਏ ਰੱਖਿਆ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਲਈ ਔਰ ਉਹ ਅਗਲੇ ਸਾਲ ਦੇ 2018-19 ਚ ਉਹਨੂੰ ਕਰ ਦਿੱਤਾ ਗਿਆ 868 ਕਰੋੜ ਔਰ ਅਗਲੇ ਸਾਲ ਦੇ 854 ਕਰੋੜ ਮਤਲਬ ਤੁਸੀਂ ਕਿੰਨੀ ਕਿ ਸੈਂਸਰਿਟੀ 852 ਕਰੋੜ ਚ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਲਈ ਤੁਸੀਂ ਰਿਸਰਚ ਕਰਨੀ ਹੈ ਔਰ 23 ਫਸਲਾਂ ਦਾ ਤਾਂ ਐਮ ਐਸ ਬੀ ਐਸ ਹੀ ਦੇ ਰਿਹਾ ਸਰਕਾਰ ਕਹਿੰਦੀ ਐਸੀ 23 ਫਸਲਾਂ ਦੀ ਐਮ ਐਸ ਬੀ ਡਿਕਲੇਅਰ ਕਰ ਦੇ ਤੁਸੀਂ ਸਮਝਦੇ ਹੋ ਕਿ 800 ਕਰੋੜ ਨਾਲ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨਾਲ ਕਿਸਾਨਾਂ ਦੀ ਕ੍ਰੌਪ ਜਾਂ ਕ੍ਰੌਪ ਦੀ ਰਿਸਰਚ ਕਰ ਸਕਦੇ ਆਪ ਲੋਡ ਹੈ ਕਿਸੇ ਹੋਰ ਪਾਸੇ ਜਾਂਦੀ ਜਾ ਰਹੇ ਵੀ ਕਿਸੇ ਹੋਰ ਪਾਸੇ ਰਹੇ ਅਸੀਂ ਆਪਣੇ ਗੱਲੋਂ ਆਪਣੀ ਜਿਹੜੀ ਸਾਡੀ ਜ਼ਿੰਮੇਵਾਰੀ ਉਹ ਆਪਣੀ ਛੱਡ ਕੇ ਅਸੀਂ ਆਪਣੇ ਕਿਸਾਨ ਨੂੰ ਕਾਰਪੋਰੇਟ ਦੇ ਘਰਾਣੇ ਦੇ ਉੱਪਰ ਛੱਡ ਰਹੇ ਹਾਂ ਰਹਿਮਕਰਮ ਦੇ ਛੱਡ ਰਹੇ ਹਾਂ ਕਿ ਉਹ ਹੀ ਡਿਸਾਈਡ ਕਰੇ ਯਾਰ ਮੈਂ ਨਹੀਂ ਇਸ ਚੀਜ਼ ਨੂੰ ਡਿਸਾਈਡ ਕਰਨਾ ਇੱਕ ਜਿਹੜਾ ਸਵਾਲ ਮੇਰਾ ਰਹਿ ਗਿਆ ਸੀਗਾ ਵੀ 2017 ਦੇ ਵਿੱਚ 50 ਸਰਕਾਰ ਇੱਕ ਐਕਟ ਲੈ ਕੇ ਆਂਦੀ ਹੈ ਅੱਜ बार-बार ਕਿਹਾ ਜਾ ਰਿਹਾ ਤੁਸੀਂ ਵੀ ਤਾਂ ਉਹੀ ਚੀਜ਼ ਕੀਤੀ 2013 ਨੂੰ ਤੁਸੀਂ ਅਕਾਲੀ ਦਲ ਨੂੰ ਪੜਵਾ ਰਹੇ ਹੋ ਜੀ ਤੁਹਾਡਾ ਕਾਨੂੰਨ ਸੀਗਾ ਰੌਲਾ ਪੈ ਗਿਆ ਤੁਸੀਂ ਪਿੱਛੇ हट ਗਏ ਬੈਕਫੁੱਟ ਤੇ ਆਗੇ 2003 ਤੋਂ ਵਿਰੋਧ ਨਹੀਂ ਕੀਤਾ ਤਿੰਨ ਤਿੰਨ ਵਾਰ ਤੁਸੀਂ 2020 ਦੇ ਵਿੱਚ ਸਾਈ ਨਗੀ ਕਿ ਸਰ 2017 ਵਾਲਾ ਜਿਹੜਾ ਐਕਟ ਹੈ ਉਸ ਪੰਜਾਬ ਚ ਦੋ ਤਰ੍ਹਾਂ ਦੀਆਂ ਮੰਡੀਆਂ ਨੇ ਇੱਕ ਤਾਂ ਗ੍ਰੀਨ ਮਾਰਕੀਟਸ ਨੇ ਸਬਜ਼ੀ ਨੂੰ ਆਪਾਂ ਦਾਣਾ ਮੰਡੀਆਂ ਕਹ ਦਿੰਨੇ ਆ ਇੱਕ ਸਬਜ਼ੀ ਮੰਡੀਆਂ ਨੇ ਉਹ ਐਕਟ ਹੈ ਜਿਹੜਾ ਉਹ ਸਬਜ਼ੀ ਮੰਡੀਆਂ ਤੇ ਲਾਗੂ ਹੋ ਰਿਹਾ ਔਰ ਪੰਜਾਬ ਚ ਸਿਰਫ 37 ਮੰਡੀਆਂ ਤੇ ਲਾਗੂ ਹੈ 151 ਸਬਜ਼ੀ ਮੰਡੀਆਂ ਨੇ 37 ਸਬਜ਼ੀ ਮੰਡੀਆਂ ਤੇ ਉਹ ਲਾਗੂ ਹੈ ਜਿੱਚ ਫਲ ਫਰੂਟ ਲਾਈਸਟਾਕਸ ਲੱਕੜ ਫੁੱਲ ਇਦਾਂ ਦੇ ਫਸਲਾਂ ਦੇ ਉਹਨਾਂ ਤੇ ਤੇ ਪਹਿਲਾਂ ਹੀ ਐਮਐਸਪੀ ਹੈ ਨਹੀਂ ਹੂੰ ਰੋਲ ਤੇ ਤਾਂ ਤੁਸੀਂ ਪਾਉ ਨਾ ਕਿ 2000 ਜਿਹੜਾ ਐਕਟ ਪੰਜਾਬ ਦਾ ਜਿਹੜਾ 2017 ਦਾ ਅਕਾਲੀ ਦਲ ਬਕਾਇਦਾ ਕਹਿ ਰਿਹਾ ਜੀ ਆ ਦੇਖੋ ਇਹਨਾਂ ਨੇ ਵੀ ਕਰਤਾ ਉਹ ਤੁਸੀਂ ਕਹਿ ਰਹੇ ਹੋ ਵੀ ਕਣਕ ਤੇ ਫੂਡ ਗ੍ਰੇਨ ਤੇ ਲਾਗੂ ਨਹੀਂ ਹੋ ਰਿਹਾ ਸਰ ਉਹ 37 ਮੰਡੀਆਂ ਚ ਲਾਗੂ ਹੀ ਕੀਤਾ ਗਿਆ ਸਰ 151 ਉਹ ਵੀ ਜਿਹੜੀ ਸਬਜ਼ੀ ਮੰਡੀਆਂ ਦੀ ਸਬਜ਼ੀਆਂ ਉਹ ਚ 37 ਮੰਡੀਆਂ ਚ ਲਾਗੂ ਕੀਤਾ ਗਿਆ ਔਰ ਸੈਕੰਡਲੀ ਉਹਦੇ ਚ ਲਾਇਸੈਂਸ ਵੀ ਜ਼ਰੂਰੀ ਹੈ ਰਜਿਸਟ੍ਰੇਸ਼ਨ ਵੀ ਜ਼ਰੂਰੀ ਹੈ ਉਹਨੂੰ ਫੀਸ ਦੇਣੀ ਵੀ ਜ਼ਰੂਰੀ ਹੈ ਉਹਨੂੰ ਆਰਡੀਐਫ ਦੇਣਾ ਵੀ ਜ਼ਰੂਰੀ ਹੈ ਇਹਦੇ ਇਸ ਐਕਟ ਚ ਮੈਨੂੰ ਦਿਖੋ ਉਹ ਐਕਟ ਬਣਿਆ ਹੀ ਸਿਰਫ ਉਹਨਾਂ ਨਾਨ ਗ੍ਰੇਨ ਨਾਨ ਫੂਡ ਗ੍ਰੇਨ ਆਈਟਮਸ ਲਈ ਹੈ ਉਹ ਸ਼ੈਡਿਊਲ ਉਹਦੇ ਨਾਲ ਅਟੈਚਡ ਹੈ ਕਿਸ ਕਿਸ ਲਈ ਪਰ ਮੇਨਲੀ ਪੰਜਾਬ ਨੇ ਉਹਨੂੰ ਇੰਪਲੀਮੈਂਟ ਕੀਤਾ ਸਿਰਫ ਉਦੋਂ ਚ ਕੀਤਾ ਸੀ ਸਬਜੀ ਮੰਡੀ ਨਹੀਂ ਲੇਕਿਨ ਤੁਸੀਂ ਕਾਨੂੰਨ ਤਾਂ ਪੂਰਾ ਬਣਾ ਲਿਆ ਨਾ ਨਹੀਂ ਕਾਨੂੰਨ ਤਾਂ ਪੂਰਾ ਬਣ ਗਿਆ ਨਾ ਇੰਪਲੀਮੈਂਟेशन ਤਾਂ ਸਰਕਾਰ ਨਹੀਂ ਕਰਨੀ ਹੈ ਨਾ ਨਹੀਂ ਸਰਕਾਰ ਨੇ ਸਿਰਫ ਸਬਜੀ ਇਹ ਚੀਜ਼ ਇਹ ਚੀਜ਼ ਅਜ ਕੇਂਦਰ ਕਹਿ ਦੇ ਵੀ ਜੀ ਅਸੀਂ ਕਾਨੂੰਨ ਤਾਂ ਬਣਾ ਲਿਆ ਲੇਕਿਨ ਇੰਪਲੀਮੈਂਟੇਸ਼ਨ ਤਾਂ ਅਸੀਂ ਕਰਨੀ ਹੈ ਨਾ ਕਾਨੂੰਨ ਬਣਾ ਲਿਆ ਐਮਐਸਪੀ ਤਾਂ ਅਸੀਂ ਦੇਣੀ ਹੈ ਸੀਸੀਏਸੀਬੀ ਤਾਂ ਅਸੀਂ ਬਠਾਣੀ ਹੈ ਹੁਣ ਇਹਦਾ ਲੌਜੀਕ ਹੈ ਨਾ ਲੇਕਿਨ ਜਦੋਂ ਤੁਸੀਂ ਉਹਨੂੰ ਵਿਧਾਨਿਕ ਵਿਧਾਨਿਕ ਜਮਾ ਬਣਾਤਾ ਹੈ ਕਿਹੜਾ ਬਣਿਆ ਉਹ ਸਿਰਫ ਸਬਜੀ ਮੰਡੀਆਂ ਤੇ ਲਾਗੂ ਹੋ ਤੁਸੀਂ ਕਢਾ ਕੇ ਦੇਖੋ ਕਿ 37 ਸਬਜ਼ੀ ਮੰਡੀਆਂ ਮੇਰੇ ਤਾਂ ਨੰਬਰ ਦੇ ਰਿਆਂ। ਮੈਂ ਅਸੀਂ ਤੁਹਾਡੇ ਤੋਂ ਪੁੱਛਿਆ ਸੀ ਉਸ ਸਬਜ਼ੀ ਮੰਡੀਆਂ ਤੇ ਹੀ ਲਾਗੂ ਹੈਗਾ ਉਹਦੇ ਵਿੱਚ ਫੂਡ ਗ੍ਰੇਨ ਜਿਹੜੀ ਮੰਡੀਆਂ ਹੈਗੇ ਖੜਾ ਨਹੀਂ ਲਾਗੂ ਹੁੰਦਾ ਸੀ ਉਹ ਨਾ ਹੀ ਉਹ ਲਾਗੂ ਹੋਇਆ। ਕਿਉਂਕਿ ਪੰਜਾਬ 'ਚ ਦੋ ਤਰ੍ਹਾਂ ਦੀ ਮੰਡੀ ਲਾਗੂ ਹੋਣਾ ਜਾਂ ਨਾ ਹੋਣਾ ਇੱਕ ਅਲੱਗ ਗੱਲ ਹੈ। ਲੇਕਿਨ ਕਾਨੂੰਨ ਦੇ ਵਿੱਚ ਕੀ ਪ੍ਰੋਵੀਜ਼ਨ ਸੀ ਜਾਂ ਨਹੀਂ ਸੀ? ਨਹੀਂ ਇਹਦੀ ਆਪਾਂ ਗੱਲ ਕਰ ਰਹੇ ਹਾਂ। ਨਹੀਂ ਕੋਈ ਪ੍ਰੋਵੀਜ਼ਨ ਨਹੀਂ ਸੀ। ਉਹ ਸਬਜ਼ੀ ਮੰਡੀਆਂ 'ਚ ਹੀ ਪ੍ਰੋਵੀਜ਼ਨ ਸੀ ਦੋ ਤਰ੍ਹਾਂ ਦੀਆਂ ਮੰਡੀਆਂ ਨੇ। ਸਾਡੀਆਂ 5000 ਦੇ ਲਾਗੇ ਦਾਣਾ ਮੰਡੀ ਔਰ 151 ਮੰਡੀਆਂ ਸਬਜ਼ੀ ਮੰਡੀਆਂ ਨੇ। ਉਹ 3 ਉਹ ਵੀ ਸੈਂਟਰ ਗਵਰਨਮੈਂਟ ਦਾ ਐਕਟ ਸੀ ਉਹ ਸਾਨੂੰ ਤਾਂ ਏਪੀਐਮਸੀ ਐਮੈਂਡਮੈਂਟ ਕਰਨੀ ਪਈ ਉਹ ਵੀ ਇਨੈਮ ਦੇੰਡਰਾ ਸੀ ਇਨੈਮ ਸੈਂਟਰ ਹੁੰਦਾ ਸੀ 2016 ਦਾ ਮਾਡਲ ਹੈ ਇਨੈਮ ਦੇ ਜਿਹੜਾ ਸੀ ਐਕਟ ਉਹ ਵੀ ਮਾਡਲ ਇਨੈਮ ਸੀ ਉਹਦੇ ਹਿਸਾਬ ਨਾਲ ਉਹ 스테ਟ ਨਾਲ ਅਲਾਈਨ ਕਰਨਾ ਸੀ ਜੇ ਆਪਾਂ ਐਮੈਂਡਮੈਂਟ ਕੀਤੀ ਕਿਉਂਕਿ ਅਸੀਂ ਹਾਰਟੀਕਲਚਰ ਚ ਤੇ ਜਾਂ ਜਿਹੜੇ ਹੋਰ ਇਨਸੈਂਟਿਵਸ ਆਉਂਦੇ ਨੇ ਸੈਂਟਰ ਗਵਰਨਮੈਂਟਸ ਉਹ ਤਾਂ ਹੀ ਮਿਲਨੇ ਸੀ ਜੇ ਆਪਾਂ ਇਨੈਮ ਦੇ ਸਿਸਟਮ ਨੂੰ ਇੰਟਰੋਡਿਊਸ ਕਰਦੇ ਆਪਣੇ ਏਪੀਐਮਸੀ ਚ ਅਕਾਲੀ ਦਾ ਲਈ ਗੱਲ ਨਹੀਂ ਦਸੂਗਾ ਕਿ ਉਹਨਾਂ ਨੇ ਕੰਡੀਸ਼ਨ ਕੀ ਸੀ ਸੈਂਟਰ ਗਵਰਨਮੈਂਟ ਦੀ ਜੇ ਤੁਸੀਂ ਹਾਰ ਸੋ ਆਪਣਾ APMC ਚ ਐਮੈਂਡਮੈਂਟ ਕਰਨੀ ਪਊਗੀ ਉਹ ਗੱਲ ਨਹੀਂ ਕਾਲੀਦਲ ਦੱਸੂਗਾ ਜਿਹੜੀ ਉਹਨੂੰ ਸੂਟ ਜਿੰਨਾ ਕਰਦਾ ਸਿਰਫ ਉਹਨਾਂ ਕੇ ਝੂਠ ਬੋਲੂਗਾ ਜਿੰਨਾ ਉਹਨੂੰ ਸੂਟ ਕਰਦਾ ਹਮ ਹਮ ਚਲੋ ਗਿਲਜੀਆ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਏ ਹਾਲਾਂਕਿ ਤੁਹਾਡੇ ਕੋਲ ਤਾਂ ਬਹੁਤ ਵੱਡਾ ਖਰੜਾ ਆਂਕੜਾ ਹੈ ਤੇ ਮੈਨੂੰ ਲੱਗਦਾ ਵੀ ਜੇ ਮੈਂ ਇਹਨੂੰ 2-3 ਘੰਟੇ ਹੋਰ ਤੁਹਾਡੇ ਤੋਂ ਪੁੱਛੀ ਜਾਵਾਂ ਤੇ ਤੁਸੀਂ ਤੁਹਾਡੇ ਕਈ ਚੀਜ਼ਾਂ ਦੱਸ ਸਕਦੇ ਹੋ ਬਟ ਫਿਰ ਵੀ ਸਮਾਂ ਸਾਨੂੰ ਜ਼ਿਆਦਾ ਨਹੀਂ ਦੇ ਰਿਹਾ ਉਮੀਦ ਕਰਾਂਗੇ ਕੋਸ਼ਿਸ਼ ਕਰਾਂਗੇ ਵੀ ਆਪਾਂ ਜੇ ਦੁਬਾਰਾ ਇਸ ਦਾ ਕੋਈ ਪਾਰਟ 2 ਲੈ ਕੇ ਆ ਸਕੀਏ ਜਿਸ ਦੇ ਵਿੱਚ ਕਿ ਆਪਾਂ ਹੋਰ ਗੱਲਾਂ ਖੰਗਾਲਣੀਆਂ ਚਾਹੀਏ ਕੋਈ ਹੋਰ ਪੁਆਇੰਟ ਹੈ ਤੁਸੀਂ ਦੱਸ ਸਕਦੇ ਹੋ ਅਦਰਵਾਇਜ਼ ਮੈਨੂੰ ਲੱਗਦਾ ਆਪਾਂ ਇਸ ਨੂੰ ਮਾਈਂਡ ਲੱਕ ਫਿਰ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹਨਾ ਤੁਹਾਨੂੰ ਕਿ ਇਹ ਕਹਿੰਦੇ ਐਮਐਸਪ ਸਮੇਂ ਸਰਕਾਰ ਦਾ ਪਾਰਟ ਸੀ ਜਦੋਂ ਐਕਸਾਈਜ਼ ਡਿਊਟੀ ਨੂੰ ਡੀਜ਼ਲ ਤੇ ਸੋਲਰ ਰੁਪਏ ਕੋਵਿਡ ਦੇ ਦੌਰਾਨ ਔਰ 19 ਦਿਨ ਲਗਾਤਾਰ ਡੀਜ਼ਲ ਤੇ ਪ੍ਰਾਈਸ ਵਧਿਆ ਸੀ ਉਹਦਾ ਟੋਟਲ ਅਮਾਉਂਟ ਜਿਹੜਾ ਉਹਨੂੰ ਪ੍ਰੋਫਿਟ ਆਣਾ ਸੀ ਡੀਜ਼ਲ ਦੀ ਡੀਜ਼ਲ ਦੇ ਉੱਪਰ ਉਹ ਤੇ ਪੈਟਰੋਲ ਦੇ ਉੱਪਰ 3.5 ਲੱਖ ਕਰੋੜ ਰੁਪਿਆ ਦਾ ਰੈਵਨਿਊ ਸਾਲ ਚ ਇਕੱਠਾ ਕਰਨਾ ਸੀ ਕਿ ਐਮਐਸਪੀ ਜਦੋਂ ਅਸੀਂ ਦਿੱਤੀ ਕਿ ਕਿਸਾਨ ਨੂੰ 50 ਰੁਪਏ ਅੱਜ ਕੱਲ ਇਹਦਾ ਰੌਲਾ ਪਾ ਰਿਹਾ ਤੇ ਉਹ ਡੀਜ਼ਲ ਦਾ ਪ੍ਰਾਈਸ ਕੰਪੋਨੈਂਟ ਆਪਾਂ ਕਿਉਂ ਨਹੀਂ ਇਨਕਲੂਡ ਕੀਤਾ ਕਿ ਅੱਜ ਨਵੇਂ ਲਾਅ ਬਣਾਤੇ ਅਸੀਂ ਕਿ ਤੁਸੀਂ ਪਰਾਲੀ ਨੂੰ ਅਗਨੀ ਲਾ ਸਕਦੇ ਖੇਤਾਂ ਚ ਜਲਾਓ ਖੇਤਾਂ ਚ ਉਹਨੂੰ ਮਿੱਟੀ ਚ ਮਿਲਾਓ ਦੁਬਾਰਾ ਵਾ ਕੇ ਤੇ ਉਹ ਜਦੋਂ ਡੀਜ਼ਲ ਦਾ ਕੰਪੋਨੈਂਟ ਦਾ ਜਿਹੜਾ ਖਰਚਾ ਉਹ ਕੋਨ ਇਨਕਲੂਡ ਕਰੂਗਾ ਅਸੀਂ ਲੋ ਤੇ ਬਣਾਈਏ ਰੇ ਸੈਂਟਰ ਚ ਬੈਠ ਕੇ ਪਰ ਉਹਦੀ ਇੰਪਲੀਮੈਂਟ ਕਿਦਾਂ ਹੋਊਗਾ ਉਹਦੇ ਬਾਰੇ ਸਾਨੂੰ ਕੁਝ ਪਤਾ ਹੀ ਨਹੀਂ ਕਿਸਾਨ ਦਾ ਖਰਚਾ ਤੇ ਵਧ ਰਹਿਣਾ ਇਨਪੁਟ ਇਨਪੁਟ ਤਾਂ ਵਧ ਰਹੀ ਹੈ ਇਨਪੁਟ ਦੇ ਉੱਪਰ ਆਪਾਂ ਇਨਸੈਂਟਿਵ ਕਿਨੇ ਦੇ ਰਹੇ ਆ ਕੋਈ ਨਹੀਂ ਅਸੀਂ ਇਹ ਵੀ ਸਟੇਟਾਂ ਨੂੰ ਵੀ ਮਨਾ ਕਰਤਾ ਸ਼ੰਤਕਮਰ ਕਮੇਟੀ ਦੇ ਥਰੂ ਕਿ ਜਿਹੜੀ ਸਟੇਟ ਐਮਐਸਪੀ ਦੇ ਉੱਪਰ ਬੋਨਸ ਦੇਈਏ ਉਸੇ ਸਟੇਟ ਦੀ ਐਮਐਸਪੀ ਦੇ ਉੱਪਰ ਖਰੀਦ ਬੰਦ ਕਰ ਦਿਓ ਤੁਸੀਂ ਸਟੇਟ ਨੂੰ ਵੀ ਬੌਂਡ ਕਰਤਾ ਅਕਾਲੀ ਦਾ ਲਈ ਕਿਉਂ ਨਹੀਂ ਗੱਲ ਕਰਦਾ ਅੱਜ ਮਤਲਬ ਤੁਸੀਂ ਹਰ ਤਰ੍ਹਾਂ ਖੇਡ ਰਹੇ ਹੋ ਕਿ ਕਾਰਪੋਰੇਟ ਹਾਊਸਿਸ ਨੂੰ ਵੀ ਪ੍ਰੋਫਿਟ ਦੇਣਾ ਹੈ ਤੁਸੀਂ ਫਾਰਮਰ ਨੂੰ ਕੋਈ ਬੈਨੀਫਿਟ ਨਹੀਂ ਦੇਣਾ ਅੱਜ ਕਾਰਪੋਰੇਟ ਹਾਊਸਿਸ ਦਾ 1.66 ਲੱਖ 60 ਹਜ਼ਾਰ ਕਰੋੜ ਰੁਪਏ ਤੁਸੀਂ ਮਾਫ ਕਰ ਦਿੰਦੇ ਹੋ ਜਦੋਂ ਤੋਂ ਆਏ ਹੋ ਤੇ ਕਿਸਾਨ ਦੇ ਵਾਸਤੇ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਵੀ ਨਹੀਂ ਦੇ ਸਕਦੇ ਔਰ ਉਹ ਗਰੰਟੀ ਵੀ ਨਹੀਂ ਕਰ ਸਕਦੇ ਕਾਰਪੋਰੇਟ ਹਾਊਸ ਨੂੰ ਇੱ ਔਰ ਕਾਰਪੋਰੇਟ ਹਾਊਸ ਦਾ ਜੋ ਦੀ ਇਹ 2014 ਤੋਂ ਸਰਕਾਰ ਬਣੀ ਹੈ 6 ਲੱਖ 60 ਹਜ਼ਾਰ ਕਰੋੜ ਰੁਪਏ ਦਾ ਉਹਦਾ ਰਾਈਟ ਲੋਨ ਹੈ ਰਾਈਟ ਆਫ ਕਰ ਦਿੱਤਾ ਗਿਆ ਰੈਵਨਿਊ ਫੋਰਗੋਨ ਜਿਸ ਨੂੰ ਕਹਿੰਦੇ ਨੇ ਰੈਵਨਿਊ ਫੋਰਗੋਨ ਉਹਦੇ ਵਾਸਤੇ ਸਭ ਪੁੱਛਿਆ ਕਿਸਾਨ ਜਿਹੜਾ 65% ਪਪੂਲੇਸ਼ਨ ਜਿਹੜੀ ਡਾਇਰੈਕਟਲੀ ਐਗਰੀਕਲਚਰ ਦੇ ਅੰਡਾਚ ਹੈ ਉਹਦੇ ਵਾਸਤੇ ਸਾਡੇ ਕੋਲ ਕੋਈ ਨਹੀਂ ਸਰਕਾਰ ਕੋ ਕੁਝ ਨਹੀਂ ਹੈ ਉਹਨੂੰ ਕਾਰਪੋਰੇਟ ਘਰਾਨਿਆਂ ਦੇ ਔਰ ਕਾਰਪੋਰੇਟ ਮਾਰਕੀਟਿੰਗ ਦੇ ਸਹਾਰੇ ਛੱਡ ਦਿੱਤਾ ਜਾ ਰਿਹਾ ਮੈਨੂੰ ਲੱਗਦਾ ਜਿਹੜੇ ਕਿ ਕਿਸਾਨ ਦੀ ਬੱਤ ਤੋਂ ਬੱਤਰ ਜਿਹੜੀ ਕੰਡੀਸ਼ਨ ਹੋਈਗੀ ਉਹ ਇਸੇ ਕਰਕੇ ਤੁਸੀਂ ਨਬਾੜ ਦੀ ਰਿਪੋਰਟ ਕਿਉਂਕਿ ਉਹ ਮਾਰਕੀਟ ਦੇ ਟ੍ਰੇਡ ਟ੍ਰੇਡਰ ਦੀ ਮਰਜ਼ੀ ਤੇ ਖੜਾ ਹੋ ਗਿਆ ਔਰ ਪੰਜਾਬ ਨੂੰ ਵੀ ਅੱਜ ਟ੍ਰੇਡਰ ਦੀ ਮਰਜ਼ੀ ਤੇ ਖੜਾ ਕੀਤਾ ਜਾ ਰਿਹਾ ਮਾਲਕ ਹੋਣ ਦੇ ਬਾਵਜੂਦ ਕਿਸਾਨ ਨੂੰ ਪੂਰੇ ਦੇਸ਼ ਦੇ ਔਰ ਯੂਪੀ ਵਿਹਾਰ ਤੱਕ ਖੜਾ ਹੀ ਸੀ ਯੂਪੀ ਵਿਹਾਰ ਤੱਕ ਖੜਾ ਤੇ ਪੰਜਾਬ ਦੇ ਹਰਿਆਣੇ ਤੇ ਵੈਸਟਰਨ ਯੂਪੀ ਦੇ ਕਿਸਾਨ ਨੂੰ ਵੀ ਖੜਾ ਕਰ ਦਿੱਤਾ ਗਿਆ ਔਰ ਆਪਣੀ ਮਾਲਕ ਹੋਣ ਦੇ ਬਾਵਜੂਦ ਵੀ ਤੁਸੀਂ ਕਾਮਿਆਂ ਦੀ ਤਰ੍ਹਾਂ ਤੇ ਕੰਮ ਕਰੋਗੇ ਆਪਣੀ ਫਸਲ 'ਚ ਇਹ ਇਸ ਐਕਟ ਦਾ ਇਹੀ ਕੰਟਰੈਕਟ ਹੈ ਇਹੀ ਕੰਟਰੈਕਟ ਹੈ ਤਰਿਹਾ ਤਜੀਆਂ ਗਿਲਜੇ ਸਾਹਿਬ ਬਹੁਤ-ਬਹੁਤ ਧੰਨਵਾਦ। ਤੁਸੀਂ ਆਏ ਇਸ ਚਰਚਾ ਇਹ ਸਾਡੇ ਗਿਆਨ 'ਚ ਸਾਡੀ ਜਾਣਕਾਰੀ 'ਚ ਬਹੁਤ ਵਾਧਾ ਕੀਤਾ। ਉਮੀਦ ਕਰਾਂਗੇ ਦਰਸ਼ਕਾਂ ਨੂੰ ਵੀ ਕਾਨੂੰਨੀ ਨੁਕਤੇਆਂ ਦਾ ਕੁਝ ਸਮਝ ਆਈ ਹੋਵੇਗੀ ਕਿਉਂਕਿ ਸਿਆਸੀ ਨੁਕਤੇ ਬੜੇ ਦੇਖ ਲੈ ਕਿਸਾਨੀ ਨਾਲ ਜੁੜੇ ਬਹੁਤ ਸਾਰੇ ਨੁਕਤੇ ਨੇ ਜਿਨ੍ਹਾਂ ਨਾਲ ਬਹੁਤ ਹੀ ਚੰਗੇ ਜਿਹੜੇ ਕਿਸਾਨ ਆਗੂ ਨੇ ਜੇ ਹੋਰ ਲੋਕ ਨੇ ਅੱਜ ਕੱਲ ਤਾਂ ਕਰ ਗਾਇਕ ਸਿੰਗਰ ਗੀਤਕਾਰ ਸੰਗੀਤਕਾਰ ਕਲਾਕਾਰ ਸਾਰੇ ਆਪਣੀਆਂ ਆਪਣੀਆਂ ਸਲਾਹਾਂ ਜਾਂ ਵਿਚਾਰ ਦੇ ਰਹੇ ਨੇ ਲੇਕਿਨ ਇਹਦੇ ਪਿੱਛੇ ਕੋਰ ਲੀਗੈਲਿਟੀ ਹੈ ਕਾਨੂੰਨ ਹੈ ਕਾਨੂੰਨੀ ਇੱਕ ਪਿਸ਼ੌਕੜ ਹੈ ਕਿਸ ਤਰੀਕੇ ਨਾਲ ਕਾਨੂੰਨ ਬਣਾਏ ਜਾਂਦੇ ਨੇ ਉਹਨਾਂ ਚ ਕਿਹੜੀਆਂ ਕੁੰਡੀਆਂ ਰੱਖਿਆ ਜਾਂਦੇ ਨੇ ਕਿਹੜੀਆਂ ਨੂੰ ਦੂਰ ਕਰਤਾ ਜਾਂਦਾ ਹੈ ਕਿਸ ਨੂੰ ਫਾਇਦਾ ਪਹੁੰਚਾਉਣਾ ਹੈ ਕਿਸ ਨੂੰ ਨਾ ਪੜਨਾ ਇਹ ਸਾਰੀਆਂ ਚੀਜ਼ਾਂ ਅੰਦਰ ਛੁਪੀਆਂ ਹੁੰਦੀਆਂ ਇਹ ਬੜੇ ਵੋਲਿਊਮਨਸ ਤਾਬਾਂ ਹੁੰਦੀਆਂ ਨੇ ਕਾਨੂੰਨ ਦੀ ਐਡੀਟਿਵ ਵੱਡੇ ਗੈਜ਼ਟ ਜਿਹੜੇ ਛਾਪਦੇ ਨੇ ਜਿਹਨਾਂ ਨੂੰ ਅਸੀਂ ਪੜਦੇ ਨਹੀਂ ਠੀਕ ਉਸੇ ਤਰ੍ਹਾਂ ਜਦੋਂ ਅਸੀਂ ਲੋਨ ਲਈਦਾ ਤਾਂ ਅਸੀਂ ਕੋਈ ਚੀਜ਼ ਪੜਦੇ ਨਹੀਂ ਤੇ ਐਗਰੀਮੈਂਟ ਤੇ ਸਾਈਨ ਕਰ ਦਈਦੇ ਉਵੇਂ ਦੇ ਕਾਨੂੰਨ ਹੈਗੇ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਗਹਿਰਾਈ ਸੇ ਜਾ ਕੇ ਦੇਖਿਆ ਜਾਦਾ ਬਹੁਤ ਕੁਝ ਲੱਭਿਆ ਮਿਲ ਸਕਦਾ ਹੈ ਉਮੀਦ ਕਰਾਂਗੇ ਗੱਲਬਾਤ ਠੀਕ ਲੱਗੀ ਹੋਵੇਗੀ ਬਹੁਤ ਬਹੁਤ ਧੰਨਵਾਦ ਜੀ ਜੀ ਸਾਰਿਆਂ ਦਾ ਸਾਡ ਨਾਲ ਤੁਸੀਂ ਆਏ ਕਾਰਪੋਰੇਟ ਨੂੰ ਕਿਵੇਂ ਹੈਵਲੀ ਬੈਨੀਫਿਟ ਹੈ ਕਿਸਾਨ ਨੂੰ ਜਿਹੜਾ ਡਿਸਐਡਵਾਂਟੇਜ ਹੈ ਉਹਦੇ ਬਾਰੇ ਆਪਾਂ ਥੋੜੀ ਹੋਰ ਗੱਲ ਕਰ ਲਈ ਕਿਸਾਨ ਨੂੰ ਹੋਰ ਕੀ ਕੀ ਡਿਸਐਡਵਾਂਟੇਜ ਹੈ ਅਸੀਂ ਟ੍ਰਾਂਸਪੋਰਟ ਇਨਫਰਾਸਟ੍ਰਕਚਰ ਦੇ ਵਿੱਚ ਕਿੰਨਾ ਇਨਵੈਸਟਮੈਂਟ ਕੀਤਾ ਇਸ ਸਰਕਾਰ ਕਿਉਂ ਨਹੀਂ ਦੱਸਦੀ ਕਿੰਨੇ ਸ਼ਹਿਰਾਂ ਨੂੰ ਜਾਂ ਕਿੰਨੀਆਂ ਮੰਡੀਆਂ ਨੂੰ ਆਪਸ ਵਿੱਚ ਜੋੜਿਆ ਗਿਆ ਕਿੰਨੀਆਂ ਡੈਡੀਕੇਟ ਟ੍ਰੇਨਸ ਚਲਾਈਆਂ ਗਈਆਂ ਜਿਹੜੀ ਕਿਸਾਨ ਦੀ ਫਸਲ ਨੂੰ ਇੱਕ ਮੰਡੀ ਤੋਂ ਚਾਕੇ ਦੂਸਰੀ ਮੰਡੀ ਲੈ ਕੇ ਜਾਣੀ ਹੈ ਇਹ ਸਰਕਾਰ ਕਿਉਂ ਨਹੀਂ ਦੱਸਦੀ ਅਸੀਂ ਰਿਸਰਚ ਐਂਡ ਡਿਵੈਲਪਮੈਂਟ ਦੇ ਡਾਟਾਸ ਕਿੰਨੀ ਇਨਵੈਸਟਮੈਂਟ ਕੀਤੀ ਉਹ ਸਰਕਾਰ ਕਿਉਂ ਨਹੀਂ ਦੱਸਦੀ ਕਾਂਗਰਸ ਵਾਲੇ ਵੀ ਕਹਿੰਦੇ ਹੋ ਵੀ 2013 ਦੇ ਵਿੱਚ ਜੀ ਅਕਾਲੀ ਦਲ ਸਰਕਾਰ ਨੇ ਵੀ ਕੰਟਰੈਕਟ ਪਾਸ ਕਰ ਲਿਆ ਸੀ ਕੰਟਰੈਕਟ ਫਾਰਮਿੰਗ ਐਕਟ 2013 ਪਾਸ ਕੀਤਾ ਇਹ ਦੁਨ ਦੇਸ਼ ਦੀ ਪਹਿਲੀ ਸਰਕਾਰ ਸੀ ਜਿਨੇ ਕੰਟਰੈਕਟ ਫਾਰਮਿੰਗ ਐਕਟ ईपीसी एमसी अमेंडमेंट करके नहीं लांदा एक सेपरेट एक्ट बनाया गया 2013 ਤੁਸੀਂ ਕਹ ਰਹੇ ਹੋ ਕਿ ਵੱਖਰਾ ਕੰਟਰੈਕਟ ਵੱਖਰਾ ਕੰਟਰੈਕਟ ਐਕਟ ਪੂਰੇ ਦੇਸ਼ ਦੇ ਵਿੱਚ ਇੱਕ ਸੂਬਾ ਪੰਜਾਬ ਸੀ ਜਿਨੇ ਸੈਪਰੇਟ ਕੰਟਰੈਕਟ ਫਾਰਮਿੰਗ ਐਕਟ ਨੂੰ ਲੈ ਕੇ ਆਏ ਔਰ ਉਹਦੇ ਵਿੱਚ ਇੱਕ ਇਦਾਂ ਦਾ ਪ੍ਰੋਵੀਜ਼ਨ ਰੱਖਿਆ ਉਹਦੇ ਲਈ 1 ਮਹੀਨੇ ਦੀ ਸਜ਼ਾ ਦਾ ਪ੍ਰਾਵਧਾਨ 5000 ਤੋਂ ਲੈ ਕੇ 5 ਲੱਖ ਤੱਕ ਦਾ ਜੁਰਮਾਨਾ ਤੇ ਉਹ ਫਿਰ ਵੀ ਨਹੀਂ ਮੰਨਦਾ ਤੇ 100 ਰੁਪਏ ਪਰ ਡੇ ਦੇ ਹਿਸਾਬ ਨਾਲ ਐਕਸਟਰਾ ਉੱਚ ਜੁੜਿਆ ਜਾਉਗਾ ਕਿਸਾਨਾਂ ਨੂੰ ਕਿਸਾਨਾਂ ਲਈ ਸੀ ਸਜ਼ਾ ਸੀ 2017 ਚ ਕਾਂਗਰਸ ਸਰਕਾਰ ਨੇ ਕੀ ਕੀਤਾ ਸਰ 2017 ਵਾਲਾ ਜਿਹੜਾ ਐਕਟ ਹੈ ਕਿ ਵੀ 2017 ਦੇ ਵਿੱਚ 50 ਸਰਕਾਰੀ ਇੱਕ ਐਕਟ ਲੈ ਕੇ ਆਂਦੀ ਹੈ ਅੱਜ बार-बार ਕਿਹਾ ਜਾ ਰਿਹਾ ਤੁਸੀਂ ਵੀ ਤਾਂ ਉਹੀ ਚੀਜ਼ ਕੀਤੀ ਉਹ ਐਕਟ ਹੈ ਜਿਹੜਾ ਉਹ ਸਬਜੀ ਮੰਡੀਆਂ ਤੇ ਲਾਗੂ ਹੋ ਰਿਹਾ ਔਰ ਪੰਜਾਬ ਚ ਸਿਰਫ 37 ਮੰਡੀਆਂ ਤੇ ਲਾਗੂ ਹੈ 151 ਸਬਜੀ ਮੰਡੀਆਂ ਨੇ 37 ਸਬਜੀ ਮੰਡੀਆਂ ਤੇ ਉਹ ਲਾਗੂ ਹੈ ਜਿੱਚ ਫਲ ਫਰੂਟ ਲਾਈਸਟਾਕਸ ਲੱਕੜ ਫੁੱਲ ਇਦਾਂ ਦੇ ਫਸਲਾਂ ਦੇ ਉਹਨਾਂ ਤੇ ਤੇ ਪਹਿਲਾਂ ਹੀ ਐਮਐਸਪੀ ਹੈ ਨਾ ਦੇਖੇ ਤੁਸੀਂ ਕਾਨੂੰਨ ਤਾਂ ਪੂਰਾ ਬਣਾ ਲਿਆ ਨਾ ਕਾਨੂੰਨ ਬਣਾ ਲਿਆ ਤਾਂ ਪੂਰਾ ਬਣ ਗਿਆ ਨਾ ਇੰਪਲੀਮੈਂਟेशन ਤਾਂ ਸਰਕਾਰ ਨੇ ਕਰਨੀ ਹੈ ਨਾ ਸਰਕਾਰ ਨੇ ਸਿਰਫ ਸਭੀ ਇਹ ਇੱਕ ਚੀਜ਼ ਇਹ ਚੀਜ਼ ਅਜ ਕੇਂਦਰ ਕਹਿਦੇ ਵੀ ਜੀ ਅਸੀਂ ਕਾਨੂੰਨ ਤਾਂ ਬਣਾ ਲਿਆ ਲੇਕਿਨ ਇੰਪਲੀਮੈਂਟੇਸ਼ਨ ਤਾਂ ਅਸੀਂ ਕਰਨੀ ਹੈ ਨਾ ਕਾਨੂੰਨ ਬਣਾ ਲਿਆ ਐਮਐਸਪੀ ਤਾਂ ਅਸੀਂ ਦੇਣੀ ਹੈ ਸੀਸੀਏਸੀਬੀ ਤਾਂ ਅਸੀਂ ਬਠਾਣੀ ਹੈ ਹੁਣ ਇਹ ਲੌਜੀਕ ਹੈ ਨਾ ਲੇਕਿਨ ਜਦੋਂ ਤੁਸੀਂ ਉਹਨੂੰ ਵਿਧਾਨਿਕ ਵਿਧਾਨਿਕ ਜਾਮਾ ਪਰਾਤਾ ਉਹ ਸਿਰਫ ਸਬਜ਼ੀ ਮੰਡੀਆਂ ਤੇ ਲੱਗੂ ਇਹ ਹਰਦੀਪਪੁਰ ਆ ਕੇ ਚੰਡੀਗੜ੍ਹ 'ਚ ਬਿਆਨ ਦੇ ਕੇ ਜਾਂਦੇ ਨੇ ਵੀ ਅਸੀਂ ਨਾ ਤਾਂ ਕਿਸਾਨ ਦੀ ਜ਼ਮੀਨ ਨੂੰ ਗਿਰਵੀ ਗੈਨੇ ਤਾਂ ਰਾਂਗੇ ਨਾ ਗਿਰਵੀ ਮੋਰਗੇਜ ਸੈ essential commodity act ਦੇ ਵਿੱਚ ਐਮੈਂਡਮੈਂਟ ਕਰਕੇ corporate houses ਦੀ profit ਨੂੰ 50% ਤੋਂ ਲੈ ਕੇ 100% ਤੱਕ legal framework ਦੇ ਦਿੱਤਾ ਗਿਆ ਪਰ ਉਸੇ ਐਕਟ ਦੇ ਵਿੱਚ ਕਿਸਾਨ ਲਈ ਮਿਨੀਮਮ ਸਪੋਰਟ ਪ੍ਰਾਈਸ ਦੇਣ ਤੋਂ ਆਪਾਂ ਭੱਜ ਗਏ ਆਪਾਂ ਮੈਕਸਿਮਮ ਕੀ ਦੇਣਾ profit ਆਪਾਂ ਤਾਂ ਮਿਨੀਮਮ ਵੀ ਨਹੀਂ ਦੇ ਪਾਰੇ ਪ੍ਰੋਫਿਟ ਤੁਸੀਂ 100% ਇੱਕ ਕਾਰਪੋਰੇਟ ਹਾਊਸ ਹੀ ਸਿਕਯੂਰ ਕਰਤਾ ਉਹਦੇ ਲੀਗਲ ਫਰੇਮਵਰਕ ਵੀ ਦਿੱਤਾ ਜਿਵੇਂ ਕਿਸਾਨ ਦੇ ਹੱਥ ਬਣੇ ਗਏ ਕਿ ਤੂੰ ਤੂੰ ਵਪਾਰੀ ਦੇ ਪੈਸੇ ਦੇਣੇ ਨੇ ਤੇਰੀ ਫੱਦ ਚ ਐਂਟਰ ਹੋ ਗਿਆ ਜਦ ਤੱਕ ਤੂੰ ਕੋਈ ਕੰਮ ਨਹੀਂ ਕਰਦਾ ਜਿੰਦ ਤੱਕ ਤੂੰ ਪੈਸੇ ਨਹੀਂ ਦਿੰਦਾ ਇਦਾਂ ਹੀ ਵਪਾਰੀ ਨੂੰ ਕਿਉਂ ਨਹੀਂ ਬਣਿਆ ਗਿਆ ਕਿ ਤੂੰ ਕਿਸਾਨ ਦੇ ਪੈਸੇ ਦੇਣੇ ਨੇ ਭਾਈ ਤੇਰੀ ਵੀ ਸਿਕਿਉਰਟੀ ਹੋਊਗੀ ਜਾਂ ਤੇਰੇ ਵੀ ਅਸੀਂ ਬਲੈਕਲਿਸਟ ਕਰਾਂਗੇ ਕੋਈ ਇਦਾਂ ਦਾ ਪ੍ਰੋਵੀਜ਼ਨ ਕਿਉਂ ਨਹੀਂ ਕੀਤਾ ਜੀ